ਜੇਵਰ ਖੋਲ੍ਹੇ ਤਾਂ ਸਾਰਿਆਂ ਨੇ ਕਿਹਾ ਉਹ ਐਡੇ ਸੋਹਣੇ ਇਹ ਉਹ ਤਾਂ ਕਰੀ ਜਾ ਰਹੇ ਸੀ ਤਾਂ ਮੈਨੂੰ ਮੇਰੇ ਫਾਦਰ ਨੇ ਪਾਸੇ ਬੁਲਾਇਆ ਔਰ ਉਹਨਾਂ ਨੇ ਕਿਹਾ ਇੱਕ ਗੱਲ ਸਮਝ ਲੈ ਤੂੰ ਇਹਨਾਂ ਗੱਲਾਂ 'ਚ ਨਾ ਆਈ ਇਹ ਖਾਲੀ ਰੰਗਦਾਰ ਪੱਥਰ ਨੇ ਮੈਨੂੰ ਯਾਦ ਹੈ ਕਿ ਚੁੱਲ੍ਹਾ ਹੁੰਦਾ ਸੀ ਕਿਚਨ ਦੇ ਵਿੱਚ ਔਰ ਛਟੀਆਂ ਦੇ ਨਾਲ ਅੱਗ ਬਲਦੀ ਸੀ ਉਹਦੇ ਉੱਤੇ ਖਾਣਾ ਪੱਕਦਾ ਸੀ ਪਰ ਉਹੋ ਜਿਹਾ ਖਾਣਾ ਮੈਂ ਨਹੀਂ ਕਦੀ ਖਾਇਆ ਉਹਨਾਂ ਦਿਨਾਂ 'ਚ ਸਾਨੂੰ ਕੀ ਸੀ ਅਸੀਂ ਤਾਂ ਕਿਤੇ ਬਾਹਰ ਅੰਦਰ ਵੀ ਨਹੀਂ ਜਾਂਦੇ ਸੀ ਕਿ ਸਾਨੂੰ ਪਤਾ ਹੋਵੇ ਵੀ ਕਿਸ ਨਾਲ ਕਰਾਉਣਾ ਕੈਸੇ ਕਰਾਉਣਾ ਮੈਂ ਕਹਿੰਦੇ ਰਾਤ ਭਰ ਸੋਚ ਲਓ ਮੈਂ ਕਿਹਾ ਹੁਣ ਮੈਂ ਸੋਚਾਂ ਕੀ ਜਦ ਮੈਨੂੰ ਕੁਛ ਪਤਾ ਹੀ ਨਹੀਂ ਮੈਨੇ ਸੋਚਣਾ ਕੀ ਹੈ ਅਪੀਅਰ ਹੀ ਨਹੀਂ ਨਾ ਹੁੰਦੇ ਸੀ ਤਾਂ ਲੜਕੀ ਉਹ ਤਾਂ ਅੰਦਰ ਹੀ ਕਮਰੇ 'ਚ ਉੱਪਰੋਂ ਦੇਖ ਲਿਆ ਕਿ ਤੋ ਦੇਖ ਲਿਆ ਕਿ ਬਰਾਤ ਆਈ ਹੈ ਇਹ ਹੋਇਆ ਮੈਂ ਹੀ ਇੱਕ ਉਹਨਾਂ ਦੀ ਸੀ ਜਿਹੜੇ ਮੇਰੇ ਮੈਥੋਂ ਨਾ ਨਿਟਿੰਗ ਹੋਈ ਪ੍ਰੋਪਰਲੀ ਨਾ ਮੈਥੋਂ ਕਢਾਈ ਕਢੂਈ ਹੋਈ ਪਰ ਬਾਕੀ ਮੇਰੀ ਸਿਸਟਰ ਮੇਰੀਆਂ ਕਜ਼ਨਸ ਵਗੈਰਾ ਉਹ ਹੱਥਾਂ ਦੀਆਂ ਬਹੁਤ ਸੁਚੱਜੀਆਂ ਨੇ ਖਵਾਹਿਸ਼ ਉੱਠਦੀ ਹੈ ਕਿ ਮੈਂ ਵੀ ਜੋ ਮੇਰੀ ਮਰਜ਼ੀ ਅੱਜ ਕਰ ਲਾਂ ਮੈਂ ਵੀ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਆਪਣੀਆਂ ਭੈਣਾਂ ਨਾਲ ਆਪਣੇ ਬੱਚਿਆਂ ਨਾਲ ਆਪਣੇ ਪੋਤੇ ਪੋਤੀਆਂ ਨਾਲ ਦੋਤੇ ਦੋਤੀਆਂ ਨਾਲ ਹੁਣ ਤਾਂ ਮੇਰੇ ਪੜ ਵੀ ਬਣ ਗਏ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਉਹਨਾਂ ਨਾਲ ਹੁੰਦੀ ਹੈ ਵੀ ਸੋਸ਼ਲ ਵੇਖ ਰਹੇ ਹੋ ਤੁਸੀਂ ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਗੱਲ 'ਤੇ ਗੱਲ ਦੀ ਸਾਡੀ ਸਪੈਸ਼ਲ ਸੀਰੀਜ਼ ਜਿਹਦੇ ਵਿੱਚ ਅਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਅਹਿਮ ਰੋਲ ਨਿਭਾਉਣ ਵਾਲੀਆਂ ਬੀਬੀਆਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ 8 ਮਾਰਚ ਨੂੰ ਤੁਸੀਂ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਇੰਟਰਵਿਊ ਸਾਡੇ ਦੋਵਾਂ ਦੇ ਨਾਲ ਇਸ ਚੈਨਲ 'ਤੇ ਸੁਣਿਆ ਅਤੇ ਵੇਖਿਆ ਅਤੇ ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸਾਡੀ ਅੱਜ ਦੀ ਇਸ ਖਾਸ ਲੜੀ ਦੇ ਵਿੱਚ ਸਾਡੇ ਨਾਲ ਹੋਣਗੇ ਸਤਿਕਾਰਯੋਗ ਪ੍ਰਨੀਤ ਕੌਰ ਜੀ ਇਹਨਾਂ ਦਾ ਜਨਮ 1944 ਦੇ ਵਿੱਚ ਸ਼ਿਮਲਾ ਵਿਖੇ ਹੋਇਆ ਅਤੇ 1964 ਦੇ ਵਿੱਚ ਇਹ ਵਿਆਹ ਕੇ ਪਟਿਆਲੇ ਆ ਗਏ ਨੇ 1999 'ਚ ਇਹਨਾਂ ਦਾ ਸਿਆਸੀ ਕਰੀਅਰ ਸ਼ੁਰੂ ਹੁੰਦਾ ਕਾਂਗਰਸ ਦੀ ਟਿਕਟ ਤੋਂ ਇਹ ਲਗਾਤਾਰ 3 ਵਾਰ 1999 2004 ਅਤੇ 2009 'ਚ ਲੋਕ ਸਭਾ ਮੈਂਬਰ ਬਣੇ 2009 'ਚ ਇਹਨਾਂ ਨੂੰ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ ਅਤੇ 2019 ਦੇ ਵਿੱਚ ਇਹ ਦੁਬਾਰਾ ਤੋਂ ਲੋਕ ਸਭਾ ਜਿੱਤੇ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਕਾਲੂ ਪਰਿਵਾਰ ਉਹਨਾਂ ਦੇ ਪੇਕੇ ਪਰਿਵਾਰ ਸ਼ਿਮਲੇ 20 ਸਾਲ ਜਿਹੜੇ ਉਹਨਾਂ ਨੇ ਬਿਤਾਏ ਉਹਨਾਂ ਦੇ ਸਕੂਲ ਦੀਆਂ ਉਹਨਾਂ ਦੇ ਕਾਲਜ ਦੀਆਂ ਗੱਲਾਂ ਅਤੇ ਉਸ ਤੋਂ ਬਾਅਦ 1964 ਦੇ ਵਿੱਚ ਜਦੋਂ ਉਹ ਪਟਿਆਲੇ ਆ ਜਾਂਦੇ ਨੇ ਲਗਭਗ 60 ਸਾਲ ਹੋ ਗਏ ਨੇ ਉਹਨਾਂ ਨੂੰ ਪਟਿਆਲੇ ਆਇਆਂ ਨੂੰ ਅਤੇ ਪਤਨੀ ਬਤੌਰ ਪਤਨੀ ਬਤੌਰ ਧੀ ਬਤੌਰ ਮਾਂ ਬਤੌਰ ਨੂੰਹ ਉਹਨਾਂ ਦਾ ਕੀ ਖਾਸ ਰੋਲ ਰਿਹਾ ਇਸ ਪਰਿਵਾਰ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਤੁਹਾਡਾ ਐਂਡ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਗੱਲਬਾਤ ਕਰਨ ਦੇ ਲਈ ਤੁਸੀਂ ਰਾਜ਼ੀ ਹੋਏ ਤੁਹਾਡਾ ਬਹੁਤ ਸ਼ੁਕਰੀਆ ਐਂਡ ਜੀ ਆਇਆਂ ਨੂੰ ਥੈਂਕ ਯੂ ਤੁਹਾਡਾ ਕੀ ਹਾਲ ਹੈ ਇਸ ਟਾਈਮ ਤੁਸੀਂ ਕੀ ਮਹਿਸੂਸ ਕਰ ਰਹੇ ਹੋ
ਬਹੁਤ ਵਧੀਆ ਹਾਲ ਹੈ ਔਰ ਥੋੜ੍ਹੇ ਜਿਹੇ ਰੁਝੇਵੇਂ ਵੀ ਜ਼ਿਆਦਾ ਵਧੇ ਹੋਏ ਨੇ ਕਿਉਂਕਿ ਇਲੈਕਸ਼ਨਾਂ ਸਿਰ 'ਤੇ ਆ ਰਹੀਆਂ ਨੇ। ਵੈਸੇ ਆਮ ਤੌਰ 'ਤੇ ਜਿੰਨਾ ਅੱਜ ਕੱਲ੍ਹ ਕੰਮ ਹੋ ਰਿਹਾ ਨੋਰਮਲ ਵੀ ਹਾਂਜੀ ਇਹ ਕੰਮ ਹੁੰਦਾ ਹੈ ਤਾਂ ਵਧੀਆ ਹੈ। ਹਾਲੇ ਮੌਸਮ ਵੀ ਠੀਕ ਹੈ ਹਾਂਜੀ ਸੋ ਠੀਕ ਹੈ ਸਭ ਕੁਛ। ਥੈਂਕ ਯੂ। ਤੁਸੀਂ ਕਹਿ ਰਹੇ ਸੀਗੇ ਕਿ ਸ਼ਾਇਦ ਤੁਸੀਂ ਫਿੱਕਾ ਸੂਟ ਪਾਇਆ ਅਤੇ ਸੂਟਾਂ ਦੇ ਰੰਗ ਤੁਸੀਂ ਕਿਵੇਂ ਚੁਣਦੇ ਹੋ, ਤੁਹਾਨੂੰ ਕਿਹੜਾ ਰੰਗ ਜ਼ਿਆਦਾ ਪਸੰਦ ਹੈ? ਇੱਕ ਤਾਂ ਇਹ ਰੰਗ ਵੀ ਪਸੰਦ ਹੈ ਮੈਨੂੰ ਔਰ ਮੈਨੂੰ ਸ਼ੋਖ ਰੰਗ ਵੀ ਪਸੰਦ ਨੇ, ਲਾਲ ਹੋਏ, ਪੀਲਾ ਹੋਏ, ਰਾਣੀ ਰੰਗ ਹੋਏ ਅਤੇ ਅਕਸਰ ਤਕਰੀਬਨ ਸਾਰੇ ਰੰਗ ਹੀ ਚੱਲਦੇ ਨੇ। ਮੈਂ ਇੱਕ ਚੀਜ਼ ਮਤਲਬ ਤੁਹਾਨੂੰ ਪਹਿਲਾਂ ਹੀ ਸਵਾਲ ਇਹੀ ਕਰਨਾ ਚਾਹੁੰਦੀ ਸੀਗੀ ਕਿ ਤੁਹਾਨੂੰ ਬਹੁਤ ਸਾਰੀਆਂ ਹੁਣ ਤੱਕ ਤੁਹਾਡੇ ਨਾਲ ਮੁਲਾਕਾਤਾਂ ਲੋਕਾਂ ਨੇ ਕੀਤੀਆਂ ਹੋਣਗੀਆਂ ਨਾ, ਤਾਂ ਤੁਹਾਨੂੰ ਜ਼ਿਆਦਾਤਰ ਪੋਲੀਟੀਕਲ ਕਰੀਅਰ ਦੇ ਉੱਤੇ ਸਵਾਲ ਹੋਏ ਹੁੰਦੇ ਆ ਹਮੇਸ਼ਾ, ਅਤੇ ਕਦੀ ਇੱਛਾ ਹੁੰਦੀ ਸੀ ਕਿ ਕਿਸੇ ਨਾਲ ਬੈਠ ਕੇ ਮੈਂ ਕਦੀ ਆਪਣੀ ਮਤਲਬ ਆਪਣੀਆਂ ਉਹ ਗੱਲਾਂ ਕਰਾਂ ਜੋ ਮੈਨੂੰ ਕਦੀ ਕਿਸੇ ਸਵਾਲਾਂ 'ਚ ਪੁੱਛੀਆਂ ਨਹੀਂ ਗਈਆਂ? ਇੱਕ ਮਤਲਬ ਤੁਸੀਂ ਜਿਵੇਂ ਬਹੁਤ ਲੰਮਾ ਕਰੀਅਰ ਰਿਹਾ ਤੁਹਾਡਾ ਪੋਲੀਟਿਕਸ 'ਚ, ਮੈਨੂੰ ਲੱਗਦਾ ਅਸੀਂ ਵੀ 2-3 ਦਿਨਾਂ 'ਚ ਜਿੰਨੀਆਂ ਇੰਟਰਵਿਊ ਸੁਣੀਆਂ ਸਾਰੀਆਂ ਉਹਨਾਂ ਚੀਜ਼ਾਂ 'ਤੇ ਸੀ, ਅਤੇ ਦਿਲ ਕਰਦਾ ਹੁੰਦਾ ਕਦੀ ਕਿ ਕੋਈ ਹੋਰ ਸਵਾਲ ਕੀਤਾ ਜਾਏ। ਮੇਰੇ ਖਿਆਲ 'ਚ ਐਸਾ ਭਰਮਾ ਦਿਨ ਹੁੰਦਾ ਔਰ ਉਹੀ ਸਿਆਸੀ ਗੱਲਾਂ ਸਾਹਮਣੇ ਆਈ ਜਾਂਦੀਆਂ ਨੇ, ਜਿਹੜਾ ਸੋਸ਼ਲ ਦਾਇਰਾ ਤੁਸੀਂ ਕਹਿ ਲਓ ਉਹ ਵੀ ਤਕਰੀਬਨ ਸਿਆਸੀ ਬੰਦਿਆਂ ਨਾਲ ਹੀ ਹੈ ਜਾਂ ਆਪਣੇ ਨਜ਼ਦੀਕੀ ਜੋ ਤੁਹਾਡੀ ਪਾਰਟੀ ਦੇ ਨਾਲ ਕੰਮ ਕਰਦੇ ਆ, ਤੁਹਾਡੇ ਨਾਲ ਕੰਮ ਕਰਦੇ ਹੈ, ਉਹਨਾਂ ਦੇ ਨਾਲ ਹੁੰਦਾ। ਹਾਂ ਕਦੀ ਕਦੀ ਦਿਲ ਕਰਦਾ ਕਿ ਅੱਜ ਦਾ ਦਿਨ ਮੈਂ ਆਪਣੇ ਪਰਿਵਾਰ ਦੇ ਨਾਲ, ਆਪਣੇ ਦੋਸਤਾਂ ਨਾਲ ਬਿਤਾਵਾਂ ਔਰ ਉਹ ਗੱਲਾਂ ਫਿਰ ਤਦ ਯਾਦ ਆਉਂਦੀਆਂ ਨੇ। ਪਰ ਮੈਂ ਇੰਨਾ ਕਹਿ ਸਕਦੀ ਹਾਂ ਕਿ ਮੈਂ ਪੂਰੀ ਸੰਤੁਸ਼ਟ ਔਰ ਖੁਸ਼ ਹੈ ਜਿਹੜਾ ਕੰਮ ਮੈਂ ਕਰ ਰਹੀ ਹਾਂ। ਅਣਵੰਡੇ ਭਾਰਤ ਦੇ ਵਿੱਚ ਤੁਹਾਡਾ ਜਨਮ ਹੁੰਦਾ 1944 ਦੇ ਵਿੱਚ, ਜਦੋਂ ਤੁਹਾਡਾ ਜਨਮ ਹੋਇਆ ਤਾਂ ਕਾਲੂ ਪਰਿਵਾਰ ਦੇ ਵਿੱਚ ਉਦੋਂ ਕੌਣ ਕੌਣ ਮੈਂਬਰ ਸੀਗੇ ਜਿਨ੍ਹਾਂ ਨੇ ਤੁਹਾਨੂੰ ਚੱਕਿਆ ਜਾਂ ਪਹਿਲਾਂ ਦੇਖਿਆ? ਦੇਖੋ ਥੋੜ੍ਹੀ ਜਿਹੀ ਉਮਰ 5-6 ਸਾਲਾਂ ਦੀ ਹੁੰਦੀ ਤਾਂ ਜ਼ਿਆਦਾ ਸੁਰਤ ਆਉਂਦੀ ਹੈ, ਪਰ ਉਸ ਟਾਈਮ 'ਤੇ ਮੇਰੇ ਫਾਦਰ ਇੱਕ ICS ਔਫਿਸਰ ਸੀ, ਉਹਨਾਂ ਦੇ ਨਾਂ ਦੇ ਵਿੱਚ ਇੰਡੀਅਨ ਸਿਵਲ ਸਰਵਿਸ ਕਹਿੰਦੇ ਸੀ, ਫਿਰ IAS ਬਣ ਗਿਆ ਅਤੇ ਉਹਨਾਂ ਦੀ ਪੋਸਟਿੰਗ ਬੰਗਾਲ ਦੇ ਵਿੱਚ ਸੀ, ਬੰਗਾਲ ਕੇਡਰ ਦੇ ਸੀਗੇ, ਬਹੁਤ ਇੱਕ ਰਿਮੋਟ ਜਗ੍ਹਾ ਮਾਇਮਨ ਸਿੰਘ ਦੇ ਵਿੱਚ ਸੀ। ਅਤੇ ਉਦੋਂ ਮੇਰੇ ਖਿਆਲ 'ਚ ਪੈਦਾਇਸ਼ ਮੇਰੀ ਸਿਮਲੇ ਹੋਈ ਮੇਰੇ ਨਾਨਕਿਆਂ ਦੇ ਨਾਲ, ਅਤੇ ਮੈਂ ਜ਼ਿਆਦਾ ਤੌਰ ਬਚਪਨ ਆਪਣਾ ਨਾਨਕਿਆਂ ਨਾਲ ਹੀ ਬਿਤਾਇਆ ਕਿਉਂਕਿ ਪੋਸਟਿੰਗ ਹੋ ਜਾਂਦੀ ਸੀ। ਹਾਂਜੀ ਤਾਂ ਮੈਨੂੰ ਪੂਰਾ ਯਾਦ ਨਹੀਂ ਕਿ ਬੰਗਾਲ ਦਾ, ਇੱਕ ਗੱਲ ਪਤਾ ਨਹੀਂ ਬਹੁਤ ਛੋਟੀ ਸੀ ਪਰ ਕੋਈ ਇਹੋ ਜਿਹੀ ਹੋਣੀ ਹੈ ਜਿਹੜੀ ਮੈਨੂੰ ਯਾਦ ਆਉਂਦੀ ਹੈ। ਉੱਥੇ ਉਹਨਾਂ ਜ਼ਮਾਨਿਆਂ 'ਚ ਜਦ ਟੂਰ 'ਤੇ ਜਾਂਦੇ ਸੀ ਨਾ ਤਾਂ ਹਾਥੀਆਂ ਦੇ ਉੱਤੇ ਸਮਾਨ ਜਾਂਦਾ ਸੀ, ਸੋ ਮੈਨੂੰ ਇੱਕ ਯਾਦ ਹੈ ਕਿ ਇੱਕ ਹਾਥੀ ਜਿਹਦਾ ਨਾਂ ਜੈਮੁਨੀ ਸੀ, ਉਹ ਹਾਥੀ ਨੇ ਮੈਨੂੰ ਇੰਨਾ ਯਾਦ ਹੈ ਕਿ ਇੱਕ ਵਾਰੀ ਆਪਣੀ ਸੁੰਡ ਦੇ ਵਿੱਚ ਲਪੇਟ ਕੇ ਨਾ ਚੱਕ ਕੇ ਸਿਰ 'ਤੇ ਬਿਠਾਤਾ ਸੀ। ਸੋ ਮੇਰੇ ਖਿਆਲ 'ਚ ਉਹ ਐਸਾ ਐਕਸਪੀਰੀਅੰਸ ਇੱਕ ਸਾਲ ਕੁ ਦੇ ਬੱਚੇ ਦੇ ਲਈ ਹੁੰਦਾ ਹੈ ਕਿ ਉਹ
ਉਹ ਇੱਕ ਚੀਜ਼ ਮੈਨੂੰ ਯਾਦ ਹੈ, ਉੱਥੋਂ ਦੀ ਹੋਰ ਕੋਈ ਚੀਜ਼ ਨਹੀਂ ਮੈਨੂੰ ਯਾਦ। ਹਾਂਜੀ, ਬਾਕੀ ਮੇਰੇ ਮਦਰ ਫਾਦਰ, ਮੇਰੇ ਫਾਦਰ ਦੇ ਫਾਦਰ ਗੁਜ਼ਰ ਗਏ ਸੀ ਉਦੋਂ ਤੋਂ, ਮੇਰੇ ਦਾਦਾ ਜੀ ਦਾਦੀ ਜੀ ਸੀਗੇ, ਔਰ ਜ਼ਿਆਦਾ ਤੌਰ ਮੈਂ ਆਪਣੇ ਨਾਨਾ ਨਾਨੀ ਨਾਲ ਰਹੀ। ਮੈਂ ਚਾਹੂੰਗੀ ਕਿ ਤੁਸੀਂ ਨਾਮ ਲੈ ਕੇ ਉਹਨਾਂ ਨੂੰ ਯਾਦ ਕਰੋ, ਕਿਉਂਕਿ ਤੁਹਾਡੇ ਫਾਦਰ ਸਾਹਿਬ ਸਤਿਕਾਰਯੋਗ ਗਿਆਨ ਸਿੰਘ ਕਾਲੋਂ। ਮੈਂ ਚਾਹੂੰਗੀ ਕਿ ਤੁਸੀਂ ਆਪਣੇ ਮਾਤਾ ਜੀ ਦਾ ਨਾਂ ਵੀ ਜ਼ਰੂਰ ਇੱਥੇ ਲਵੋ। ਤੁਹਾਡੇ ਦਾਦਾ ਦਾਦੀ ਦਾ ਕੀ ਨਾਮ ਸੀ, ਤੁਹਾਡੇ ਨਾਨਾ ਨਾਨੀ ਦਾ ਕੀ ਨਾਮ ਸੀ? ਮੇਰੇ ਫਾਦਰ ਸਰਦਾਰ ਗਿਆਨ ਸਿੰਘ ਕਾਲੋ ਜੀ, ਔਰ ਉਹਨਾਂ ਮੇਰੇ ਮਦਰ ਦਾ ਨਾਂ ਸਤਿੰਦਰ ਕੌਰ ਸੀ, ਨਾਨਾ ਜੀ ਦਾ ਗੁਰਬਚਨ ਸਿੰਘ, ਔਰ ਨਾਨੀ ਦਾ ਪ੍ਰਸਿੰਨ ਕੌਰ। ਦਾਦੀ ਜੀ ਦਾ ਨਾਮ ਮੈਨੂੰ ਇਸ ਤਰ੍ਹਾਂ ਪਤਾ ਨਹੀਂ, ਕਿਉਂਕਿ ਘੱਟ ਮਿਲਦੇ ਸੀ, ਪਰ ਅਸੀਂ ਉਹਨਾਂ ਨੂੰ ਦਾਦੀ ਜੀ ਆਖਦੇ, ਮਾਂ ਜੀ ਆਖਦੇ ਸੀ, ਅਸਲ 'ਚ ਮਾਂ ਜੀ ਉਹ ਹੀ ਆਖਦੇ ਸੀ, ਔਰ ਮੇਰੇ ਫਾਦਰ ਉਹਨਾਂ ਨੂੰ ਬੀਬੀ ਜੀ ਬੁਲਾਉਂਦੇ ਸੀ। ਤਾਂ ਮੇਰੀ ਕਾਫੀ ਛੋਟੀ ਉਮਰ ਸੀ ਜਦੋਂ ਗੁਜ਼ਰ ਗਏ, ਸੋ ਬਾਈ ਨੇਮ ਮੈਂ ਉਹਨਾਂ ਨੂੰ ਕਿਸੇ ਨੂੰ ਸੁਣਿਆ ਨਹੀਂ ਉਹਨਾਂ ਨੂੰ ਬੁਲਾਉਂਦੇ। ਔਰ ਮੇਰੇ ਨਾਨਾ ਜੀ ਵੀ ਦਲੀਪ ਸਿੰਘ ਜੀ ਸੀ, ਉਹ ਪਾਰਟੀਸ਼ਨ ਦੇ ਪਹਿਲੇ ਹੀ ਗੁਜ਼ਰ ਗਏ ਸੀ। ਹਾਂਜੀ, ਜਿਵੇਂ ਤੁਸੀਂ ਆਪਣੇ ਦੋਨਾਂ ਭੈਣ ਭਰਾਵਾਂ 'ਚੋਂ ਤੁਸੀਂ ਵੱਡੇ ਹੋ, ਹੈ ਨਾ, ਤੁਹਾਡੇ ਬ੍ਰਦਰ ਹਿੰਮਤ ਸਿੰਘ ਜੀ ਅਤੇ ਤੁਹਾਡੇ ਸਿਸਟਰ ਗੀਤੇਂਦਰ ਕੌਰ ਜੀ, ਤੁਹਾਡੇ ਘਰ ਦਾ ਮਾਹੌਲ ਬੜਾ ਪ੍ਰੋਗਰੈਸਿਵ ਰਿਹਾ ਹੋ, ਕਿਉਂਕਿ ਜਦੋਂ ਤੁਹਾਡੇ ਫਾਦਰ 1937 ਦੇ ਵਿੱਚ ICS 'ਚ ਆਏ ਸੀਗੇ, ਤਾਂ ਉਸ ਵਕਤ ਬਹੁਤ ਸਾਰੇ ਇੰਡੀਅਨਸ ਨੂੰ ਇਜਾਜ਼ਤ ਨਹੀਂ ਸੀ ਹੁੰਦੀ ਕਿ ਤੁਸੀਂ ਸਿਵਲ ਸਰਵਿਸ 'ਚ ਜਾਓ, ਤਾਂ ਤੁਹਾਡਾ ਜਿਹੜਾ ਬਚਪਨ ਦਾ ਮਾਹੌਲ ਸੀ ਉਹ ਕਿਵੇਂ ਦਾ ਸੀਗਾ? ਮਤਲਬ ਜਿਵੇਂ ਉਸ ਵਕਤ ਲੋਕ ਇਹ ਸਮਝਦੇ ਸੀ ਕਿ ਕੁੜੀਆਂ ਨੂੰ ਬਹੁਤ ਜ਼ਿਆਦਾ ਜਿਹੜੀ ਫਰੀਡਮ ਹੈ ਉਹ ਨਹੀਂ ਸੀ, ਜਾਂ ਪੜ੍ਹਨ ਲਿਖਣ ਦੇ ਮੌਕੇ ਨਹੀਂ ਸੀ, ਪਰ ਤੁਸੀਂ ਕੋਨਵੈਂਟ ਸਕੂਲ 'ਚ ਪੜ੍ਹੇ, ਤਾਂ ਉਹ ਤੁਹਾਨੂੰ ਯਾਦ ਹੈ ਕਿ ਬਾਕੀ ਕੁੜੀਆਂ ਨਾਲੋਂ ਕਿਹੜਾ ਮਾਹੌਲ ਜਿਹੜਾ ਤੁਹਾਨੂੰ ਡਿਫਰੈਂਟ ਮਿਲਿਆ? ਅਸਲ 'ਚ ਪਰਿਵਾਰ ਦੇ ਵਿੱਚ ਸਾਡੇ ਪੂਰੇ ਪਰਿਵਾਰ ਦੇ, ਚਾਹੇ ਮੇਰੀਆਂ ਮਾਸੀਆਂ ਸੀ, ਉਹਨਾਂ ਦੇ ਬੱਚੇ ਸੀ, ਇੱਕ ਬਹੁਤ ਵਧੀਆ ਮਾਹੌਲ ਸੀ, ਕਿਉਂਕਿ ਮੇਰੇ ਮਦਰ ਔਰ ਉਹਨਾਂ ਦੇ ਜਿਹੜੇ ਸਿਸਟਰ ਬ੍ਰਦਰ ਔਰ ਉਹਨਾਂ ਦੇ ਮਾਸੀਆਂ ਮਾਮੇ ਦੇ ਜਿਹੜੇ ਬੱਚੇ ਸੀ, ਇਹ ਸਾਰੇ ਇਕੱਠੇ ਹੀ ਤਕਰੀਬਨ ਪਲੇ ਸੀ। ਔਰ ਉਹਨਾਂ ਦਿਨਾਂ ਦੇ ਵਿੱਚ ਮੇਰੇ ਮਦਰ ਦੇ ਨਾਨਾ ਜੀ ਨੇ ਗਵਰਨੈਂਸ ਰੱਖੀ ਹੋਈ ਸੀ, ਜਿਹੜੀ ਸਾਰੇ 15-20 ਬੱਚੇ ਸੀ ਇਕੱਠੇ ਸਾਰੇ ਪਰਿਵਾਰ ਦੇ, ਜਿਨ੍ਹਾਂ ਦੇ ਸਿਮਲੇ ਜਾ ਕੇ ਇੱਕ ਪੂਰੇ ਕੰਪਲੈਕਸ ਦੇ ਵਿੱਚ ਰਹਿੰਦੇ ਸੀ, ਔਰ ਸਕੂਲ ਲੱਗਦਾ ਸੀ, ਕਲਾਸ ਲੱਗਦੀ ਸੀ, ਇੱਕ ਇੰਗਲਿਸ਼ ਗਵਰਨੈਂਸ ਸੀਗੀ ਉਹਨਾਂ ਦਿਨਾਂ 'ਚ, ਉਹੀ ਪੜ੍ਹਾਉਂਦੀਆਂ ਸੀ। ਮੇਰੇ ਨਾਨੀ ਜੀ ਔਰ ਉਹਨਾਂ ਦੇ ਪਰਿਵਾਰ ਨੂੰ ਵੀ ਮੇਰੇ ਪੜ੍ਹ ਨਾਨਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਇਆ ਸੀ ਸਭ ਨੂੰ। ਤੋ ਐਜੂਕੇਸ਼ਨ ਸਾਡੀ ਇੱਕ, ਔਰ ਮੇਰੇ ਫਾਦਰ ਦੇ ਸਾਈਡ ਤੋਂ ਵੀ ਮੇਰੇ ਗ੍ਰੈਂਡਫਾ ਮੇਰੇ ਦਾਦਾ ਜੀ ਵੀ ਇੱਕ ਐਜੂਕੇਸ਼ਨਿਸਟ ਸੀ। ਸੋ ਜਿੱਥੇ ਤੱਕ ਪੜ੍ਹਾਈ ਔਰ ਐਜੂਕੇਸ਼ਨ ਦਾ ਸਵਾਲ ਹੈ, ਉਹ ਬਚਪਨ ਤੋਂ ਤਾਂ ਮੈਂ ਦੇਖਦੇ ਆਏ ਹਾਂ, ਚਾਹੇ ਲੜਕੀਆਂ ਹੋਣ ਚਾਹੇ ਲੜਕੇ ਹੋਣ, ਇਕੁਅਲ ਓਪਰਚੁਨਿਟੀ ਦੀ ਵਧੀਆ ਪੜ੍ਹਾਈ ਮਿਲੀ ਹੈ ਸਭ ਨੂੰ। ਤੁਹਾਡਾ ਨਾਮ ਪ੍ਰਨੀਤ ਕੌਰ ਕਿਹਨਾਂ ਨੇ ਰੱਖਿਆ ਸੀ? ਮੇਰੇ ਫਾਦਰ ਨੇ ਰੱਖਿਆ ਸੀ। ਮੈਨੂੰ ਦੱਸਿਆ ਜਾਂਦਾ ਹੈ ਕਿ ਬੰਗਾਲੀ ਨਾਮ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਉਹ ਬੰਗਾਲ ਕੇਡਰ 'ਚ ਸੀ, ਔਰ ਜੋ ਮੈਂ ਪੁੱਛਿਆ ਕਿ ਇਹਦਾ ਮਤਲਬ ਕੀ ਹੈ, ਤਾਂ ਉਹਨਾਂ ਨੇ ਕਿਹਾ ਸਵੀਟ ਟ੍ਰੈਡੀਸ਼ਨ, ਕਿ ਇੱਕ ਪਰੰਪਰਾ ਟ੍ਰੈਡੀਸ਼ਨ ਜਿਹੜੀ ਹੈ
ਉਹ ਦੱਸਿਆ ਗਿਆ ਮੈਨੂੰ। ਜਿਵੇਂ ਕਿ ਤੁਸੀਂ ਤਿੰਨੇ ਭੈਣ ਭਰਾਵਾਂ 'ਚੋਂ ਵੱਡੇ ਹੋ, ਅਕਸਰ ਆਪਣੇ ਕਹਿੰਦੇ ਹੁੰਦੇ ਨੇ ਕਿ ਜਿਹੜੀ ਵੱਡੀ ਭੈਣ ਹੁੰਦੀ ਆ ਉਹ ਪਿਛਲੇ ਭੈਣ ਭਰਾਵਾਂ ਦੇ ਲਈ ਮਾਂ ਹੀ ਹੁੰਦੀ ਹੈ। ਸੋ ਤੁਹਾਡਾ ਉਹਨਾਂ ਦੇ ਨਾਲ ਬਚਪਨ ਦੇ ਵਿੱਚ ਕਿਵੇਂ ਦਾ ਰਿਸ਼ਤਾ ਰਿਹਾ? ਤੁਸੀਂ ਡੋਮੀਨੇਟ ਕਰਦੇ ਸੀਗੇ ਉਹਨਾਂ ਨੂੰ? ਨਹੀਂ, ਮੈਂ ਬਿਲਕੁਲ ਨਹੀਂ ਡੋਮੀਨੇਟ ਕਰਦੀ ਸੀ, ਪਰ 5 ਸਾਲ ਦਾ ਫਰਕ ਹੈ ਮੇਰੀ ਸਿਸਟਰ ਦੇ ਨਾਲ ਔਰ ਮੇਰੇ ਬ੍ਰਦਰ ਨਾਲ 9 ਸਾਲ ਦਾ ਫਰਕ ਸੀ। ਬਹੁਤ ਹੀ ਵਧੀਆ ਰਿਲੇਸ਼ਨਸ਼ਿਪ ਹੁਣ ਤੱਕ ਮੇਰੀ ਸਿਸਟਰ, ਮੇਰੀ ਭੈਣ, ਮੇਰੇ ਖਿਆਲ 'ਚ ਇੱਕ ਸਭ ਤੋਂ ਪਿਆਰੀ ਵਿਅਕਤੀ ਹੈ ਮੇਰੇ ਲਈ। ਹਾਂਜੀ, ਬਹੁਤ ਨਜ਼ਦੀਕੀ ਹੈ, ਸਾਡੇ ਬੱਚੇ ਵੀ ਬਹੁਤ ਨਜ਼ਦੀਕ ਨੇ ਔਰ ਪੋਲੀਟਿਕਸ ਤੋਂ ਇਲਾਵਾ ਜੋ ਸਾਡੀ ਸਾਂਝ ਹੈ ਉਹ ਬਹੁਤ ਪੱਕੀ ਹੈ ਔਰ ਬਹੁਤ ਸੁੰਦਰ ਹੈ। ਭਾਈ ਦੇ ਨਾਲ ਬਹੁਤ ਹੀ ਅੱਛੀ ਰਿਲੇਸ਼ਨਸ਼ਿਪ ਸੀ। ਬਹੁਤ ਹੀ ਅਚਾਨਕ 1 ਸਾਲ ਤੋਂ ਉੱਪਰ ਹੋ ਗਿਆ ਉਹਨਾਂ ਨੂੰ, ਇੱਕਦਮ ਬ੍ਰੇਨ ਹੈਮਰੇਜ ਆਈ ਐਂਡ ਹੀ ਪਾਸਡ, ਗੁਜ਼ਰ ਗਏ। ਉਹ ਹਾਲੇ ਵੀ ਨਹੀਂ ਮੈਂ ਸੋਚ ਸਕਦੀ ਕਿ ਉਹ ਹੈ ਨਹੀਂ, ਜਦ ਮੈਂ ਸੋਚਦੀ ਹਾਂ ਤਾਂ ਕੁਛ ਹੁੰਦਾ ਹੈ। ਹਾਂਜੀ, ਪਰ ਜਿੰਨਾ ਸਪੋਰਟ ਸਾਨੂੰ ਇਮੋਸ਼ਨਲੀ ਹੋਰ ਕਿਸੇ ਕਿਸਮ ਦਾ ਮੇਰੀ ਸਿਸਟਰ ਔਰ ਮੇਰੀ ਬ੍ਰਦਰ ਤੋਂ ਮੈਨੂੰ ਮਿਲਿਆ ਔਰ ਮੈਂ ਉਹਨਾਂ ਦਾ ਕੀਤਾ, ਰੱਬ ਇਸ ਤਰ੍ਹਾਂ ਹੀ ਰੱਖੇ। ਤੁਸੀਂ ਫਾਦਰਸ ਡੇ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੋਈ ਸੀ ਆਪਣੇ ਪਾਪਾ ਦੇ ਨਾਲ, ਅਤੇ ਉਹਦੇ 'ਚ ਤੁਸੀਂ ਲਿਖਿਆ ਕਿ ਮੇਰੇ ਫਾਦਰ ਸੀਗੇ ਜਿਨ੍ਹਾਂ ਨੇ ਮੈਨੂੰ ਬਹੁਤ ਨਿਮਰ ਰਹਿਣਾ ਸਿਖਾਇਆ ਕਿ ਜ਼ਿੰਦਗੀ 'ਚ ਤੁਸੀਂ ਜੋ ਵੀ ਮਰਜ਼ੀ ਅਚੀਵ ਕਰ ਲਓ ਪਰ ਇਹ ਚੀਜ਼ ਆ ਜਿਹੜੀ ਕਦੀ ਤੁਹਾਡੇ ਅੰਦਰੋਂ ਜਾਣੀ ਨਹੀਂ ਚਾਹੀਦੀ। ਅਤੇ ਤੁਸੀਂ ਕਿਹਦੇ ਜ਼ਿਆਦਾ ਕਲੋਜ਼ ਸੀ, ਆਪਣੇ ਮਦਰ ਦੇ ਜਾਂ ਆਪਣੇ ਫਾਦਰ ਦੇ? ਦੇਖੋ, ਇੱਕ ਨੈਚੁਰਲ ਟੈਂਡੈਂਸੀ ਹੁੰਦੀ ਹੈ ਗਰਲਸ ਦੀ ਮਦਰ ਦੇ ਨਾਲ। ਹਾਂਜੀ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਜ਼ਿਆਦਾ, ਅੱਜ ਕੱਲ੍ਹ ਤਾਂ ਫਾਦਰ ਮਦਰ ਬਹੁਤ ਜ਼ਿਆਦਾ ਇਨਵੋਲਵ ਹੁੰਦੇ ਆਪਣੇ ਬੱਚਿਆਂ ਨਾਲ। ਉਹਨਾਂ ਦਿਨਾਂ 'ਚ ਫਾਦਰਸ ਥੋੜ੍ਹੇ ਜਿਹੇ ਨਹੀਂ ਹੁੰਦੇ ਸੀ, ਪਰ ਸਾਡੀ ਹਰ ਇੱਕ ਗੱਲ ਦੇ ਵਿੱਚ ਉਹ ਹਿੱਸਾ, ਕਦੀ ਉਹਨਾਂ ਨੇ ਮੇਰੇ ਖਿਆਲ 'ਚ ਕਿਸੇ ਨੂੰ ਥੱਪੜ ਨਹੀਂ ਮਾਰਿਆ ਸਾਡੇ ਵਿੱਚੋਂ, ਕਦੀ ਕਿਸੇ ਨੂੰ ਜ਼ਿਆਦਾ ਉੱਚੀ ਆਵਾਜ਼ ਨਾਲ ਨਹੀਂ ਬੋਲੇ। ਅਤੇ ਇਹ ਜ਼ਰੂਰ ਹੈ, ਜਦ ਲੋੜ ਹੁੰਦੀ ਸੀ, ਹਾਂਜੀ, ਉਹ ਸਮਝਦੇ ਸੀ ਲੋੜ ਹੈ, ਤਾਂ ਬਹੁਤ ਹੀ ਵਧੀਆ ਸਾਨੂੰ ਸਲਾਹ ਦਿੰਦੇ ਸੀ ਜ਼ਿੰਦਗੀ ਦੇ ਅਸੂਲਾਂ ਦੇ ਉੱਤੇ। ਹਾਂਜੀ, ਇੱਕ ਛੋਟੀ ਜਿਹੀ ਗੱਲ ਮੈਂ ਦੱਸਦੀ ਹਾਂ। ਜਦ ਮੇਰੀ ਸ਼ਾਦੀ ਹੋਣ ਵਾਲੀ ਸੀ, ਮੈਂ ਤਾਂ ਕਦੀ ਕੋਈ ਰੋਇਲ ਫੈਮਿਲੀ ਦੇਖੀ ਨਹੀਂ ਸੀ, ਅਤੇ ਸ਼ਾਮ ਨੂੰ ਜਦ ਬਰਾਤ ਆਈ, ਬਰਾਤ ਦੇ ਵਿੱਚ ਜਦੋਂ ਭੇਜਦੇ ਨੇ ਕੱਪੜੇ ਗਹਿਣੇ ਜੋ ਵੀ ਰਿਵਾਜ ਹੈਗਾ, ਤਾਂ ਜਦ ਤਕਰੀਬਨ ਸਾਰੇ ਚਲੇ ਗਏ ਸੀ, ਬਸ 5-10 ਫੈਮਿਲੀ ਦੇ ਮੈਂਬਰਸ ਹੀ ਸੀ, 10-15, ਤਾਂ ਜਦ ਖੋਲ੍ਹਿਆ ਅਤੇ ਜਦ ਉਹ ਜੇਵਰ ਖੋਲ੍ਹੇ ਤਾਂ ਸਾਰਿਆਂ ਨੇ ਕਿਹਾ ਉਹ ਐਡੇ ਸੋਹਣੇ ਇਹ ਉਹ ਤਾਂ ਕਰੀ ਜਾ ਰਹੇ ਸੀ, ਤਾਂ ਮੈਨੂੰ ਮੇਰੇ ਫਾਦਰ ਨੇ ਪਾਸੇ ਬੁਲਾਇਆ ਔਰ ਉਹਨੇ ਕਿਹਾ ਇੱਕ ਗੱਲ ਸਮਝ ਲੈ ਤੂੰ, ਇਹਨਾਂ ਗੱਲਾਂ 'ਚ ਨਾ ਆਈ, ਇਹ ਖਾਲੀ ਰੰਗਦਾਰ ਪੱਥਰ ਨੇ, ਇਹ ਜ਼ਿੰਦਗੀ ਦੀ ਇਹਨਾਂ ਨੂੰ ਬਹੁਤ ਅਹਿਮੀਅਤ ਨਹੀਂ ਦੇਣੀ। ਸੋ ਉਹ ਗੱਲ ਮੈਨੂੰ ਹਰ ਵਕਤ ਯਾਦ ਆਉਂਦੀ ਹੈ ਕਿ ਅਸਲੀ ਜਿਹੜੀ ਜ਼ਿੰਦਗੀ ਦੀ ਮਕਸਦ ਹੈ, ਠੀਕ ਹੈ ਰੱਬ ਦੇ ਜਿਸ ਨੂੰ ਵੀ ਦਿੰਦਾ,
ਵਧੀਆ ਗੱਲ ਹੈ, ਪਰ ਜੋ ਅਸਲੀ ਅਸੂਲ ਹੈ ਉਹ ਯਾਦ ਰੱਖਣੇ ਚਾਹੀਦੇ ਨੇ। ਹਾਂਜੀ ਬਿਲਕੁਲ, ਉਹ ਗੱਲ ਮੈਂ ਕਦੀ ਨਹੀਂ ਭੁੱਲੀ। ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਭੈਣ ਤੁਹਾਨੂੰ ਬਹੁਤ ਦਿਲ ਅਜ਼ੀਜ਼ ਹੈ, ਅਤੇ ਹੁਣ ਵੀ ਜਦੋਂ ਤੁਸੀਂ ਇਕੱਠੀਆਂ ਬੈਠਦੇ ਹੋ ਤਾਂ ਤੁਸੀਂ ਆਪਣੇ ਬਚਪਨ ਦੀਆਂ ਜਾਂ ਤੁਹਾਡੇ ਬ੍ਰਦਰ ਜੋ ਨਹੀਂ ਰਹੇ ਹੈਗੇ ਤਾਂ ਆਪਣੇ ਬਚਪਨ ਦੀਆਂ ਜਾਂ ਉਸ ਪਰਿਵਾਰ ਦੀਆਂ ਤੁਸੀਂ ਕਿਹੜੀਆਂ ਗੱਲਾਂ ਚੇਤੇ ਕਰਦੇ ਹੁੰਦੇ ਹੋ? ਹੁਣ ਸਪੈਸੀਫਿਕਲੀ ਕੀ ਦੱਸਾਂ, ਸਾਰਾ ਕੁਛ ਹੀ। ਬਾਕੀ ਸਾਡਾ ਜਿਹੜਾ ਪਰਿਵਾਰ ਹੈਗਾ, ਖਾਸ ਕਰਕੇ ਮੇਰੀ ਮਦਰ ਦੀ ਸਾਈਡ ਤੋਂ ਜ਼ਿਆਦਾ ਵੱਡਾ ਪਰਿਵਾਰ ਸੀ, ਤਾਂ ਨੈਚੁਰਲੀ ਅਸੀਂ ਉਹਨਾਂ ਨਾਲ ਜ਼ਿਆਦਾ ਕੋਲੇ ਮਿਲੇ। ਸਾਡੀਆਂ ਮਾਸੀਆਂ, ਸਾਡੇ ਅਸੀਂ ਸਾਡੀਆਂ ਮਾਵਾਂ ਵਰਗੀਆਂ ਨੇ। ਹਾਂਜੀ, ਔਰ ਅਸੀਂ ਬੈਠ ਕੇ ਆਪਣੇ ਬੱਚਿਆਂ ਦੀਆਂ ਜੋ ਆਪਣੀਆਂ ਕਿਤੇ ਜਾਣਾ ਆਉਣਾ, ਸਾਡੇ ਤਕਰੀਬਨ ਇੱਕ ਵਾਰੀ ਸਾਲ 'ਚ ਛੁੱਟੀ ਵੀ ਇਕੱਠੇ ਕੱਟਦੇ ਹਾਂ। ਗੱਲ ਤਾਂ ਰੋਜ਼ ਹੀ ਹੋ ਜਾਂਦੀ ਹੈ ਤਕਰੀਬਨ ਟੈਲੀਫੋਨ ਦੇ ਉੱਤੇ। ਸੋ ਬਹੁਤ ਵਧੀਆ। ਕਹਿੰਦੇ ਹੁੰਦੇ ਨੇ ਕਿ ਨਾਨਕਿਆਂ ਨੂੰ ਦੋਤੇ ਬਹੁਤ ਪਿਆਰੇ ਹੁੰਦੇ ਨੇ, ਜਦੋਂ ਵੀ ਕਿਤੇ ਦੋਤੇ ਨਾਨਕੇ ਗਏ ਹੁੰਦੇ ਨੇ ਤਾਂ ਕਹਿੰਦੇ ਨੇ ਕਿ ਘਰ 'ਚ ਜੇ ਕੋਈ ਨਵੀਂ ਚੀਜ਼ ਖਾਣ ਲਈ ਵੀ ਬਣੀ ਆ ਤਾਂ ਕਹਿੰਦੇ ਹੁੰਦੇ ਨੇ ਕਿ ਦੋਹਤ ਮਾਨ ਦਾ ਹੱਕ ਪਹਿਲਾਂ ਆ। ਤੁਹਾਡਾ ਬਹੁਤ ਸਮਾਂ ਤੁਹਾਡੇ ਨਾਨਕੇ ਪਰਿਵਾਰ ਦੇ ਨਾਲ ਗੁਜ਼ਰਿਆ, ਅਤੇ ਮੈਂ ਚਾਹੂੰਗੀ ਕਿ ਕੋਈ ਖਾਸ ਯਾਦ ਉੱਥੋਂ ਦੀ ਜਾਂ ਫਿਰ ਉੱਥੇ ਤੁਹਾਡੇ ਲਈ ਤਿੰਨਾਂ ਭੈਣ ਭਰਾਵਾਂ ਦੇ ਲਈ ਜਾਂ ਖਾਸ ਤੁਹਾਡੇ ਲਈ ਕਿਹੋ ਜਿਹਾ ਰਵੱਈਆ ਹੁੰਦਾ ਸੀ? ਆਈ ਥਿੰਕ ਮੈਂ ਮੇਰੇ ਨਾਨਕੇ ਬਹੁਤ ਹੀ ਵਧੀਆ ਅਸੂਲਾਂ ਵਾਲੇ, ਧਾਰਮਿਕ ਔਰ ਪਿਆਰ ਦੇਣ ਵਾਲੇ ਸੀ। ਇੰਨਾ ਪਿਆਰ ਸਭ ਨੂੰ ਕਿ ਮੈਂ ਦੱਸ ਨਹੀਂ ਸਕਦੀ। ਜਿੱਥੇ ਰਹਿੰਦੇ ਸੀ ਪਿੰਡ ਤੋਂ ਥੋੜ੍ਹੀ ਜਿਹੀ ਬਾਹਰ, ਦੋ ਕਮਰੇ ਔਰ ਇੱਕ ਸਿਟਿੰਗ ਰੂਮ ਸੀ, ਬਾਕੀ ਤਾਂ ਵਰਾਂਡਾ ਵਰੂੰਡਾ ਜਿਹਾ ਸੀ। ਪਰ ਸਾਨੂੰ ਲੱਗਦਾ ਸੀ ਕਿ ਅਸੀਂ ਇੱਕ ਕਿਸਮ ਦੇ ਬਹਿਸ਼ 'ਚ ਆ ਗਏ। ਮੈਨੂੰ ਐਂ ਹੁੰਦਾ ਸੀ, ਮੈਂ ਬੋਰਡਿੰਗ ਸਕੂਲ ਗਈ ਕਿ ਉਹ ਟਾਈਮ ਆਏ ਕਿ ਛੁੱਟੀਆਂ ਹੋਣ ਔਰ ਮੈਂ ਜਾ ਕੇ ਮਹੀਨਾ ਡੇਢ ਮਹੀਨਾ ਉੱਥੇ ਰਹਿ ਕੇ ਆਵਾਂ। ਉਹਨਾਂ ਦਿਨਾਂ 'ਚ ਨਾ ਕੋਈ ਟੀ ਵੀ ਹੁੰਦੀ ਸੀ, ਨਾ ਕੋਈ ਕਦੀ ਕਦੀ ਰੇਡੀਓ ਚੱਲਦਾ ਸੀ, ਪਰ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ। ਕਹਿਣਾ ਵੀ ਉਹਨਾਂ ਨੇ ਕਿ ਪਿੰਡ ਤੋਂ ਜਲੰਧਰ ਦੇ ਬਾਹਰ ਪਿੰਡ ਹੈ ਕਿ ਜਲੰਧਰ ਜਾਣਾ ਹੈ ਦਿਨ ਦੇ ਲਈ, ਮੈਂ ਕਿਹਾ ਨਹੀਂ ਜਾਣਾ ਹੀ ਨਹੀਂ, ਦਿਲ ਨਹੀਂ ਕਰਦਾ ਸੀ ਕਿ ਅਸੀਂ ਉੱਥੋਂ ਉੱਠੀਏ। ਉਹੀ ਰੂਟੀਨ ਰੋਜ਼ ਸਵੇਰੇ ਉੱਠ ਕੇ ਬ੍ਰੇਕਫਾਸਟ ਖਾਣਾ, ਤਿਆਰ ਹੋਣਾ, ਥੋੜ੍ਹਾ ਜਿਹਾ ਵਾਕ ਕਰਨਾ ਨਾਨੀ ਨਾਲ ਬੈਠ ਕੇ ਬਾਹਰ, ਫਿਰ ਬਾਗ ਦੇ ਵਿੱਚ ਉਹ ਉਹਨਾਂ ਦੇ ਹੱਥ ਚੱਲਦੇ ਰਹਿੰਦੇ ਸੀ। ਮੈਂ ਹੀ ਇੱਕ ਉਹਨਾਂ ਦੀ ਸੀ ਜਿਹੜੇ ਮੈਥੋਂ ਨਾ ਨਿਟਿੰਗ ਹੋਈ ਪ੍ਰੋਪਰਲੀ, ਨਾ ਮੈਥੋਂ ਕਢਾਈ ਕਢੂਈ ਹੋਈ, ਪਰ ਬਾਕੀ ਮੇਰੀ ਸਿਸਟਰ, ਮੇਰੀਆਂ ਕਜ਼ਨਸ ਵਗੈਰਾ ਉਹ ਹੱਥਾਂ ਦੀਆਂ ਬਹੁਤ ਸੁਚੱਜੀਆਂ ਨੇ। ਤਾਂ ਅਸੀਂ ਬੈਠ ਕੇ ਉਹ ਪਿੰਡ ਦੀ ਕੋਈ ਤੀਵੀਂ ਆ ਜਾਂਦੀ ਸੀ, ਪੀੜ੍ਹੀ ਲੈ ਕੇ ਬੈਠ ਜਾਂਦੀ ਸੀ, ਗੱਲਬਾਤ ਹੁੰਦੀ ਸੀ। ਦੁਪਹਿਰ ਨੂੰ ਅਸੀਂ ਉਹਨਾਂ ਨੇ ਲੇਟ ਜਾਣਾ, ਅਸੀਂ ਉਹਨਾਂ ਨਾਲ ਲੇਟ ਕੇ ਕਿਤਾਬ ਕਤੂਬ ਪੜ੍ਹ ਲੈਣੀ, ਸ਼ਾਮ ਨੂੰ ਵਾਕ ਕਰ ਲੈਣਾ। ਉਸ ਦੇ ਬਾਅਦ ਸਰਦੀਆਂ 'ਚ ਛੁੱਟੀਆਂ ਹੁੰਦੀਆਂ ਸੀ, ਅੱਗ ਬਾਲ ਕੇ ਬੈਠ ਜਾਣਾ, ਖਾਣਾ ਖਾਣਾ ਔਰ ਸੌ ਜਾਣਾ। ਇਹ ਡੇਲੀ ਰੂਟੀਨ ਸੀ, ਪਰ ਦਿਲ ਨਹੀਂ ਕਰਦਾ ਸੀ ਕਿ ਇਹ ਕਦੀ ਖਤਮ ਹੋਏ। ਤੁਸੀਂ ਸਕੂਲ ਦੇ ਹੈੱਡ ਗਰਲ ਰਹੇ ਹੋ? ਹਾਂ, ਮੈਂ ਹੈੱਡ ਗਰਲ ਰਹੀ ਹਾਂ ਸਕੂਲ 'ਚ। ਅਤੇ ਉਸ ਟਾਈਮ ਤੁਸੀਂ ਮਤਲਬ ਕਿਸ ਚੀਜ਼ 'ਚ ਪਾਰਟੀਸਪੇਟ ਕਰਦੇ ਸੀ ਕਿ ਮੈਨੂੰ ਬੜਾ ਸ਼ੌਂਕ ਸੀ ਮੈਂ ਇਸ ਗੇਮ 'ਚ ਪਾਰਟ ਕਰਾਂ ਜਾਂ ਇਹ ਸਬਜੈਕਟ ਆ ਜਿਹੜਾ ਮੇਰਾ ਬਹੁਤ ਫੇਵਰੇਟ ਸੀਗਾ? ਦੇਖੋ ਸਬਜੈਕਟ ਤਾਂ ਜਿਹੜੇ ਸੀਗੇ ਸੀਗੇ, ਅਸੀਂ ਜਿਹੜੇ ਸਾਹਮਣੇ ਸਾਰੇ ਹੀ ਸਬਜੈਕਟਸ ਚੱਲਦੇ ਸੀ,
ਪਰ ਗੇਮਸ ਦੇ ਵਿੱਚ ਮੈਂ ਨੈੱਟਬੋਲ ਹੁੰਦਾ ਸੀ ਉਦੋਂ, ਹੁਣ ਤਾਂ ਥਰੋ ਬੋਲ ਜਾਂ ਕੀ ਕਹਿੰਦੇ ਨੇ ਉਸਨੂੰ ਪਤਾ ਨਹੀਂ, ਅਤੇ ਉਦੋਂ ਨੈੱਟਬੋਲ ਹੁੰਦਾ ਸੀ ਸਕੂਲ। ਗੇਮਸ ਬਹੁਤ ਜ਼ਿਆਦਾ ਨਹੀਂ ਹੁੰਦੀਆਂ ਸੀ ਪਹਾੜੀ ਇਲਾਕੇ 'ਚ, ਕੁਝ ਜਗ੍ਹਾ ਥੋੜ੍ਹੀ ਹੁੰਦੀ ਸੀ, ਪਰ ਇਹ ਹੈ ਕਿ ਰੋਜ਼ ਸਵੇਰੇ ਜਿਹਨੂੰ ਪੀ ਟੀ ਕਹਿੰਦੇ ਹੈ ਫਿਜ਼ੀਕਲ ਟ੍ਰੇਨਿੰਗ, ਉਹ ਰੋਜ਼ ਸਵੇਰੇ ਕਰਨੀ ਪੈਂਦੀ ਸੀ ਪੂਰੇ ਸਕੂਲ ਨੂੰ, ਔਰ ਸ਼ਾਮ ਨੂੰ ਗੇਮਸ ਪੀਰੀਅਡ ਹੁੰਦਾ ਸੀ ਘੰਟੇ ਦਾ, ਅਤੇ ਮੇਨਲੀ ਨੈੱਟਬੋਲ ਖੇਲਣਾ ਜਾਂ ਬੈਡਮਿੰਟਨ ਖੇਲਣੀ, ਜੋ ਇਹੋ ਜਿਹੀਆਂ ਗੱਲਾਂ ਸੀਗੀਆਂ। ਕਹਿੰਦੇ ਹੁੰਦੇ ਨੇ ਕਿ ਦਾਦੀ ਨਾਨੀ ਦੇ ਨੁਸਖੇ, ਇਹ ਤੁਹਾਡੇ ਪਿਛਲੇ ਪਰਿਵਾਰ ਨਾਲ ਜੁੜਿਆ ਹੋਇਆ ਆਖਰੀ ਸਵਾਲ ਹੈ, ਇਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਪਟਿਆਲੇ ਲੈ ਕੇ ਆਵਾਂਗੇ, ਕਿ ਦਾਦੀ ਨਾਨੀਆਂ ਤੋਂ ਆਪਾਂ ਬੜੇ ਸਾਰੇ ਨੁਸਖੇ ਲੈਂਦੇ ਹਾਂ, ਅਤੇ ਉਹਨਾਂ ਵੇਲਿਆਂ 'ਚ ਇਹ ਵੀ ਹੁੰਦਾ ਸੀਗਾ ਕਿ ਜੋ ਮਰਜ਼ੀ ਪੜ੍ਹੋ ਲਿਖੋ, ਭਾਵੇਂ ਤੁਸੀਂ ਕਮਾਉਂਦੇ ਹੋਵੋ, ਭਾਵੇਂ ਅਗਲਾ ਪਰਿਵਾਰ ਤੁਹਾਡਾ ਬਹੁਤ ਸੌਖਾ ਪਰਿਵਾਰ ਹੋਵੇ, ਪਰ ਇੱਕ ਕੁੜੀ ਨੂੰ ਖਾਣਾ ਬਣਾਉਣਾ, ਰਸੋਈ ਦਾ ਕੰਮ ਜ਼ਰੂਰ ਆਉਣਾ ਚਾਹੀਦਾ। ਵੈਸੇ ਕਹਿੰਦੇ ਨੇ ਕਿ ਤੁਹਾਨੂੰ ਖਾਣਾ ਬਣਾਉਣ ਦਾ ਸ਼ੌਂਕ ਘੱਟ ਹੈ, ਪਰ ਮੈਂ ਚਾਹੂੰਗੀ ਕਿ ਉਹਨਾਂ ਦੀ ਕੋਈ ਡਿਸ਼ ਤੁਹਾਨੂੰ ਤੁਸੀਂ ਆਪਣੇ ਨਾਨੀ ਤੋਂ ਸਿੱਖੀ ਹੋਵੇ ਜਾਂ ਆਪਣੇ ਮਦਰ ਤੋਂ। ਮੈਂ ਬਿਲਕੁਲ ਨਹੀਂ ਸਿੱਖੀ, ਨਾ ਮੈਨੂੰ ਸ਼ੌਂਕ ਹੈ। ਬਹੁਤ ਵਧੀਆ ਕੁੱਕ ਸੀ ਮੇਰੇ ਪੇਰੈਂਟਸ ਦੇ ਕੋਲ, ਮੇਰੇ ਜੋ ਖਾਣਾ ਮੇਰੇ ਨਾਨਾ ਨਾਨੀ ਦੇ ਘਰ ਬਣਦਾ ਸੀ ਬਿਲਕੁਲ ਸਿੰਪਲ, ਦਾਲ ਸਬਜ਼ੀ, ਔਰ ਉਹ ਵੀ ਮੈਨੂੰ ਯਾਦ ਹੈ ਕਿ ਚੁੱਲ੍ਹਾ ਹੁੰਦਾ ਸੀ ਕਿਚਨ ਦੇ ਵਿੱਚ, ਔਰ ਛਟੀਆਂ ਦੇ ਨਾਲ ਅੱਗ ਬਲਦੀ ਸੀ, ਉਹਦੇ ਉੱਤੇ ਖਾਣਾ ਪੱਕਦਾ ਸੀ, ਪਰ ਉਹੋ ਜਿਹਾ ਖਾਣਾ ਮੈਂ ਨਹੀਂ ਕਦੀ ਖਾਇਆ। ਤੁਹਾਨੂੰ ਸਵਾਦ ਵੀ ਨਹੀਂ ਭੁੱਲਿਆ ਹੋਣਾ? ਸਵਾਦ ਵੀ ਨਹੀਂ ਭੁੱਲਿਆ, ਨਾਲ ਜਿਹੜਾ ਉਹ ਚਿੱਟਾ ਮੱਖਣ ਰਿੜਕ ਕੇ ਕੱਢਦੇ ਸੀ ਰੋਜ਼, ਉਹ ਬਹੁਤ ਹੀ ਵਧੀਆ ਖਾਣਾ ਸੀ। 1964 'ਚ ਤੁਹਾਡਾ ਵਿਆਹ ਹੁੰਦਾ, ਤੁਸੀਂ ਪਟਿਆਲੇ ਆਉਂਦੇ ਹੋ ਨਾ, ਪਰ ਵਿਆਹ ਤੋਂ ਪਹਿਲਾਂ ਤੁਹਾਡਾ ਜਿਵੇਂ ਰਿਸ਼ਤਾ ਕਿਹਨੇ ਕਰਵਾਇਆ ਸੀ? ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਤੁਸੀਂ, ਤੁਹਾਡੀ ਜਿਹੜੀ ਪਰਿਵਾਰ ਦੀ ਬੈਕਗਰਾਊਂਡ ਆ ਉਹ ਰਾਜਸ਼ਾਹੀ ਨਹੀਂ ਸੀਗੀ, ਹੈ ਨਾ, ਤੁਸੀਂ ਰਾਜਸ਼ਾਹੀ ਪਰਿਵਾਰ ਦੇ ਵਿੱਚ ਆਏ, ਤਾਂ ਉਹ ਰਿਸ਼ਤਾ ਕਿਵੇਂ ਹੋਇਆ ਸੀ? ਤੁਸੀਂ ਪਹਿਲਾਂ ਸਰ ਨੂੰ ਕਦੀ ਮਿਲੇ ਸੀ ਜਾਂ ਤੁਸੀਂ ਇਹਨਾਂ ਨੂੰ ਜਾਣਦੇ ਸੀ ਇਸ ਪਰਿਵਾਰ? ਬਿਲਕੁਲ ਨਹੀਂ ਜਾਣਦੀ ਸੀ। ਹਾਂਜੀ, ਜਦ ਮੇਰੇ ਫਾਦਰ ਉਦੋਂ ਚੀਫ ਸੈਕਟਰੀ ਸੀ, ਹਾਂਜੀ, ਮੇਰੇ ਸੱਸ ਸਾਹਿਬ ਗਵਰਨਮੈਂਟ ਵੱਲੋਂ ਸੋਸ਼ਲ ਸਰਵਿਸ ਔਰ ਸਮਾਲ ਸੇਵਿੰਗਸ ਦੇ ਆਲ ਇੰਡੀਆ ਦੇ ਚੇਅਰਮੈਨ ਸੀਗੇ, ਹਾਂਜੀ, ਤਾਂ ਉਹਨਾਂ ਨੂੰ ਕੰਮ ਪੈਂਦਾ ਸੀ ਗਵਰਨਮੈਂਟ ਨਾਲ, ਦੋ ਤਿੰਨ ਵਾਰੀ ਗਏ ਮੇਰੇ ਫਾਦਰ ਦੇ ਨਾਲ, ਨਾਲੇ ਜਦ ਵੀ ਕੋਈ ਡਿਨਰ ਡੁਨਰ ਇੱਥੇ ਕਰਦੇ ਸੀਗੇ ਤਾਂ ਨੋਰਮਲੀ ਮੇਰੇ ਫਾਦਰ ਇਨ ਲਾਅ ਔਰ ਇਨਵਾਈਟ ਕਰਦੇ ਸੀ ਜਿਹੜੇ ਸੀਨੀਅਰ ਆਫਿਸਰਸ ਵਗੈਰਾ ਨੇ, ਦੋ ਤਿੰਨ ਵਾਰੀ ਇਸ ਤਰ੍ਹਾਂ ਹੋਏ। ਔਰ ਇੱਕ ਮੇਰੇ ਹਸਬੈਂਡ ਦੇ ਭੂਆ ਜੀ ਸੀ, ਜੋ ਉਹਨਾਂ ਦੇ ਹਸਬੈਂਡ ਵੀ IAS ਆਫਿਸਰ ਸੀ, ਅਤੇ ਉਹਨਾਂ ਨੇ ਸੁਜੈਸਟ ਕੀਤਾ, ਤਾਂ ਮੇਰੇ ਮਦਰ ਇਨ ਲਾਅ ਆਏ ਕਿ ਕੋਈ ਕੰਮ ਹੈਗਾ ਅਤੇ ਮੈਂ ਤੁਹਾਡੇ ਘਰ ਹੀ ਆਊਂਗੀ, ਤਾਂ ਮੇਰੇ ਫਾਦਰ ਨੇ ਕਿਹਾ ਲੰਚ ਖਾ ਲਓ। ਹਾਂਜੀ, ਤਾਂ ਉਹ ਲੰਚ ਖਾਣ ਆਏ, ਇਹ ਬਹਾਨਾ ਹੀ ਸੀ ਉਦੋਂ ਦੇਖਣ ਦੇ ਲਈ, ਉਹਨਾਂ ਜ਼ਮਾਨਿਆਂ 'ਚ ਤਾਂ ਪਹਿਲੇ ਦੇਖਦੇ ਸੀ। ਹਾਂਜੀ, ਸੋ ਮੈਨੂੰ ਯਾਦ ਹੈ ਐਡੇ ਸੋਹਣੇ ਸੀ ਮੇਰੇ ਮਦਰ ਨਾਲ, ਅੱਖਾਂ ਨਹੀਂ ਉਤਰਦੀਆਂ ਸੀ ਉਹਨਾਂ ਦੇ ਚਿਹਰੇ ਤੋਂ। ਚਲੋ ਮਿਲੇ, ਉਸ ਦੇ ਬਾਅਦ ਕਿਸੇ ਦੇ ਵਿਆਹ ਦੇ ਵਿੱਚ ਮੈਨੂੰ ਨਹੀਂ ਸੀ ਪਤਾ ਕਿ ਮੈਂ ਮਿਲਣ ਲੱਗੀ ਹੈ, ਪਰ ਜਿਸ ਤਰ੍ਹਾਂ ਗੱਲ ਹੋਈ ਤਾਂ ਮੈਂ ਕੈਪਟਨ ਸਾਹਿਬ ਨੂੰ ਮਿਲੀ,
ਬਸ ਉੱਥੋਂ ਹੀ ਥੋੜ੍ਹਾ ਜਿਹਾ ਆਈ ਸਪੋਜ਼ ਉਹਨਾਂ ਨੂੰ ਪੁੱਛਿਆ ਹੋਣਾ ਹੈ, ਮੇਰੇ ਮਦਰ ਇਨ ਲਾਅ ਨੇ ਆ ਕੇ ਰਿਸ਼ਤਾ ਮੰਗਿਆ ਅਤੇ ਮੈਂ ਤਾਂ ਜਾਣਦੀ ਨਹੀਂ ਸੀ। ਹਾਂਜੀ, ਪਰ ਜਦ ਮੈਨੂੰ ਪੁੱਛਿਆ ਤਾਂ ਉਹਨਾਂ ਦਿਨਾਂ 'ਚ ਸਾਨੂੰ ਕੀ ਸੀ, ਅਸੀਂ ਤਾਂ ਕਿਤੇ ਬਾਹਰ ਅੰਦਰ ਵੀ ਨਹੀਂ ਜਾਂਦੇ ਸੀ ਕਿ ਸਾਨੂੰ ਪਤਾ ਹੋਵੇ ਵੀ ਕਿਸ ਨਾਲ ਕਰਾਉਣਾ, ਕੈਸੇ ਕਰਾਉਣਾ। ਸੋ ਮੈਂ ਸਾਰੇ, ਮੈਂ ਕਿਹਾ ਮੈਂ ਕਹਿੰਦੇ ਰਾਤ ਭਰ ਸੋਚ ਲਓ, ਮੈਂ ਕਿਹਾ ਹੁਣ ਮੈਂ ਸੋਚਾਂ ਕੀ ਜਦ ਮੈਨੂੰ ਕੁਛ ਪਤਾ ਹੀ ਨਹੀਂ, ਮੈਨੇ ਸੋਚਣਾ ਕੀ ਹੈ। ਤਾਂ ਸਵੇਰੇ ਮੈਂ ਇਹਨਾਂ ਨੂੰ ਕਹਿਤਾ ਕਿ ਜਿਸ ਤਰ੍ਹਾਂ ਤੁਸੀਂ ਕਰਨਾ ਮੈਨੂੰ ਮਨਜ਼ੂਰ ਹੈ। ਤਾਂ ਰਿਸ਼ਤਾ ਹੋਇਆ, ਤਾਂ ਉਸ ਦੇ ਬਾਅਦ ਫਿਰ ਮੈਂ ਮਿਲੀ, ਮਾਰਚ ਦੇ ਮਹੀਨੇ 'ਚ ਇੰਗੇਜਮੈਂਟ ਹੋ ਗਈ। ਅੱਛਾ ਜੀ। ਔਰ ਅਕਟੂਬਰ 'ਚ ਸ਼ਾਦੀ ਹੋਈ। ਉਹਨਾਂ ਪੰਜ ਛੇ ਮਹੀਨਿਆਂ ਦੇ ਵਿੱਚ ਜ਼ਰੂਰ ਮੈਂ ਅਸੀਂ ਇੱਕ ਦੂਜੇ ਨੂੰ ਮਿਲੇ। ਇਹ ਹਾਲੇ ਆਰਮੀ 'ਚ ਸੀ, ਸੋ ਜ਼ਿਆਦਾ ਉਦੋਂ ਚਿੱਠੀਆਂ ਚੁੱਠੀਆਂ ਹੀ ਹੁੰਦੀਆਂ ਸੀ, ਪਰ ਜਦ ਵੀ ਇਹਨਾਂ ਕੋਲ ਟਾਈਮ ਲੱਗਦਾ ਸੀ ਕਿ ਬਹੁਤ ਦੂਰ ਚੀਨ ਦੇ ਬਾਰਡਰ 'ਤੇ ਪੋਸਟਡ ਸੀ, ਹਾਂਜੀ, ਤਾਂ ਆਉਣਾ ਵੀ ਮੁਸ਼ਕਲ ਹੁੰਦਾ ਸੀ ਉਹਨਾਂ ਦਿਨਾਂ 'ਚ। ਜਿੱਥੇ ਜਾਂਦੇ ਸੀ ਉੱਥੇ ਤੁਰ ਕੇ 2-3 ਦਿਨ ਤੁਰ ਕੇ ਜਾਣਾ ਪੈਂਦਾ ਸੀ ਆਪਣੇ ਪੋਸਟ ਜਾ ਪਹੁੰਚਣ ਨੂੰ। ਅੱਛਾ। ਗੱਡੀਆਂ ਵੀ ਨਹੀਂ ਜਾਂਦੀਆਂ ਸੀ। ਹਾਂਜੀ। ਸੋ ਪਰ ਮਿਲੇ ਅਸੀਂ ਕਾਫੀ ਵਾਰੀ। ਹਾਂਜੀ। ਔਰ ਇੱਕ ਦੂਜੇ ਨੂੰ ਕਾਫੀ ਅੱਛੀ ਤਰ੍ਹਾਂ ਜਾਣਨ ਲੱਗ ਪਏ ਸੀ ਸ਼ਾਦੀ ਤੋਂ ਪਹਿਲੇ। ਅੱਛਾ ਜੀ। ਤੁਸੀਂ ਤਕਰੀਬਨ 20 ਸਾਲ ਦੇ ਸੀ ਜਦੋਂ ਤੁਹਾਡਾ ਵਿਆਹ ਹੋਇਆ, ਹੈ ਨਾ? ਹਾਂਜੀ, 3 ਅਕਟੂਬਰ ਨੂੰ ਜਨਮਦਿਨ ਆ ਮੇਰਾ, 20 ਸਾਲਾਂ ਦੀ ਹੋ ਗਈ ਸੀ, 31st ਨੂੰ ਵੈਡਿੰਗ ਹੋਈ। ਹਾਂਜੀ, ਉਸੇ ਮਹੀਨੇ। ਅੱਛਾ ਜੀ। ਅਤੇ ਜਿਵੇਂ ਤੁਸੀਂ ਇੱਕ ਕਿੱਸਾ ਸਾਂਝਾ ਕੀਤਾ ਕਿ ਤੁਹਾਡੇ ਫਾਦਰ ਸਾਹਿਬ ਨੇ ਇੱਕ ਉਹ 'ਚ ਤੁਹਾਨੂੰ ਇੱਕ ਲਾਈਫ ਲੈਸਨ ਵੀ ਦੱਸਿਆ ਜਿਹੜਾ ਕਿ ਮੈਨੂੰ ਲੱਗਦਾ ਕਿ ਹੁਣ ਤੱਕ ਵੀ ਤੁਹਾਡੇ ਨਾਲ ਹੈ। ਹਾਂਜੀ। ਐਂਡ ਉਸ ਵਿਆਹ ਦੌਰਾਨ ਜਿਵੇਂ ਵਿਆਹ ਹੋਇਆ, ਕੋਈ ਉੱਥੋਂ ਦੀ ਹੋਰ ਮੈਮਰੀ ਸਾਡੇ ਨਾਲ ਤੁਸੀਂ ਅਗਰ ਸ਼ੇਅਰ ਕਰ ਸਕੋ ਤਾਂ। ਦੇਖੋ, ਉਹਨਾਂ ਦਿਨਾਂ 'ਚ ਨਾ ਥੋੜ੍ਹਾ ਜਿਹਾ ਇਹ ਸੀਗਾ ਕਿ 100 ਗੈਸਟ ਤੋਂ ਜ਼ਿਆਦਾ ਤੁਸੀਂ ਅਸੂਲ ਪੂਰੇ ਹਿੰਦੁਸਤਾਨ 'ਚ ਸੀ। ਅੱਛਾ। ਸੋ ਬੜੀ ਖੁਸ਼ੀ ਨਾਲ ਸਿੰਪਲ ਸਾਡੇ ਘਰਾਂ 'ਚ ਵਿਆਹ ਘਰ ਵਾਲੇ ਹੀ ਹੁੰਦੇ ਸੀ। ਅੱਜ ਕੱਲ੍ਹ ਦੇ ਸੰਗੀਤ ਵੀ ਆਪੇ ਹੀ ਢੋਲਕੀ ਵਜਾਉਣਾ, ਆਪੇ ਹੀ ਸਾਰਾ ਕੁਛ ਕਰਨਾ, ਹੁਣ ਤਾਂ ਹੋਰ ਬਹੁਤ ਇਲੈਬਰੇਟ ਹੋ ਗਿਆ। ਹਾਂਜੀ। ਅਤੇ ਫੈਮਿਲੀ ਸਾਰੀ ਇਕੱਠੀ ਹੋਈ, ਇਹਨਾਂ ਘਰ ਦੇ ਵਿੱਚ ਹੀ ਵਿਆਹ ਹੋਇਆ, ਆਨੰਦ ਕਾਰਜ ਵੀ ਉੱਥੇ ਹੋਏ। ਲੰਚ ਸ਼ਾਮ ਨੂੰ ਬਰਾਤ ਢੁੱਕੀ, ਮੇਰੇ ਬਹੁਤ ਪੰਕਚੁਅਲ ਸੀ ਫਾਦਰ ਇਨ ਲਾਅ, ਅਤੇ 100 ਬੰਦੇ ਆਏ ਬਰਾਤ 'ਚ। ਤਾਂ ਅਗਲੇ ਦਿਨ ਆਨੰਦ ਕਾਰਜ ਰਾਤ ਸ਼ਾਮ ਨੂੰ ਆਏ, ਅਸੀਂ ਤਾਂ ਅਪੀਅਰ ਹੀ ਨਹੀਂ ਨਾ ਹੁੰਦੇ ਸੀ ਲੜਕੀ, ਉਹ ਤਾਂ ਅੰਦਰ ਹੀ ਕਮਰੇ 'ਚ ਉੱਪਰੋਂ ਦੇਖ ਲਿਆ ਕਿ ਤੂੰ ਦੇਖ ਲਿਆ ਕਿ ਬਰਾਤ ਆਈ ਹੈ, ਇਹ ਹੋਇਆ। ਅਤੇ ਅਗਲੇ ਦਿਨ ਆਨੰਦ ਕਾਰਜ ਹੋਏ, ਆਨੰਦ ਕਾਰਜ ਦੇ ਬਾਅਦ ਇੱਥੇ ਆ ਗਏ ਅਸੀਂ। ਤੁਸੀਂ ਕੀ ਕਲਰ ਪਾਇਆ ਸੀਗਾ ਆਪਣੇ ਵਿਆਹ 'ਤੇ? ਪਿੰਕ। ਤੁਸੀਂ ਚੂਜ਼ ਕੀਤਾ? ਉਹਨਾਂ ਦਿਨਾਂ 'ਚ ਨਾ ਸਾਨੂੰ ਇੰਨਾ ਨਹੀਂ ਪਤਾ ਹੁੰਦਾ ਸੀ ਕਿ ਕੀ ਚੂਜ਼ ਕਰਨਾ। ਹਾਂਜੀ। ਪਰ ਹਾਂ, ਮੇਰੇ ਨਾਨੀ ਜੀ ਨੇ ਬਣਵਾਇਆ, ਔਰ ਜਿਹੜਾ ਗੋਟਾ ਲਗਾਇਆ ਨੀਚੇ, ਤਾਂ ਗੋਟਾ ਉਹਨਾਂ ਨੇ ਆਪ ਆਪਣੇ ਹੱਥਾਂ ਨਾਲ ਲਗਾਇਆ ਸੀ। ਅੱਛਾ। ਹਾਂਜੀ। ਉਹ ਲਹਿੰਗਾ ਹੈ ਤੁਹਾਡੇ ਕੋਲ? ਹਾਂ, ਮੇਰੇ ਕੋਲ ਹੈ। ਵੈਸੇ ਮੇਰੇ ਕੋਲ ਇਸ ਟਾਈਮ ਨਹੀਂ ਹੈ, ਮੈਂ ਆਪਣੀ ਡੋਟਰ ਇਨ ਲਾਅ ਨੂੰ ਦਿੱਤਾ ਸੀ। ਅੱਛਾ। ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ, ਜਿਵੇਂ ਤੁਹਾਡੀ ਇੰਗੇਜਮੈਂਟ ਅਤੇ ਵਿਆਹ 'ਚ ਨਾ 6 ਮਹੀਨੇ ਦਾ ਅਰਸਾ ਸੀਗਾ, ਅਤੇ ਤੁਸੀਂ ਇੱਕ ਬਿਲਕੁਲ ਡਿਫਰੈਂਟ ਪਰਿਵਾਰ ਦੇ ਵਿੱਚ ਆ ਰਹੇ ਸੀਗੇ,
ਤੇ ਕੋਈ ਸਪੈਸ਼ਲ ਟ੍ਰੇਨਿੰਗ ਉਸ ਟਾਈਮ ਦੌਰਾਨ ਤੁਹਾਡੇ ਘਰਦਿਆਂ ਨੇ ਤੁਹਾਨੂੰ ਦਿੱਤੀ ਕਿ ਇੱਕ ਐਡੇ ਵੱਡੇ ਪਰਿਵਾਰ? ਕੋਈ ਟ੍ਰੇਨਿੰਗ ਨਹੀਂ ਉਹਨਾਂ ਨੂੰ, ਕੀ ਟ੍ਰੇਨਿੰਗ, ਜੋ ਮੇਰੀ ਨੈਚੁਰਲ ਟ੍ਰੇਨਿੰਗ ਮੇਰੇ ਘਰ 'ਚ ਹੋਈ ਸੀ ਉਹੀ ਹੈ। ਹਾਂਜੀ, ਨਾ ਕਿਸੇ ਨੇ ਕਿਹਾ ਕਿ ਤੁਸੀਂ ਐਂ ਕਰਨਾ, ਨਾ ਹੋਣ ਵਾਲੇ ਸਹੁਰਿਆਂ ਨੇ ਕਿਹਾ। ਹਾਂਜੀ, ਘਰ ਵਾਲਿਆਂ ਦਾ ਤਾਂ ਮੈਨੂੰ ਪੂਰਾ ਮਾਣ ਸੀ ਆਪਣੇ ਅਪਬ੍ਰਿੰਗਿੰਗ 'ਤੇ, ਆਪਣੇ ਘਰ ਵਾਲਿਆਂ 'ਤੇ। ਹਾਂਜੀ, ਨਾ ਮੈਂ ਸੋਚਿਆ ਕਿ ਮੈਨੂੰ ਕੋਈ ਟ੍ਰੇਨਿੰਗ ਹੋਣੀ ਚਾਹੀਦੀ ਹੈ। ਅਤੇ ਪਹਿਲਾ ਦਿਨ ਜਦੋਂ ਤੁਸੀਂ ਇਸ ਪਰਿਵਾਰ ਦੇ ਵਿੱਚ ਆਏ, ਹੈ ਨਾ, ਅਤੇ ਕਿਵੇਂ ਦਾ ਸੀ ਉਹ ਦਿਨ, ਮਤਲਬ ਕਿਵੇਂ ਤੁਸੀਂ ਮਹਿਸੂਸ ਕੀਤਾ? ਕਿਉਂਕਿ ਵਿਆਹ ਤੋਂ ਬਾਅਦ ਹੁੰਦਾ ਹੀ ਹੈ ਕਿ ਜਦੋਂ ਆਪਾਂ ਕਿਸੇ ਨਵੇਂ ਘਰ 'ਚ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਮਨ 'ਚ ਚੱਲਦੀਆਂ ਹੁੰਦੀਆਂ ਨੇ। ਨਹੀਂ, ਬੜੀ ਖੁਸ਼ੀ ਨਾਲ ਆਈ ਮੈਂ। ਹਾਂਜੀ, ਸਾਰਿਆਂ ਨੂੰ ਪਹਿਲੇ ਮਿਲੀ ਹੋਈ ਸੀ, ਸਾਰਿਆਂ ਨੇ ਬੜਾ ਮੇਲ ਜੋਲ ਕੀਤਾ। ਹਾਂਜੀ, ਅਤੇ ਕਿਸੇ ਨੇ ਕੋਈ ਗੱਲ ਨਹੀਂ ਕਹੀ, ਬਹੁਤ ਹੀ ਕੀ ਕਹਾਂ, ਡਾਊਨ ਟੂ ਅਰਥ। ਇੱਥੇ ਐਡੇ ਵੱਡੇ ਘਰ ਦੇ ਵਿੱਚ ਰਹਿੰਦੇ ਵੀ ਸਿੰਪਲ ਹੈਬਿਟਸ। ਹਾਂਜੀ, ਔਰ ਬਹੁਤ ਅੱਛੀ ਤਰ੍ਹਾਂ ਸਵਾਗਤ ਹੋਇਆ, ਨਾ ਕਿਸੇ ਨੇ ਮੈਨੂੰ ਟੋਕਿਆ, ਨਾ ਕੁਝ ਕਿਹਾ, ਨਾ ਜ਼ਿੰਦਗੀ ਸ਼ੁਰੂ ਹੋ ਗਈ। ਕਹਿੰਦੇ ਹੁੰਦੇ ਨੇ ਕਿ ਜਦੋਂ ਅਸੀਂ ਦੂਸਰੇ ਪਰਿਵਾਰ 'ਚ ਜਾਂਦੇ ਹਾਂ ਅਤੇ ਹਮਸਫ਼ਰ ਸਾਡਾ ਹੁੰਦਾ ਹੈ ਕਿ ਜਿਹੜਾ ਸਾਡੇ ਸਭ ਤੋਂ ਨਜ਼ਦੀਕ ਹੁੰਦਾ, ਪਰ ਉਹਨਾਂ ਤੋਂ ਇਲਾਵਾ ਇਸ ਪਰਿਵਾਰ ਦੇ ਵਿੱਚ ਕਿਹੜਾ ਇੱਕ ਮੈਂਬਰ ਸੀ ਜਿਹੜਾ ਤੁਹਾਡੇ ਸਭ ਤੋਂ ਅਜ਼ੀਜ਼ ਸੀ? ਵੈਸੇ ਤਾਂ ਪਰਿਵਾਰ ਸਾਰਾ ਹੀ ਆਪਣਾ ਹੁੰਦਾ, ਪਰ ਇਹ ਹੁੰਦਾ ਕਿ ਦਿਲ ਦੀ ਗੱਲ ਕਰਨੀ ਕਿਸੇ ਦੇ ਨਾਲ। ਦੇਖੋ, ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਸੀ ਕਿ ਕੋਈ ਤੁਸੀਂ ਬਹੁਤ ਗਹਿਰਾਈਆਂ ਦੇ ਵਿੱਚ ਕੋਈ ਦਿਲ ਦੀ ਗੱਲ ਕਰਨੀ। ਨੋਰਮਲ ਜਿਹੜੀਆਂ ਗੱਲਾਂ ਹੁੰਦੀਆਂ ਖੁਸ਼ੀ ਦੇ ਨਾਲ ਜੀ, ਬਹੁਤ ਅੱਛਾ ਵਾਤਾਵਰਨ ਸੀ। ਹਾਂਜੀ, ਅਤੇ ਕੋਈ ਪਾਬੰਦੀ ਨਹੀਂ ਸੀ ਕਿਸੇ ਕਿਸਮ ਦੀ। ਸਹੁਰਾ ਸਾਹਿਬ ਮੇਰੇ ਰਹਿੰਦੇ ਸੀ ਇੱਥੇ, ਮਦਰ ਇਨ ਲੋਅ ਮੇਰੇ ਪਾਰਲੀਮੈਂਟ 'ਚ ਸੀ। ਹਾਂਜੀ, ਸੋ ਜ਼ਿਆਦਾ ਤੌਰ ਦਿੱਲੀ ਰਹਿੰਦੇ ਸੀ, ਔਰ ਇੱਕ ਮੇਰੇ ਨਣਦ ਵੀ ਦਿੱਲੀ ਰਹਿੰਦੇ ਸੀ। ਮੇਰੇ ਦੇਵਰ ਇੱਥੇ ਰਹਿੰਦੇ ਸੀ, ਪਰ ਉਹ ਆਰਮੀ 'ਚ ਸੀ, ਆਉਂਦੇ ਜਾਂਦੇ ਰਹਿੰਦੇ ਸੀ। ਔਰ ਮੇਰੀ ਇੱਕ ਨਣਦ ਜਿਨ੍ਹਾਂ ਦੀ ਸ਼ਾਦੀ, ਸਾਡੀ ਸਭ ਤੋਂ ਪਹਿਲੇ ਸ਼ਾਦੀ ਹੋਈ। ਹਾਂਜੀ, ਇਹਨਾਂ ਦੀਆਂ ਦੋਨੋਂ ਭੈਣਾਂ ਇਹਨਾਂ ਨਾਲੋਂ ਵੱਡੀਆਂ ਨੇ, ਪਰ ਉਹਨਾਂ ਦੀਆਂ ਬਾਅਦ 'ਚ ਸ਼ਾਦੀਆਂ ਹੋਈਆਂ। ਅੱਛਾ ਜੀ, ਤਾਂ ਉਹ ਇੱਥੇ ਰਹਿੰਦੇ ਸੀ ਘਰ ਦੇ ਵਿੱਚ। ਹਾਂਜੀ, ਇਹਨਾਂ ਦੀ ਛੋਟੀ ਭੈਣ, ਪਰ ਕੋਈ ਐਂ ਉਪਰਾ ਨਹੀਂ ਲੱਗਿਆ ਮੈਨੂੰ, ਹਾਲੇ ਕਿ ਬਿਲਕੁਲ ਅਲੱਗ ਵਾਤਾਵਰਨ ਸੀ, ਪਰ ਇੱਕ ਦਿਨ ਵੀ ਨਹੀਂ ਮੈਨੂੰ ਉਪਰਾ ਲੱਗਿਆ ਕਿ ਮੈਂ ਕਿੱਥੇ ਆ ਗਈ, ਮੇਰੇ ਨਾਲ ਕੀ ਹੋਊਗਾ, ਨਹੀਂ ਹੋਊਗਾ। ਅਤੇ ਪਟਿਆਲੇ ਇਸ ਸ਼ਹਿਰ ਨੂੰ, ਕਿਉਂਕਿ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪਟਿਆਲੇ ਦਾ ਜ਼ਿਕਰ ਆਉਂਦਾ, ਐਂਡ ਸ਼ਾਹੀ ਸ਼ਹਿਰ ਵੀ ਇਹਨੂੰ ਕਿਹਾ ਜਾਂਦਾ, ਸੋ ਪਟਿਆਲੇ ਆ ਕੇ ਤੁਸੀਂ ਸਭ ਤੋਂ ਪਹਿਲਾਂ ਕੀ ਦੇਖਿਆ ਸੀ ਇੱਥੇ ਇਸ ਸ਼ਹਿਰ ਦੀ, ਹੁਣ ਤੱਕ ਵੀ ਤੁਹਾਨੂੰ ਸਭ ਤੋਂ ਵੱਧ ਕੀ ਚੰਗਾ ਲੱਗਦਾ? ਮੈਂ ਕਦੀ ਸ਼ਾਦੀ ਤੋਂ ਪਹਿਲੇ ਪਟਿਆਲੇ ਆਈ ਨਹੀਂ ਸੀ। ਹਾਂਜੀ, ਇੱਕ ਵਾਰੀ ਆਈ ਸੀ ਇੰਗੇਜਮੈਂਟ ਤੋਂ ਪਹਿਲੇ, ਲੰਚ ਰੱਖਿਆ ਸੀ ਇਹਨਾਂ ਨੇ, ਉਦੋਂ ਬੁਲਾਇਆ ਸੀ। ਉਦੋਂ ਮੈਨੂੰ ਪਤਾ ਨਹੀਂ ਸੀ ਕਿ ਇੰਗੇਜਮੈਂਟ ਹੋਏਗੀ, ਕੀ ਹੋਊਗਾ, ਅਤੇ ਬਸ ਮੈਨੂੰ ਇੰਨਾ ਯਾਦ ਹੈ ਕਿ ਇਹੋ ਜਿਹਾ ਟਾਈਮ ਸੀ, ਮਾਰਚ ਦਾ ਪਹਿਲਾ ਹਫ਼ਤਾ, ਅਤੇ ਸਾਰਾ ਬਾਗ ਖਿਲਿਆ ਹੋਇਆ ਸੀ। ਉਹਨਾਂ ਨੂੰ 2-3 ਸਾਲ ਹੋਏ ਸੀ ਪੁਰਾਣੇ ਮੋਤੀ ਬਾਗ ਨੂੰ ਛੱਡ ਕੇ ਇਸ ਘਰ 'ਚ ਆਉਣ। ਅੱਛਾ ਜੀ, ਅਤੇ ਬਹੁਤ ਵਧੀਆ ਲੱਗਿਆ, ਇਹੀ ਦੇਖਿਆ ਮੈਨੇ ਸ਼ਾਦੀ ਦੇ ਬਾਅਦ। ਬਸ 2-3 ਜਗ੍ਹਾ ਪਹਿਲੇ, ਸਭ ਤੋਂ ਪਹਿਲੇ ਅਗਲੇ ਦਿਨ ਸਾਨੂੰ ਬਾਬਾ ਜੀ ਦੀ ਬੁਰਜ, ਜੋ ਕਿਲ੍ਹੇ ਦੇ ਵਿੱਚ ਹੈ ਕਹਿੰਦੇ, ਜਿੱਥੇ ਬਾਬਾ ਅੱਲਾ ਸਿੰਘ ਜੀ ਨੇ, ਜਿਹਦੇ ਆਲੇ ਦੁਆਲੇ
ਸ਼ਹਿਰ ਵਸਾਇਆ। ਹਾਂਜੀ, ਫਕੀਰ ਦੀ ਧੂਣੀ ਆ, ਉੱਥੇ ਮੰਦਿਰ ਹੈ, ਮਸਜਿਦ ਹੈ, ਉੱਥੇ ਫੈਮਿਲੀ ਜੋ ਵੀ ਕੰਮ ਪਹਿਲੇ ਜਦ ਵੀ ਕੋਈ ਵਿਆਹ ਕੇ ਆਉਂਦਾ ਉੱਥੇ ਜਾ ਕੇ ਮੱਥਾ ਟਿਕਾਉਂਦੇ ਨੇ। ਹਾਂਜੀ, ਹਾਲੇ ਕਿ ਉੱਪਰ ਵੀ ਗੁਰਦੁਆਰਾ ਸਾਹਿਬ ਹੈ ਜੀ, ਪਰ ਉੱਥੇ ਲੈ ਕੇ ਗਏ। ਸੋ ਸ਼ਹਿਰ ਦੇ ਵਿੱਚੋਂ ਥੋੜ੍ਹਾ ਜਿਹਾ ਨੰਗੀ ਮੈਂ ਕਿਲ੍ਹੇ ਦੇ ਵਿੱਚ ਗਈ। ਹਾਂਜੀ, ਔਰ ਬਾਕੀ ਜਿਹੜੀਆਂ ਇੱਕ ਦੋ ਰਿਸੈਪਸ਼ਨ ਸਿਟੀਜ਼ਨਸ ਵਗੈਰਾ ਨੇ ਕੀਤੇ ਉਹ ਦੇਖਿਆ। ਹਾਂਜੀ, ਉਸਦੇ ਬਾਅਦ ਹੌਲੀ 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 ਫਿਰ ਸ਼ਹਿਰ ਦੇਖਣ ਨੂੰ ਆਇਆ। ਹਾਂਜੀ, ਜਿਵੇਂ ਕਿਹਾ ਜਾਂਦਾ ਕਿ ਸ਼ਾਹੀ ਪਰਿਵਾਰਾਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਹਮੇਸ਼ਾ ਪਰਦਾ ਕਰਕੇ ਬਾਹਰ ਜਾਂਦੀਆਂ ਸੀ ਨਾ, ਜਦੋਂ ਤੁਸੀਂ ਪਹਿਲੀ ਵਾਰ ਪਟਿਆਲੇ ਗਏ ਜੋਤ ਚੁਕਾਉਣ ਲਈ ਬਾਬਾ ਆਲਾ ਸਿੰਘ ਹੁਣਾਂ ਦੀ ਸਮਾਧ 'ਤੇ, ਤਾਂ ਉਸ ਵਕਤ ਤੁਸੀਂ ਵੀ ਫਿਰ ਉਸੇ ਤਰੀਕੇ ਨਾਲ ਕਿ ਪਰਦਾ ਕਰਕੇ ਗਏ ਉਸ ਵਕਤ? ਨਹੀਂ, ਪਰਦਾ ਤਾਂ ਕੋਈ ਹੈ ਨਹੀਂ ਸੀ, ਸਿਰ ਤਾਂ ਜ਼ਰੂਰ ਹਾਂਜੀ ਢੱਕਦੇ ਸੀ। ਅਤੇ ਵੈਸੇ ਤਾਂ ਪਰਦਾ ਤਾਂ ਉੱਠ ਗਿਆ ਸੀ ਕਾਫੀ ਦੇਰ ਪਹਿਲੇ। ਹਾਂਜੀ, ਅਤੇ ਇੱਕ ਚੀਜ਼ ਹੋਰ, ਜਿਵੇਂ ਤੁਹਾਡੇ ਬੱਚੇ ਜਦੋਂ ਹੋਏ ਹੈ ਨਾ, ਉਸ ਤੋਂ ਬਹੁਤ ਅਰਸਾ ਬਾਅਦ ਤੁਸੀਂ ਪੋਲੀਟਿਕਸ 'ਚ ਆਏ ਹੋ, ਤਕਰੀਬਨ 35 ਸਾਲ ਤੁਸੀਂ ਮਤਲਬ ਪਰਿਵਾਰ ਨੂੰ ਦਿੱਤਾ, ਘਰ ਨੂੰ ਦਿੱਤਾ, ਕਦੀ ਐਵੇਂ ਮਹਿਸੂਸ ਤਾਂ ਨਹੀਂ ਹੁੰਦਾ ਕਿ ਉਹ ਲਾਈਫ ਜਿਹੜੀ ਪੋਲੀਟਿਕਸ 'ਚ ਆਉਣ ਤੋਂ ਪਹਿਲਾਂ ਦੀ ਸੀ ਉਹ ਜ਼ਿਆਦਾ ਬੈਟਰ ਸੀਗੀ ਇਸ ਹੁਣ ਵਾਲੀ ਜ਼ਿੰਦਗੀ ਨਾਲੋਂ? ਹਾਂ, ਮੇਰੇ ਖਿਆਲ 'ਚ ਜ਼ਿਆਦਾ ਬੈਟਰ ਸੀ। ਹਾਂਜੀ ਜੀ, ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ ਦੇ ਨਾਲ, ਹਸਬੈਂਡ ਦੇ ਨਾਲ, ਫੈਮਿਲੀ ਦੇ ਨਾਲ, ਉਹ ਦਿਨ ਬਹੁਤ ਅੱਛੇ ਸੀ। ਹੋਰ ਕੋਈ ਪਰਵਾਹ ਵੀ ਨਹੀਂ ਸੀ ਕਿਸੇ ਚੀਜ਼ ਦੀ, ਖਾਲੀ ਬੱਚਾ ਬਿਮਾਰ ਹੋ ਗਿਆ, ਬੱਚੇ ਨੇ ਸਕੂਲ ਜਾਣਾ, ਹੋਮਵਰਕ ਕਰਨਾ। ਪਰ ਇਹ ਗੱਲ ਹੈਗੀ ਹੈ ਕਿ ਬਹੁਤ ਪਹਿਲੇ ਤੋਂ ਮੈਂ ਇਹਨਾਂ ਨਾਲ ਕੰਮ ਕਰਨ ਲੱਗ ਪਈ ਸੀ। ਹਾਂਜੀ, ਜਦ ਪਹਿਲੀ ਵਾਰੀ ਇਹ ਇੰਡੀਪੈਂਡੈਂਟ ਖੜ੍ਹੇ, ਉਹ ਅਸੀਂ ਹਾਰ ਗਏ ਸੀ ਇਲੈਕਸ਼ਨ। ਹਾਂਜੀ, ਅਕਾਲੀ ਸਰਕਾਰ ਸੀ, ਬਾਦਲ ਸਾਹਿਬ ਮੇਰੇ ਖਿਆਲ 'ਚ ਪਹਿਲੀ ਵਾਰੀ ਸ਼ਾਇਦ ਉਦੋਂ ਚੀਫ ਮਿਨਿਸਟਰ ਸੀ। ਅਤੇ ਜਦ ਇਹਨਾਂ ਨੇ ਅਨਾਊਂਸ ਕੀਤਾ ਕਿ ਇੰਡੀਪੈਂਡੈਂਟ ਖੜ੍ਹੇ ਹੋਣਗੇ, ਮੇਰੇ ਮਦਰ ਇਨ ਲਾਅ ਦੀ ਉਦੋਂ ਸਪਲਿਟ ਹੋ ਗਈ ਸੀ ਕਾਂਗਰਸ ਪਾਰਟੀ ਨਾਲੋਂ, ਤਾਂ ਉਹ ਵਾਜਪਾਈ ਜੀ ਦੇ ਨਾਲ ਦੂਜਿਆਂ ਨਾਲ ਨਾ ਸੰਗਠਨ ਦੇ ਵਿੱਚ ਗਏ ਸੀ। ਸੋ ਉਦੋਂ ਮੈਨੂੰ ਐਂ ਲੱਗਦਾ ਸੀ ਕਿ ਉਹ ਮੈਂ ਤਾਂ ਹੁਣ ਕੰਮ ਕਰੂੰਗੀ, ਪਤਾ ਨਹੀਂ ਕੀ ਬਦਲਾ ਦੂੰਗੀ ਕੰਮ ਕਰਕੇ। ਇਹ ਨਹੀਂ ਪਤਾ ਇਹ ਵੀ ਨਹੀਂ ਪਤਾ ਸੀ ਕਿ ਕੈਂਪੇਨਿੰਗ ਕਿਸ ਤਰ੍ਹਾਂ ਕਰਨੀ ਹੈ, ਕੀ ਕਰਨੀ ਹੈ, ਪਰ ਉੱਥੋਂ ਫਿਰ ਸ਼ੁਰੂਆਤ ਕਰ ਲਈ। ਔਰ ਉਸਦੇ ਬਾਅਦ ਬੱਚੇ ਜਦ ਸਕੂਲ ਚਲੇ ਗਏ, ਮੈਂ ਸੋਸ਼ਲ ਵਰਕ ਕਰਨ ਲੱਗ ਪਈ, ਕਿਉਂਕਿ ਮੇਰੇ ਮਦਰ ਇਨ ਲਾਅ ਬਹੁਤ ਜ਼ਿਆਦਾ ਸੋਸ਼ਲ ਵਰਕ ਕਰਦੇ ਸੀ। ਤਾਂ ਜਦ ਉਹ ਪਾਰਲੀਮੈਂਟ ਚਲੇ ਗਏ ਤਾਂ ਜਿਹਨਾਂ ਨਾਲ ਕਰਦੇ ਸੀ ਉਹਨਾਂ ਨੇ ਮੈਨੂੰ ਇੰਡਕਟ ਕਰ ਲਿਆ। ਮੈਨੂੰ ਅੱਛਾ ਲੱਗਿਆ, ਕਿਉਂਕਿ ਘਰ ਦਾ ਕੋਈ ਖਾਸ ਕੰਮ ਹੈ ਨਹੀਂ ਸੀ ਕਰਨ ਨੂੰ। ਇਹ ਸੀ ਕਿ ਮੈਂ ਕਿਹਾ ਕਿ ਲੰਚ ਦੇ ਬਾਅਦ ਮੈਂ ਨਹੀਂ ਕਰਨਾ, ਕਿਉਂਕਿ ਬੱਚੇ ਛੋਟੇ ਸੀ, ਬੱਚੇ ਉਸ ਟਾਈਮ ਸਕੂਲ ਤੋਂ ਵਾਪਸ ਆਉਂਦੇ ਸੀ। ਹਾਂਜੀ, ਸੋ ਇੱਕ ਬਹੁਤ ਅੱਛੀ ਇੰਟਰੋਡਕਸ਼ਨ, ਜਿਹੜਾ ਸ਼ਹਿਰੀ ਪਟਿਆਲਵੀ ਸੀ ਉਹਦੇ ਨਾਲ ਮੇਰੀ ਸਾਂਝ ਹੋਣ ਲੱਗ ਪਈ। ਔਰ ਫਿਰ ਜਦ ਵੀ ਉਹਦੇ ਬਾਅਦ ਲਗਾਤਾਰ ਕੈਪਟਨ ਸਾਹਿਬ ਖੜ੍ਹੇ ਹੁੰਦੇ ਰਹੇ ਇਲੈਕਸ਼ਨਾਂ 'ਚ, ਤਾਂ ਉਹਨਾਂ ਦੇ ਪਾਰਲੀਮੈਂਟ ਦੀਆਂ ਹੋਈਆਂ, ਦੂਜੀਆਂ ਹੋਈਆਂ, ਤਾਂ ਜਦ ਮੈਂ ਸ਼ਹਿਰ ਤੱਕ ਸੀਮਤ ਰਹਿੰਦੀ ਸੀ, ਖਾਲੀ ਸ਼ਹਿਰ ਦੇ ਵਿੱਚ ਮੈਂ ਫਿਰ ਪੂਰਾ ਕੰਮ ਕਰਦੀ ਸੀ। ਹਾਂਜੀ ਹਾਂਜੀ, ਪਰ 1999 'ਚ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਆ, ਅਤੇ ਉਸ ਤੋਂ ਪਹਿਲਾਂ ਵੀ ਤੁਸੀਂ ਰੈੱਡ ਕਰਾਸ ਸੰਸਥਾ ਦੇ ਨਾਲ ਜੁੜੇ ਸੀ, ਐਂਡ ਉਸ ਤੋਂ ਇਲਾਵਾ ਤੁਸੀਂ ਸੰਜੀਵਨੀ ਨਾਂ ਦੀ ਇੱਕ ਆਰਗੇਨਾਈਜੇਸ਼ਨ ਇੱਥੇ ਚਲਾਉਂਦੇ ਸੀ ਬਹੁਤ। ਹਾਂਜੀ, ਮੈਂ ਚਾਹੁੰਦੀ ਹਾਂ ਕਿ ਉਸ ਚੀਜ਼ ਬਾਰੇ ਤੁਸੀਂ ਸਾਨੂੰ ਤਫਸੀਲ ਚ ਦੱਸੋ। ਮੈਂ ਤੁਹਾਨੂੰ ਕਿਹਾ ਜਦ ਬੱਚੇ ਛੋਟੇ ਛੋਟੇ ਸੀ, ਨਰਸਰੀ ਦੇ ਵਿੱਚ, 1.5 ਸਾਲ ਦਾ ਹੀ ਫਰਕ ਹੈ ਮੇਰੇ ਦੋਨੋਂ ਬੱਚਿਆਂ ਦਾ,
ਅਤੇ ਮੈਂ ਪਹਿਲੇ ਇੰਡਕਟ ਹੋਈ ਰੈੱਡ ਕਰੋਸ, ਉਦੋਂ ਹੋਸਪਿਟਲ ਵੈਲਫੇਅਰ ਸੈਕਸ਼ਨ ਹਰ ਮੰਡੇ ਮੀਟਿੰਗ ਹੁੰਦੀ ਸੀ, ਉੱਥੋਂ ਸ਼ੁਰੂਆਤ ਕਰ ਕਰਕੇ ਹਸਪਤਾਲਾਂ 'ਚ ਜਾਣਾ, ਦਵਾਈਆਂ ਦੇਣੀਆਂ, ਇਸ ਹੱਦ ਤੱਕ ਕਿ ਮੈਨੂੰ ਪੇਸ਼ੈਂਟਸ ਡਾਕਟਰ ਸਾਹਿਬ ਹੀ ਕਹਿਣ ਲੱਗ ਪਏ। ਬਹੁਤ ਇੱਕ ਇੱਕ ਚੀਜ਼ ਆਪ ਜਾ ਕੇ ਸਵੇਰੇ 6 ਵਜੇ ਉੱਠ ਕੇ ਕਿਚਨ ਜਾ ਕੇ ਚੈੱਕ ਕਰਨਾ ਕਿ ਸਮਾਨ ਜੋ ਖਰੀਦਿਆ ਉਹ ਸਹੀ ਹੈ, ਜਿਹੜਾ ਮਰੀਜ਼ਾਂ ਨੂੰ ਦੇਣਾ। ਬਹੁਤ ਕੰਮ ਕੀਤਾ, ਮੈਨੂੰ ਛੋਟੇ ਛੋਟੇ ਡਿਸਟ੍ਰਿਕਟ ਲੈਵਲ ਅਵਾਰਡ, ਸਟੇਟ ਲੈਵਲ ਅਵਾਰਡ, ਫਿਰ ਪ੍ਰੈਜ਼ੀਡੈਂਟ ਅਵਾਰਡ ਵੀ ਮਿਲਿਆ। ਹਾਂਜੀ, ਪਰ ਟਾਈਮ ਬਹੁਤ ਵਧੀਆ ਬੀਤਿਆ, ਸਿੰਪਲ ਸੀਗਾ। ਸਾਨੂੰ 10,000 ਰੁਪਇਆ ਮਿਲ ਜਾਏ ਤਾਂ ਅਸੀਂ ਸੋਚਦੇ ਸੀ ਕਿ ਕਿੰਨੀ ਵੱਡੀ ਰਕਮ ਆ ਗਈ ਔਰ ਅਸੀਂ ਇਹ ਪੂਰਾ ਸਾਲ ਚਲਾ ਲਾਂਗੇ ਇਹਦੇ ਨਾਲ। ਹਾਂਜੀ, ਉਹ ਜ਼ਮਾਨਾ ਹੋਰ ਸੀ, ਤਰੀਕੇ ਹੋਰ ਸੀ। ਬਿਲਕੁਲ। ਫਿਰ ਹਰੀਜਨ ਸੇਵਕ ਸੰਘ ਦੇ ਵਿੱਚ ਕੰਮ ਕੀਤਾ ਮੈਨੇ, ਸਿਟੀਜ਼ਨ ਵੈਲਫੇਅਰ ਕਾਉਂਸਲ ਦੇ ਵਿੱਚ ਕੰਮ ਕੀਤਾ ਮੈਨੇ, ਔਰ ਫਿਰ ਸੰਜੀਵਨੀ ਜਿਹੜੇ ਸਪੈਸ਼ਲ ਬੱਚੇ ਨੇ। ਹਾਂਜੀ, ਜਿਹੜੇ ਕੁਛ ਕਰ ਨਹੀਂ ਸਕਦੇ, ਉਹਦੇ ਵਿੱਚ ਮੈਂ ਪ੍ਰੋਫੈਸਰ ਸੀਗੇ ਉਹਨਾਂ ਦੇ ਨਾਲ ਕੰਮ ਸ਼ੁਰੂ ਕੀਤਾ। ਤਾਂ ਅਸੀਂ ਇੱਕ ਕਿਰਾਏ 'ਤੇ ਕੋਠੀ ਲਿੱਤੀ, ਇਟ ਵਾਸ ਵੋਲੰਟਰੀ, ਸਾਰੇ ਡੋਨੇਸ਼ਨ ਨਾਲ ਕੰਮ ਹੁੰਦਾ ਸੀ। ਹਾਂਜੀ, ਪੁਲਿਸ ਲਾਈਨ ਦੇ ਵਿੱਚ ਇੱਕ ਛੋਟੀ ਜਿਹੀ ਕੋਠੀ ਖਾਲੀ ਸੀ, ਗਵਰਨਮੈਂਟ ਦੇ ਤੌਰ 'ਤੇ ਸਾਨੂੰ ਰੈਂਟ 'ਤੇ ਮਿਲੀ। ਹਾਂਜੀ, ਔਰ ਥੋੜ੍ਹੇ ਜਿਹੇ ਬੱਚਿਆਂ ਨਾਲ ਅਸੀਂ ਸ਼ੁਰੂ ਕੀਤਾ। ਉਹ ਵੱਧਦਾ ਵੱਧਦਾ ਵੱਧਦਾ, ਜਦ ਮੈਂ ਮੈਂਬਰ ਪਾਰਲੀਮੈਂਟ ਬਣੀ ਫਿਰ ਮੈਨੇ ਇਹ ਸਾਰੇ ਕੰਮ ਛੱਡਤੇ ਸੀ, ਕਿਉਂਕਿ ਮੇਰੇ ਕੋਲ ਟਾਈਮ ਇੰਨਾ ਨਹੀਂ ਸੀ ਟੂ ਡਿਵੋਟ। ਤਾਂ ਮੈਂ ਨਹੀਂ ਚਾਹੁੰਦੀ ਸੀ ਕਿ ਕੰਮ ਸਫ਼ਰ ਕਰੇ, ਕਿ ਦੂਜਿਆਂ ਨੂੰ ਵੀ ਟਾਈਮ ਮਿਲੇ ਕਿ ਇਹ ਕੰਮ ਕਰਨ। ਜੋ ਮੈਂ ਸਪੋਰਟ ਕਰ ਸਕਦੀ ਸੀ ਮੈਂ ਕਰਦੀ ਸੀ। ਸੋ ਬੜਾ ਅੱਛਾ ਲੱਗਦਾ ਸੀ ਜਦ ਜਾਂਦੀ ਸੀ ਮੈਂ। ਉਹ ਬੱਚੇ ਕਈ ਬੋਲ ਵੀ ਨਹੀਂ ਸਕਦੇ, ਆਪਣੇ ਆਪ ਨੂੰ ਖਿਲਾ ਵੀ ਨਹੀਂ, ਡਰੈਸ ਵੀ ਨਹੀਂ। ਮੈਂ ਦੇਖਿਆ ਜਦ ਕੋਈ ਨਵਾਂ ਬੱਚਾ ਆਉਂਦਾ ਸੀ ਸਾਰੇ ਜਾ ਕੇ ਉਹਨੂੰ ਪਿਆਰ ਕਰਦੇ ਸੀ, ਔਰ ਜਦ ਮੈਂ ਜਾਣਾ ਅੰਦਰ ਤਾਂ ਭੱਜ ਕੇ ਆ ਕੇ ਜੱਫੀਆਂ ਪਾਉਂਦੇ ਸੀ। ਇੰਨੀ ਸੈਟਿਸਫੈਕਸ਼ਨ ਹੁੰਦੀ ਸੀ ਨਾ। ਤਾਂ ਉਸ ਦੇ ਬਾਅਦ ਸਾਨੂੰ ਬੀਬੀ ਜੀ ਕਹਿੰਦੇ ਸੀ, ਇੱਥੇ ਸੂਲਰ ਦੇ ਵਿੱਚ ਇੱਕ ਲੇਡੀ ਸੀ, ਉਸਨੇ ਸਾਨੂੰ ਜ਼ਮੀਨ ਦਾਨ ਕੀਤੀ। ਤਾਂ ਫਿਰ ਇਕੱਠੇ ਕਰਕੇ ਪੈਸੇ ਅਸੀਂ ਇੱਥੇ ਬਿਲਡਿੰਗ ਸ਼ੁਰੂ ਕੀਤੀ। ਉਸ ਦੇ ਬਾਅਦ ਬਹੁਤ ਲੋਕ ਜਿਨ੍ਹਾਂ ਕੋਲ ਬਹੁਤ ਪੈਸੇ ਸੀ ਔਰ ਜਿਨ੍ਹਾਂ ਦੇ ਸਪੈਸ਼ਲ ਨੀਡਸ ਵਾਲੇ ਚਿਲਡਰਨ ਵੀ ਸੀ, ਖਾਸ ਕਰਕੇ SPS ਓਬਰਾਏ ਸਰਬੱਤੀ ਭਲਾ ਵਾਲੇ, ਉਹਨਾਂ ਨੇ ਫਿਰ ਬਿਲਡਿੰਗਾਂ ਦੇ ਲਈ ਸਾਨੂੰ ਬਹੁਤ ਵੱਡੀਆਂ ਵਧੀਆ ਬਿਲਡਿੰਗਾਂ ਬਣਾਈਆਂ, ਔਰ ਏਅਰ ਕੰਡੀਸ਼ਨ ਕਮਰੇ ਕਰਤੇ। ਬੱਚੇ ਵੀ ਬੋਰਡਿੰਗ ਦੇ ਵਿੱਚ ਬਹੁਤ ਹੋ ਗਏ, ਦੂਜੇ ਵੀ ਆ ਗਏ। ਸਾਡੇ ਉੱਥੇ ਬੱਚਿਆਂ ਨੂੰ ਜਿਹੜੇ ਟੀਚਰਸ ਪੜ੍ਹਾਉਂਦਿਆਂ ਸੀ ਅਸੀਂ ਸਿਖਾਉਣ ਵੀ ਲੱਗ ਪਏ ਦੂਜੇ ਸਟੇਟਸ ਦੀਆਂ ਲੇਡੀਜ਼ ਨੂੰ, ਟੀਚਰਸ ਨੂੰ, ਕਿ ਇਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਾਈਦਾ। ਉਹ ਡਿਗਰੀ ਵੀ ਰੈਕਗਨਾਈਜ਼ ਹੋਣ ਲੱਗ ਪਈ। ਤਾਂ ਤੁਸੀਂ ਦੇਖੋ ਰੱਬ ਨੇ ਕਿਸ ਤਰ੍ਹਾਂ ਛੋਟੀ ਜਿਹੀ 5-7 ਬੱਚਿਆਂ ਨੂੰ ਲੈ ਕੇ ਕਿੱਥੇ ਪਤਾ ਨਹੀਂ 200 ਬੱਚਿਆਂ ਦਾ ਪ੍ਰਬੰਧ ਰਹਿਣ ਦਾ, ਨਾਲ ਫਿਰ ਇੱਕ ਨੋਰਮਲ ਸਕੂਲ ਵੀ ਖੋਲ੍ਹ ਲਿਆ ਕਿ ਕਦੀ ਕਦੀ ਇੰਟਰੈਕਸ਼ਨ ਹੋਣੀ ਚਾਹੀਦੀ ਹੈ। ਕਿ ਬਿਲਕੁਲ
ਤਾਂ ਮੇਰੇ ਖਿਆਲ 'ਚ ਪ੍ਰੋਫੈਸਰ ਸਾਹਿਬ ਨੇ ਜਿਹੜੇ ਟਰੱਸਟੀ ਸੀ, ਮੈਂ ਤਾਂ ਫਿਰ ਹਟ ਗਈ ਸੀ, ਮੈਂ ਤਾਂ ਸਪੈਸ਼ਲ ਓਕੇਜ਼ਨਸ 'ਤੇ ਹੀ ਜਾਂਦੀ ਸੀ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਹਾਲੇ ਵੀ ਚੱਲ ਰਿਹਾ ਵਧੀਆ ਤਰੀਕੇ ਨਾਲ ਇਹ ਸਕੂਲ। ਇੱਕ ਸਵਾਲ ਮੈਨੂੰ ਯਾਦ ਆਇਆ ਕਿ ਮਲੇਰਕੋਟਲਾ ਰਿਆਸਤ ਦੇ ਜੋ ਆਖਰੀ ਬੇਗਮ ਸਨ, ਬੇਗਮ ਉੰਨੇ ਸਾਂ, ਪਿੱਛੇ ਜੇ ਉਹ ਗੁਜ਼ਰ ਗਏ ਨੇ, ਅਤੇ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ, ਵੈਸੇ ਉਹ ਘੱਟ ਇੰਟਰੈਕਟ ਕਰਦੇ ਸੀਗੇ, ਪਰ ਇੱਕ ਛੋਟੀ ਜਿਹੀ ਡਾਕੂਮੈਂਟਰੀ ਇੱਕ ਹਰਪ੍ਰੀਤ ਸਿੰਘ ਕਾਲੂ ਹੋਰਾਂ ਨੇ ਕੀਤੀ ਸੀ, ਅਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਅਸੀਂ ਅਤੇ ਮਹਾਰਾਣੀ ਪਰਨੀਤ ਕੌਰ ਅਸੀਂ ਬੱਚਿਆਂ ਦੇ ਨਾਲ ਅਕਸਰ ਘੁੰਮਣ ਜਾਇਆ ਕਰਦੇ ਸੀਗੇ। ਮੈਂ ਚਾਹੁੰਦੀ ਹਾਂ ਕਿ ਅਗਰ ਉਹਨਾਂ ਦੇ ਨਾਲ ਕੋਈ ਜੁੜੀ ਹੋਈ ਯਾਦ। ਇਹ ਅਸਲ 'ਚ ਬੇਗਮ ਸਾਹਿਬ ਜਿਹੜੇ ਅਸੀਂ ਤਾਂ ਬੇਗਮ ਸਾਹਿਬ ਹੀ ਕਹਿੰਦੇ ਸੀ, ਉਹਨਾਂ ਦੀ ਮੇਰੇ ਮਦਰ-ਇਨ-ਲਾਅ ਨਾਲ ਬਹੁਤ ਜ਼ਿਆਦਾ ਦੋਸਤੀ ਸੀ, ਕਿਉਂਕਿ ਨਵਾਬ ਸਾਹਿਬ ਮਲੇਰਕੋਟਲਾ ਦਾ ਔਰ ਪਟਿਆਲੇ ਰਿਆਸਤ ਦੇ ਨਾਲ ਬਹੁਤ ਸਾਂਝ ਸੀਗੀ ਪੁਸ਼ਤਾਂ ਤੋਂ। ਅਤੇ ਮੈਨੂੰ ਯਾਦ ਹੈ ਕਿ ਬੇਗਮ ਸਾਹਿਬ ਜਦ ਅਸੀਂ ਪਹਾੜ ਜਾਣਾ, ਚਹਿਲ ਜਾਣਾ, ਉੱਥੇ ਆ ਕੇ ਰਹਿੰਦੇ ਸੀ ਨਾਲ, ਪਟਿਆਲੇ ਜ਼ਰੂਰ ਆਉਂਦੇ ਸੀ, ਮਹੀਨੇ 'ਚ ਆ ਗਏ, ਸਾਰਾ ਦਿਨ ਸਪੈਂਡ ਕਰ ਲਿਆ, ਕਈ ਵਾਰੀ ਰਾਤ ਰਹਿ ਗਏ। ਮੇਰੇ ਬੱਚਿਆਂ ਨੂੰ ਵੀ ਅੱਛੀ ਤਰ੍ਹਾਂ ਜਾਣਦੇ ਸੀ, ਸਾਨੂੰ ਜਾਣਦੇ ਸੀ, ਜ਼ਿਆਦਾ ਤੌਰ ਫਿਰ ਮੈਂ ਹੀ ਰਹਿੰਦੀ ਸੀ ਇੱਥੇ ਸਾਰਿਆਂ ਨਾਲ, ਸੋ ਸਾਂਝ ਬੜੀ ਵਧੀਆ ਬਣ ਗਈ ਸੀ, ਬਹੁਤ ਅੱਛੇ ਸੀਗੇ। ਹਾਂਜੀ, ਇੱਕ ਚੀਜ਼ ਜਿਵੇਂ ਅਸੀਂ ਪਹਿਲਾਂ ਹੀ ਤੁਹਾਨੂੰ ਨਾ ਆਪਾਂ ਗੱਲਬਾਤ ਕੀਤੀ ਕਿ ਤੁਸੀਂ ਬਹੁਤ ਲੰਮੇ ਸਮੇਂ ਬਾਅਦ ਪੋਲੀਟਿਕਸ 'ਚ ਆਏ ਹੋ, ਪਰ ਉਸ ਵਕਤ ਮੇਰੇ ਖਿਆਲ 'ਚ ਤੁਸੀਂ ਤਕਰੀਬਨ 50ਵੇਂ ਜਾਂ 45ਵੇਂ ਸਾਲ ਤੋਂ ਉੱਪਰ ਹੋਵੋਗੇ ਉਸ ਏਜ 'ਚ, ਅਤੇ ਬੜਾ ਪਰਿਵਾਰਕ ਜਿਵੇਂ ਵੀ ਵੱਧ ਜਾਂਦੇ ਆ, ਕਿਉਂਕਿ ਤੁਹਾਡੇ ਬੱਚੇ ਵੱਡੇ ਹੋ ਜਾਂਦੇ ਆ, ਉਹਨਾਂ ਦੇ ਵਿਆਹ ਸ਼ਾਦੀਆਂ, ਬਹੁਤ ਸਾਰੀਆਂ ਚੀਜ਼ਾਂ ਜੁੜ ਜਾਂਦੀਆਂ ਨੇ, ਅਤੇ ਥੋੜ੍ਹਾ ਜਿਹਾ ਸਰੀਰ ਨੂੰ ਵੀ ਇਹ ਹੋਣ ਲੱਗ ਜਾਂਦਾ ਕਿ ਨਹੀਂ ਹੁਣ ਇਹ ਜਿਹੜੀ ਉਮਰ ਆ ਇਹਨੂੰ ਬੜਾ ਆਰਾਮ ਵੀ ਚਾਹੀਦਾ, ਹੈ ਨਾ। ਅਤੇ ਪੋਲੀਟਿਕਸ 'ਚ ਇਵੇਂ ਹੁੰਦਾ ਕਿ ਤੁਹਾਡਾ ਦਿਨ ਰਾਤ ਕੁਛ ਵੀ ਤੈਅ ਨਹੀਂ ਹੁੰਦਾ, ਤੁਹਾਨੂੰ ਕਦੇ ਵੀ ਕੋਈ ਤੈਅ ਹੁੰਦਾ, ਅਤੇ ਇਹ ਚੀਜ਼ਾਂ ਹੁੰਦੀਆਂ ਸੀ ਵੀ ਇਹ ਕੀ ਸ਼ੁਰੂ ਕਰ ਲਿਆ, ਹੁਣ ਤਾਂ ਉਹ ਉਮਰ ਆ ਜਦੋਂ ਬੱਚਿਆਂ ਨਾਲ ਜ਼ਿਆਦਾ ਮੈਨੂੰ ਹੋਣਾ ਚਾਹੀਦਾ, ਕਿਉਂਕਿ ਉਹ ਆਪਾਂ ਕਹਿੰਦੇ ਕਿ ਜਦੋਂ ਬੱਚੇ ਵੱਡੇ ਹੋ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਤੁਹਾਡੀ ਜ਼ਿਆਦਾ ਜ਼ਰੂਰਤ ਹੁੰਦੀ ਆ, ਬਹੁਤ ਸਾਰੇ ਰਿਸ਼ਤੇ ਹੁੰਦੇ ਆ ਜਿਨ੍ਹਾਂ ਨੂੰ ਸਿਰਫ ਤੁਸੀਂ ਉਹ ਸਮਾਂ ਦੇ ਸਕਦੇ ਹੋ, ਤਾਂ ਬੱਚੇ ਇਸ ਚੀਜ਼ 'ਤੇ ਕੰਪਲੇਨ ਕਰਦੇ ਸੀ ਕਦੀ? ਨਹੀਂ, ਬਿਲਕੁਲ ਨਹੀਂ, ਬੱਚਿਆਂ ਨੇ ਮੇਰਾ ਸਾਥ ਬਹੁਤ ਦਿੱਤਾ, ਇੱਕ ਇੱਕ ਹਲਕਾ ਹਰ ਵਕਤ ਸਾਂਭਦੇ ਨੇ, ਬਹੁਤ ਅੱਛੀ ਤਰ੍ਹਾਂ ਕੰਮ ਕਰਦੇ ਨੇ, ਹਾਂਜੀ, ਬਹੁਤ ਲਾਇਕ ਨੇ। ਅਤੇ ਅਸਲ 'ਚ ਦੋਨਾਂ ਦੀ ਸ਼ਾਦੀ ਹੋ ਚੁੱਕੀ ਸੀ ਜਦ ਮੈਂ ਪਹਿਲੀ ਵਾਰੀ ਆਪ ਐਕਟਿਵ ਪੋਲੀਟਿਕਸ 'ਚ ਆਈ, ਜਦ ਮੈਂ ਲੜੀ। ਉਸ ਤੋਂ ਪਹਿਲੇ ਮੈਂ ਆਪਣੇ ਹਸਬੈਂਡ ਦਾ ਹੀ ਕੰਮ ਕਰਦੀ ਸੀ, ਆਈ ਵਾਜ਼ ਵੈਰੀ ਐਕਟਿਵ, ਹਾਂਜੀ, ਪੋਲੀਟਿਕਲੀ ਐਕਟਿਵ ਕਹਿ ਲਓ, ਪਰ ਆਪਣੇ ਆਪ ਲਈ ਨਹੀਂ, ਉਹਨਾਂ ਦੇ ਵਰਕਰਸ ਨੂੰ ਸਾਂਭਣਾ, ਉਹਨਾਂ ਦਾ ਕੰਮ ਕਰਨਾ ਇਸ ਤਰੀਕੇ ਨਾਲ। ਅਤੇ ਡਿਸੀਜਨ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਇਲੈਕਟਿਡ ਪੋਲੀਟਿਕਸ 'ਚ ਮੈਂ ਵੀ ਆਊਂਗੀ, ਪਰ ਉਦੋਂ ਉਹ ਪ੍ਰਧਾਨ ਸੀ ਕਾਂਗਰਸ ਪਾਰਟੀ ਦੇ, ਪਹਿਲੀ ਵਾਰੀ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਸਾਰੇ ਜ਼ਿਲ੍ਹੇ ਦੇ ਬੰਦਿਆਂ ਨੇ ਇਕੱਠੇ ਹੋ ਕੇ ਕਿਹਾ ਕਿ ਇਹਨਾਂ ਨੂੰ ਲੜਾਓ, ਔਰ ਸਰਵੇ ਜਿਹਾ ਕੀਤਾ ਕਿ ਜੇ ਜਿੱਤਣੀ ਔਰ ਆਪਣੀ ਹੋਮ ਸੀਟ ਨਹੀਂ ਹਾਰ ਸਕਦੇ ਤਾਂ ਇੱਕ ਫੈਮਿਲੀ ਦਾ ਮੈਂਬਰ ਖੜ੍ਹਾ ਹੋਣਾ ਚਾਹੀਦਾ। ਤਾਂ ਮੈਨੂੰ ਪਹਿਲੀ ਵਾਰੀ ਟਿਕਟ ਮਿਲਿਆ ਔਰ ਮੈਂ ਇਲੈਕਟਿਡ ਪੋਲੀਟਿਕਸ 'ਚ ਆਈ। ਬੱਚੇ ਮੇਰੇ ਉਦੋਂ ਗਰੋਨ ਅਪ ਸੀਗੇ, ਸ਼ਾਦੀ ਹੋਈ ਹੋਈ ਸੀ ਦੋਨਾਂ ਦੀ। ਹਾਂਜੀ, ਸੋ ਇਹ ਵੀ ਬਹੁਤ ਪ੍ਰੈਸ਼ਰ ਰਹਿੰਦਾ ਕਿ ਹੋਮ ਸੀਟ ਆਪਣੀ ਤੁਸੀਂ ਨਹੀਂ ਲੂਜ਼ ਕਰ ਸਕਦੇ। ਮੇਰੇ ਖਿਆਲ 'ਚ ਕਿਤੇ ਵੀ ਤੁਸੀਂ ਪੋਲੀਟਿਕਸ 'ਚ ਖੜ੍ਹੇ ਹੋਣਾ, ਉਹ ਪ੍ਰੈਸ਼ਰ ਹੀ ਪ੍ਰੈਸ਼ਰ ਹੈ, ਸੋ ਇਟ ਡਜ਼ਨਟ ਮੈਟਰ
ਹੋਮ ਸੀਟ 'ਚ ਹੁਣ ਚਲੋ ਅਸੀਂ ਹਾਰੇ ਵੀ ਹੈ ਜਿੱਤੇ ਵੀ ਹੈ ਦੋਨੋਂ ਚੀਜ਼ਾਂ ਦੇਖੀਆਂ ਨੇ ਸੋ ਇਹ ਤਾਂ ਚੱਲਦਾ ਰਹਿੰਦਾ ਇਨ ਪੋਲੀਟਿਕਸ ਕੁਝ ਕੁ ਸਮਾਂ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਸਿਰਫ ਆਪਣੇ ਲਈ ਚਾਹੀਦਾ ਹੁੰਦਾ ਨਾ ਕਿ ਜਦੋਂ ਲੱਗਦਾ ਕਿ ਮੈਂ ਕਈ ਵਾਰੀ ਅਸੀਂ ਕਮਰੇ 'ਚ ਇਕੱਲੇ ਹੋਈਏ ਤਾਂ ਸਾਡੇ ਅੰਦਰੋਂ ਇੱਕ ਇਹੋ ਜਿਹਾ ਬੱਚਾ ਨਿਕਲਦਾ ਜਿਹਨੂੰ ਅਸੀਂ ਜਾਣਦੇ ਨਹੀਂ ਹੁੰਦੇ ਉਹ ਸ਼ੌਂਕ ਸਾਨੂੰ ਯਾਦ ਆਉਂਦਾ ਜਿਹੜਾ ਸ਼ਾਇਦ ਅਸੀਂ ਬਹੁਤ ਸਮੇਂ ਤੋਂ ਭੁੱਲ ਚੁੱਕੇ ਹੁੰਦੇ ਹਾਂ ਨਾ ਅਤੇ ਤੁਸੀਂ ਜਿਹੜਾ ਆਪਣਾ ਟਾਈਮ ਹੁੰਦਾ ਸਿਰਫ ਉਹ ਤੁਸੀਂ ਕਿਸ ਤਰੀਕੇ ਨਾਲ ਸਪੈਂਡ ਕਰਦੇ ਹੋ ਕਿ ਮੈਨੂੰ ਉਸ ਵਕਤ 'ਚ ਸਿਰਫ ਆਹ ਚੀਜ਼ ਕਰਨੀ ਪਸੰਦ ਆ ਮੈਂ ਕੋਈ ਕਿਤਾਬ ਪੜ੍ਹਨਾ ਚਾਹੁੰਦੀ ਹਾਂ ਜਾਂ ਮੈਂ ਕੁਛ ਦੇਖਣਾ ਚਾਹੁੰਦੀ ਹਾਂ ਪਹਿਲੇ ਕਿਤਾਬਾਂ ਬਹੁਤ ਪੜ੍ਹੀਆਂ ਮੈਨੇ ਹਾਂਜੀ ਪਰ ਹੁਣ ਮੈਨੂੰ ਸਾਰੇ ਦਿਨ ਦੀ ਥਕਾਵਟ ਤਦ ਉਤਰਦੀ ਹੈ ਜਦ ਮੈਂ ਐਟਲੀਸਟ 40-45 ਮਿੰਟ ਵਾਕ ਕਰ ਲਾਂ ਸ਼ਾਮ ਨੂੰ ਸਵੇਰੇ ਨਹੀਂ ਹੁੰਦਾ ਮੈਥੋਂ ਕਿਉਂਕਿ ਬਹੁਤ ਕੁਛ ਹੁੰਦਾ ਘਰ ਦਾ ਵੀ ਕੰਮ ਥੋੜ੍ਹਾ ਬਹੁਤਾ ਕਰ ਕਰਾ ਕੇ 9:30-10 ਵਜੇ ਤੱਕ ਤੁਸੀਂ ਪਬਲਿਕ ਦਾ ਕੰਮ ਸ਼ੁਰੂ ਕਰ ਦਿਉ ਸੋ ਸਾਰਾ ਦਿਨ ਦਾ ਮੈਨੂੰ ਜਿਸ ਦਿਨ ਮੈਂ ਆਪਣੇ ਲਈ ਘੰਟਾ ਨਾ ਕੱਢ ਸਕਾਂ ਔਖਾ ਲੱਗਦਾ ਕਿ ਮੈਂ ਵਾਕ ਕਰਾਂ ਉਸ ਦੇ ਬਾਅਦ ਹੁਣ ਕਈ 2-3 ਸਾਲਾਂ ਤੋਂ ਮੈਂ ਥੋੜ੍ਹੀ ਜਿਹੀ ਫਿਜ਼ੀਓਥੈਰੇਪੀ ਵੀ ਕਰਵਾਉਂਦੀ ਹਾਂ ਕਿਉਂਕਿ ਹੁਣ ਉਮਰ ਦੇ ਲਿਹਾਜ਼ ਦੇ ਨਾਲ ਜ਼ਰੂਰਤ ਹੈ ਕਿ ਮਸਲਸ ਤੁਹਾਡੀਆਂ ਠੀਕ ਰਹਿਣ ਕਿ ਜੇ ਤੁਸੀਂ ਕੰਮ ਕਰਦੇ ਰਹਿਣਾ ਸੋ ਇਹ ਟਾਈਮ ਆਈ ਲਾਈਕ ਇਹ ਬਸ ਜਦ ਇਲੈਕਸ਼ਨਾਂ ਆ ਜਾਂਦੀਆਂ ਕੁਛ ਆ ਜਾਂਦਾ ਉਸ ਟਾਈਮ 'ਚ ਸਾਰਾ ਕੁਛ ਮਿਸ ਹੋ ਜਾਂਦਾ ਇੱਕ ਇਹ ਵੀ ਮੈਨੂੰ ਪਸੰਦ ਹੈ ਕਿ ਸ਼ਾਮ ਨੂੰ ਜੇ ਸਾਰਾ ਦਿਨ ਦਾ ਕੰਮ ਖਤਮ ਹੋਏ ਅਤੇ ਡਿਨਰ ਦੇ ਲਈ ਮੈਂ ਬੈਠ ਕੇ TV ਚਲਾ ਲਾਂ ਕੁਛ ਦੇਖ ਲਾਂ ਘੰਟੇ ਕੁ ਲਈ ਸੌਣ ਤੋਂ ਪਹਿਲੇ ਜਾਂ ਜੇ ਕੋਈ ਕਰਦੇ ਹੋਣ ਤਾਂ ਬੈਠ ਕੇ ਗੱਲਬਾਤ ਕਰੀਏ ਹਾਂਜੀ ਸੋ ਅੱਜ ਕੱਲ੍ਹ ਕਹਿੰਦੇ ਤੁਸੀਂ ਨੈੱਟਫਲਿਕਸ ਵੀ ਦੇਖ ਰਹੇ ਹੋ ਸੋ ਕੀ ਦੇਖ ਰਹੇ ਹੋ ਖਾਸ ਤੌਰ 'ਤੇ ਨੈੱਟਫਲਿਕਸ ਮੈਂ ਬਹੁਤ ਘੱਟ ਦੇਖਦੀ ਹਾਂ ਹੁਣ ਯੂਟਿਊਬ 'ਤੇ ਹੀ ਬਹੁਤ ਕੁਛ ਆ ਜਾਂਦਾ ਸੋ ਮੈਨੂੰ ਸੀਰੀਅਲਸ ਪਸੰਦ ਹੈ ਅੱਜ ਕੱਲ੍ਹ ਮੈਨੂੰ ਬਹੁਤ ਪਸੰਦ ਆ ਰਹੇ ਨੇ ਟਰਕਿਸ਼ ਸੀਰੀਅਲ ਕਿਉਂਕਿ ਉਹਨਾਂ ਵਿੱਚ ਜ਼ਿਆਦਾ ਸੋਚਣ ਦੀ ਗੱਲ ਨਹੀਂ ਹੁੰਦੀ ਦੇਖੀ ਜਾਓ ਵਿੱਚ ਦੀ ਕੋਈ ਬੋਲ ਪਿਆ ਇਟ ਡਸਨਟ ਮੈਟਰ ਬਟ ਮਨੋਰੰਜਨ ਬੜਾ ਹੁੰਦਾ ਉਹਨਾਂ ਦੇ ਵਿੱਚ ਤੁਸੀਂ ਥੀਏਟਰ ਜਾ ਕੇ ਸਿਨੇਮਾ ਦੇਖਦੇ ਹੋ ਬਹੁਤ ਅੱਛਾ ਲੱਗਦਾ ਸੀ ਥੀਏਟਰ ਜਾ ਕੇ ਸਿਨੇਮਾ ਦੇਖਣ ਪਰ ਹੁਣ ਤਾਂ ਮੇਰੇ ਖਿਆਲ 'ਚ ਮੁੱਦਤਾਂ ਹੋ ਗਈਆਂ ਮੈਂ ਤਾਂ ਗਈ ਹੋਈ ਨਹੀਂ ਟਾਈਮ ਹੀ ਨਹੀਂ ਮਿਲਦਾ ਥੀਏਟਰ ਜਾ ਕੇ ਦੇਖਣ ਦੇ ਲਈ ਇੱਕ ਜਿਵੇਂ ਜਦੋਂ ਤੁਸੀਂ ਨੌਨ ਚਿਹਰੇ ਹੁੰਦੇ ਹੋ ਨਾ ਕਿਸੇ ਵੱਡੇ ਪਰਿਵਾਰ 'ਚੋਂ ਹੁੰਦੇ ਹੋ ਤਾਂ ਅਸੀਂ ਹਮੇਸ਼ਾ ਇਹ ਚੀਜ਼ ਮਹਿਸੂਸ ਕਰਦੇ ਹਾਂ ਕਿ ਤੁਹਾਡੀ ਜ਼ਿੰਦਗੀ ਨੂੰ ਲੋਕ ਬੰਨ ਬਹੁਤ ਲੈਂਦੇ ਆ ਹੈ ਨਾ ਕਿ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਸ਼ਾਇਦ ਓਨੇ ਲੁਤਫ ਨਾਲ ਨਹੀਂ ਜਿਉਂ ਸਕਦੇ ਜਿੰਨੀ ਨਾਲ ਇੱਕ ਆਮ ਬੰਦਾ ਜਿਉਂ ਲੈਂਦਾ ਤਾਂ ਇਹ ਚੀਜ਼ਾਂ ਤੁਹਾਨੂੰ ਵੀ ਟੈਂਸਟ ਕਰਦੀਆਂ ਨੇ ਕਿ ਬਈ ਅਸੀਂ ਵੀ ਕਾਸ਼ ਇਸ ਤਰੀਕੇ ਨਾਲ ਮਤਲਬ ਖੁੱਲ੍ਹੀ ਤਰ੍ਹਾਂ ਨਾਲ ਕਿਤੇ ਘੁੰਮ ਸਕਦੇ ਕਿਤੇ ਰਹਿ ਸਕਦੇ ਕਿਉਂਕਿ ਅੱਜ ਕੱਲ੍ਹ ਜਿਹੜਾ ਹੁਣ ਦਾ ਯੁੱਗ ਆ ਉਹ ਤਾਂ ਖਾਸ ਕਰਕੇ ਕਿ ਤੁਹਾਨੂੰ ਹਰ ਜਗ੍ਹਾ ਤੋਂ ਕੋਈ ਕੈਪਚਰ ਕਰ ਰਿਹਾ ਔਰ ਉਹ ਕੀ ਲਿਖ ਕੇ ਤੁਹਾਡੇ 'ਤੇ ਪੋਸਟ ਕਰ ਰਿਹਾ ਤੁਹਾਨੂੰ ਨਹੀਂ ਪਤਾ ਤਾਂ ਇਹ ਜਿਹੜੀ ਘੁੱਟਣ ਹੈ ਕਦੀ ਮਹਿਸੂਸ ਹੁੰਦੀ ਆ ਤੁਹਾਨੂੰ ਘੁੱਟਣ ਨਹੀਂ ਹੁੰਦੀ ਬਸ ਖੁਆਇਸ਼ ਉੱਠਦੀ ਹੈ ਕਿ ਮੈਂ ਵੀ ਜੋ ਮੇਰੀ ਮਰਜ਼ੀ ਅੱਜ ਕਰ ਲਾਂ ਮੈਂ ਵੀ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਆਪਣੀਆਂ ਭੈਣਾਂ ਨਾਲ ਆਪਣੇ ਬੱਚਿਆਂ ਨਾਲ ਆਪਣੇ ਪੋਤੇ ਪੋਤੀਆਂ ਨਾਲ ਦੋਤੇ ਦੋਤੀਆਂ ਨਾਲ ਹੁਣ ਤਾਂ ਮੇਰੇ ਪੜ ਵੀ ਬਣ ਗਏ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਉਹਨਾਂ ਨਾਲ ਹੁੰਦੀ ਹੈ ਅਤੇ ਜਦ ਵੀ ਮੈਂ ਦਿੱਲੀ ਜਾਂਦੀ ਹਾਂ ਤਾਂ ਜ਼ਰੂਰ ਜਿਹੜੀ ਸਭ ਤੋਂ ਬੜੀ ਹੈਗੀ ਹੈ 7 ਸਾਲਾਂ ਦੀ ਉਹ ਜ਼ਰੂਰ ਆ ਕੇ ਮੇਰੇ ਨਾਲ ਰਾਤ ਨੂੰ ਵੀ ਸੌਂਦੀ ਹੈ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਹੈ ਮੈਂ ਚਾਹੂੰਗੀ ਕਿ ਉਹਨਾਂ ਦੇ ਨਾਲ ਜਿਵੇਂ ਤੁਹਾਡੀਆਂ ਅਗਲੀ ਜਨਰੇਸ਼ਨਸ ਨੇਗੀਆਂ ਕਹਿੰਦੇ ਹੁੰਦੇ ਨੇ ਕਿ
ਕਿਸੇ ਨੂੰ ਵੀ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ। ਬਿਲਕੁਲ ਸਹੀ ਹੈ। ਆਪਣੇ ਬੱਚਿਆਂ ਤੋਂ ਬਾਅਦ ਪੋਤੇ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਪੜਪੋਤੇ ਪੋਤੀਆਂ, ਅਤੇ ਮੈਂ ਚਾਹੂੰਗੀ ਕਿ ਉਹਨਾਂ ਦੇ ਨਾਲ ਜਿਵੇਂ ਤੁਸੀਂ ਹੁਣ ਸਮਾਂ ਗੁਜ਼ਾਰਦੇ ਹੋ ਜਾਂ ਫਿਰ ਉਹ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਨੇ। ਮੇਰੇ ਮੈਂ ਆਪਣੀ ਗ੍ਰੈਂਡਮਦਰ ਨੂੰ ਬੀਜੀ ਕਹਿੰਦੀ ਸੀ, ਔਰ ਮੈਂ ਜਦ ਇਹ ਤਾਂ ਮੈਨੂੰ ਨਾਨੀ ਕਹਿੰਦੇ ਜਾਂ ਦਾਦੀ ਕਹਿੰਦੇ ਨੇ, ਤਾਂ ਜਦ ਅੱਗੇ ਮੇਰੇ ਦੋਤਿਆਂ ਦੇ ਬੱਚੇ ਹੋਏ, ਮੈਂ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਹੋ ਕਿ ਮੈਨੂੰ ਬੀਜੀ ਕਹਿ ਕੇ ਬੁਲਾਉਣ। ਸੋ ਮੈਨੂੰ ਬੀਜੀ ਬੁਲਾਉਂਦੇ ਨੇ। ਹਾਂਜੀ ਹਾਂਜੀ। ਅਤੇ ਉਹਨਾਂ ਦੇ ਨਾਲ ਜ਼ਿਆਦਾਤਰ ਤੁਸੀਂ ਕੀ ਕਰਦੇ ਹੋ, ਮਤਲਬ ਗੱਲਾਂ ਕਰਦੇ ਹੋ ਜਾਂ ਇਸ ਪਰਿਵਾਰ ਦੀਆਂ ਜਾਂ ਤੁਹਾਡੇ ਤੋਂ ਕੀ ਗੱਲਾਂ ਕਰਦੇ ਹੋ? ਉਹ ਖੇਡਦੇ ਨੇ, ਉਹ ਆਪਣੀਆਂ ਗੱਲਾਂ ਦੱਸਦੇ ਨੇ, ਔਰ ਬਹੁਤ ਖੁਸ਼ੀ ਦੇ ਨਾਲ ਬੈਠ ਕੇ ਚਾਹੇ ਥੋੜ੍ਹੀ ਡਰਾਇੰਗ ਕਰਨੀ ਹੋਏ ਗੱਲਬਾਤ ਕਰਦੇ ਨੇ, ਖੇਲੀ ਜਾਂਦੇ ਨੇ, ਜੋ ਖੇਡਦੇ ਨੇ ਉਹਨਾਂ ਨੂੰ ਦੇਖਦੇ ਹਾਂ, ਉਹਨਾਂ ਦੇ ਨਾਲ ਬੈਠ ਕੇ ਨਾਲ ਦੀ ਨਾਲ ਗੱਲ ਹੁੰਦੀ ਹੈ, ਬਹੁਤ ਵਧੀਆ ਸਮਾਂ ਬੀਤਦਾ, ਉਹ ਖੁਸ਼ ਹੁੰਦੇ ਨੇ, ਉਹ ਆ ਕੇ ਮਿਲ ਕੇ ਸਾਰੀਆਂ ਚੀਜ਼ਾਂ ਯਾਦ ਰੱਖਦੇ ਨੇ ਕਿ ਇਸ ਘਰ 'ਚ ਅਸੀਂ ਇਹ ਕੀਤਾ। ਇਸ ਹਾਲੇ ਛੋਟੇ ਛੋਟੇ ਬਹੁਤ ਨੇ। ਇੱਕ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਕੁੜੀ ਲਈ ਦੋ ਮੌਕੇ ਬੜੇ ਖਾਸ ਹੁੰਦੇ ਹਨ, ਇੱਕ ਜਦੋਂ ਤੁਸੀਂ ਵਿਆਹ ਕੇ ਕਿਸੇ ਦੇ ਘਰ ਜਾਂਦੇ ਹੋ ਅਤੇ ਇੱਕ ਜਦੋਂ ਤੁਹਾਡੀ ਧੀ ਕਿਸੇ ਦੇ ਘਰ ਜਾਂਦੀ ਹੈ ਵਿਆਹ ਕੇ, ਹੈ ਨਾ। ਤਾਂ ਜਦੋਂ ਤੁਸੀਂ ਬੀਬਾ ਜੈਨਦਰ ਹੁਣਾਂ ਦਾ ਵਿਆਹ ਕੀਤਾ ਤਾਂ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਤੁਹਾਡੀ ਭਰਜਾਈ ਦੇ ਬ੍ਰਦਰ ਨੇ, ਤਾਂ ਉਸ ਪਰਿਵਾਰ ਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਹੋਵੋਗੇ, ਪਰ ਫਿਰ ਵੀ ਉਹ ਕਿਵੇਂ ਦਾ ਸੀਗਾ ਕਿ ਤੁਸੀਂ ਕੀ ਚਾਹੁੰਦੇ ਸੀ ਕਿ ਮੇਰੀ ਬੇਟੀ ਲਈ ਮੈਂ ਜਿਹੜਾ ਵੀ ਰਿਸ਼ਤਾ ਵੇਖਾਂ ਉਹ ਕਿਵੇਂ ਦਾ ਘਰ ਹੋਵੇ, ਉਹਨਾਂ ਦੀਆਂ ਕੀ ਚੁਆਇਸਿਸ ਸੀ? ਅਤੇ ਤੁਸੀਂ ਮਤਲਬ ਉਦੋਂ ਵਕਤ ਬਹੁਤ ਚੇਂਜ ਹੋ ਗਿਆ ਸੀ, ਮਤਲਬ ਅਰੇਂਜ ਮੈਰਿਜ ਤੋਂ ਅਸੀਂ ਸ਼ਾਇਦ ਪਸੰਦੀਦਾ ਵਿਆਹ ਜਿਹੜੇ ਉਹਨਾਂ ਤੱਕ ਆ ਚੁੱਕੇ ਸੀ, ਪਰ ਫਿਰ ਵੀ ਤੁਸੀਂ ਕੀ ਚਾਹੁੰਦੇ ਸੀ ਕਿ ਉਹਨਾਂ ਲਈ ਕਿਵੇਂ ਦਾ ਘਰ ਪਰਿਵਾਰ ਹੋਵੇ? ਦੇਖੋ, ਇੱਕ ਬਹੁਤ ਵਧੀਆ ਪਰਿਵਾਰ ਸਾਰੇ ਵਧੀਆ ਦੇਖਦੇ ਨੇ। ਹਾਂਜੀ, ਸਾਨੂੰ ਇਹ ਪਰਿਵਾਰ ਬਹੁਤ ਵਧੀਆ ਲੱਗਿਆ। ਹਾਂਜੀ, ਔਰ ਬੇਟੀ ਵੀ ਰਾਜ਼ੀ ਸੀ, ਹਾਲੇ ਛੋਟੀ ਬੜੀ ਸੀ, ਔਰ ਪਰ ਮੈਂ ਉਹਨਾਂ ਨੂੰ ਬੇਟੀ ਨੂੰ ਪੁੱਛਿਆ ਕਿ ਇਹ ਰਿਸ਼ਤਾ ਆ ਰਿਹਾ ਤੁਹਾਨੂੰ? ਕਹਿੰਦੀ ਹਾਂ, ਪਹਿਲੇ ਹੀ ਹਾਂ ਕਰਤੀ, ਕਿਉਂਕਿ ਮਿਲਦੇ ਸੀਗੇ, ਮੇਰੇ ਭਾਬੀ ਦੇ ਬ੍ਰਦਰ ਸੀ, ਅਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬੇਟੀ ਨੂੰ ਰੱਖਿਆ। ਇਹਨਾਂ ਦੀ ਇੰਗੇਜਮੈਂਟ ਵੀ ਲੰਬੀ ਸੀ, 1.5-2 ਸਾਲ, ਸੋ ਆਪਸ ਦੇ ਵਿੱਚ ਜਾਣਕਾਰੀ ਵੀ ਹੋਰ ਹੋ ਗਈ ਇਹਨਾਂ ਦੀ, ਔਰ ਖੁਸ਼ੀ ਨਾਲ ਗਈ। ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਮਦਰ ਇਨ ਲਾਅ ਬੀਬੀ ਮਹਿੰਦਰ ਕੌਰ ਜੀ ਬਹੁਤ ਸੋਹਣੇ ਸੀ, ਤੁਸੀਂ ਉਹਨਾਂ ਨੂੰ ਕਦੇ ਉਹਨਾਂ ਦੇ ਮੂੰਹ 'ਤੇ ਤਾਰੀਫ ਕੀਤੀ ਕਿ ਤੁਸੀਂ ਸੋਹਣੇ ਬਹੁਤ ਹੋ, ਜਾਂ ਕੋਈ ਤੁਹਾਡਾ ਆਪਸੀ ਦੋਵਾਂ ਦੀ ਕੋਈ ਖਾਸ ਗੱਲਬਾਤ, ਕੋਈ ਦਿਲਚਸਪ ਕਿੱਸਾ? ਨਹੀਂ, ਮੈਨੇ ਜ਼ਰੂਰ ਉਹਨਾਂ ਨੂੰ ਕਿਹਾ, ਕੰਪਲੀਮੈਂਟ ਦਿੱਤੀ ਹੈ, ਕਿਉਂਕਿ ਉਹ ਲਾਇਕ ਹੀ ਸੀ, ਉਹ ਹਾਲੇ ਸਿੰਪਲ ਸੀਗੇ, ਕੋਈ ਮੇਕਅਪ ਨਹੀਂ, ਕੋਈ ਜ਼ਿਆਦਾ ਜੂਲਰੀ ਨਹੀਂ ਇਸ ਉਮਰ 'ਚ। ਹਾਂਜੀ, ਪਹਿਲੇ ਜ਼ਮਾਨੇ 'ਚ ਤਾਂ ਬਹੁਤ ਕੁਛ ਪਾਇਆ ਉਹਨੇ ਨੇ, ਬਹੁਤ ਕੁਛ ਕੀਤਾ, ਉਹ ਤਾਂ ਮੈਂ ਦੇਖਿਆ ਹੈ ਨਹੀਂ, ਪਰ ਬਹੁਤ ਹੀ ਇਨਸਾਨ ਅੱਛੇ, ਔਰ ਜਿਸ ਤਰ੍ਹਾਂ ਤੁਹਾਡਾ ਅੰਦਰਲਾ ਹੁੰਦਾ ਨਾ, ਜਿਉਂ ਜਿਉਂ ਤੁਹਾਡੀ ਉਮਰ ਹੋਏ ਉਹ ਚਿਹਰੇ 'ਤੇ ਵੀ ਆਉਂਦਾ, ਚਿਹਰੇ 'ਤੇ ਵੀ ਹੋਰ ਖੂਬਸੂਰਤੀ ਆਉਂਦੀ ਹੈ, ਉਸ ਤਰ੍ਹਾਂ ਉਹਨਾਂ ਦਾ ਸੀਗਾ। ਕਹਿੰਦੇ ਤੁਹਾਨੂੰ ਕੁਕਿੰਗ ਦਾ ਸ਼ੌਂਕ ਨਹੀਂ ਆ, ਪਰ ਕੈਪਟਨ ਸਾਹਿਬ ਉਹਨਾਂ ਨੂੰ ਬਹੁਤ ਕੁਕਿੰਗ ਦਾ ਸ਼ੌਂਕ ਹੈ। ਕੈਪਟਨ ਸਾਹਿਬ ਨੂੰ ਸ਼ੌਂਕ ਹੈ, ਉਹਨਾਂ ਦੇ ਮਦਰ ਨੂੰ ਬਹੁਤ ਸ਼ੌਂਕ ਸੀ, ਉਹਨਾਂ ਦੇ ਫਾਦਰ ਨੂੰ ਸ਼ੌਂਕ ਹੈ, ਸ਼ੌਂਕ ਸੀ, ਮੇਰੇ ਬੇਟੇ ਨੂੰ ਬਹੁਤ ਸ਼ੌਂਕ ਹੈ, ਮੇਰੀ ਬੇਟੀ ਨੂੰ ਨਹੀਂ ਔਰ ਮੈਨੂੰ ਨਹੀਂ, ਅਸੀਂ ਦੋ ਜਣੇ ਹਾਂ ਜਿਹੜੇ ਜਿਹਨਾਂ ਨੂੰ ਕੁਕਿੰਗ ਦਾ ਸ਼ੌਂਕ ਨਹੀਂ, ਨਾ ਸਾਨੂੰ ਪਤਾ ਹੈ ਕੁਛ। ਅਤੇ ਇਸ ਪਰਿਵਾਰ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਖਾਣ ਦੇ ਲਈ ਬਣਦਾ, ਅਤੇ ਕੈਪਟਨ ਸਾਹਿਬ ਹੋਰਾਂ
ਜੇ ਅਗਰ ਉਹ ਕੁੱਕ ਕਰਦੇ ਨੇ ਤਾਂ ਤੁਹਾਡੀ ਡਿਮਾਂਡ ਕੀ ਹੁੰਦੀ ਹੈ, ਤੁਹਾਨੂੰ ਸਭ ਤੋਂ ਵਧੀਆ ਕੀ ਲੱਗਦਾ ਉਹਨਾਂ ਦੇ ਹੱਥ ਦਾ? ਦੇਖੋ ਪਲਾਓ ਅੱਛਾ ਬਣਾਉਂਦੇ ਨੇ, ਮੈਂ ਬਾਈ ਚੋਇਸ ਮੇਨਲੀ ਵੈਜੀਟੇਰੀਅਨ, ਮੈਂ ਖਾ ਲੈਂਦੀ ਹਾਂ ਸਾਰਾ ਕੁਛ, ਤਾਂ ਉਹ ਆਲੂ ਤਾਂ ਯੂਨੀਵਰਸਲ ਫੇਵਰੇਟ ਹੈ, ਖਾਸ ਕਰਕੇ ਇਸ ਫੈਮਿਲੀ 'ਚ ਆਲੂ ਦੇ ਬਿਨਾਂ ਕੁਛ ਨਹੀਂ ਖਾਂਦੇ। ਸੋ ਕਿਸਮ ਕਿਸਮ ਦੇ ਆਲੂ, ਪੁਰਾਣੀਆਂ ਰੈਸਪੀਸ, ਹੋਰ ਚਿਕਨ ਬਣਾ ਲੈਂਦੇ ਹੈ, ਮਟਨ ਬਣਾ ਲੈਂਦੇ ਹੈ। ਮੇਰੇ ਬ੍ਰਦਰਸ ਇਨ ਲਾਅ ਵੀ ਬਹੁਤ ਵਧੀਆ ਕੁੱਕ, ਅਤੇ ਮੈਂ ਤਾਂ ਜਦ ਰੋਜ਼ ਸ਼ਾਮ ਨੂੰ ਇਹਨਾਂ ਦੀ ਕੁਕਿੰਗ ਸ਼ੁਰੂ ਹੋ ਜਾਣੀ, ਮੈਂ ਤਾਂ ਫੁਲਕੀਆਂ 'ਤੇ ਹੀ ਜ਼ੋਰ ਲਾ ਦਿੰਦੀ ਸੀ ਆਪਣਾ ਹਿੱਸਾ ਪਾਉਣ ਦੇ ਲਈ। ਤੁਹਾਡੀ ਨੂੰਹ ਰਾਣੀ, ਉਹਨਾਂ ਨਾਲ ਤੁਹਾਡਾ ਰਿਸ਼ਤਾ ਕਿਵੇਂ ਦਾ ਹੈ? ਬਹੁਤ ਵਧੀਆ, ਬਹੁਤ ਵਧੀਆ ਲੜਕੀ। ਹਾਂਜੀ ਹਾਂਜੀ, ਬਹੁਤ ਖੁਸ਼ੀ ਨਾਲ ਮੇਰਾ ਰਿਸ਼ਤਾ ਉਹਨਾਂ ਨਾਲ ਨਿਭਦਾ ਹੈ। ਖਾਣੀ ਤੋਂ ਮੈਨੂੰ ਇੱਕ ਗੱਲ ਹੋਰ ਯਾਦ ਆਈ ਕਿ ਤੁਸੀਂ, ਤੁਹਾਡੀ ਟੀਮ ਜਾਂ ਤੁਸੀਂ ਜਦੋਂ ਵੀ ਕੰਪੇਨ 'ਤੇ ਬਾਹਰ ਨਿਕਲਦੇ ਹੋ ਕਿ ਜਦੋਂ ਟਾਈਮ ਇੱਦਾਂ ਹੁੰਦਾ ਕਿ ਬਹੁਤ ਅਰਲੀ ਨਿਕਲਣਾ ਪੈਂਦਾ ਅਤੇ ਉਹ ਘਰੋਂ ਖਾਣਾ ਨਹੀਂ ਖਾਂਦੇ, ਜੇ ਤੁਹਾਨੂੰ ਇਸ ਗੱਲ ਦਾ ਪਤਾ ਹੁੰਦਾ ਤਾਂ ਤੁਸੀਂ ਸਾਰੀ ਟੀਮ ਦਾ ਖਾਣਾ ਪੈਕ ਕਰਵਾ ਕੇ ਨਾਲ ਲੈ ਕੇ ਜਾਂਦੇ ਹੋ, ਕਿਉਂਕਿ ਤੁਹਾਡੀ ਇਹ ਪ੍ਰੈਫਰੈਂਸ ਨਹੀਂ ਹੁੰਦੀ ਕਿ ਤੁਹਾਡੀ ਟੀਮ ਵੀ ਕਿਤੋਂ ਬਾਹਰ ਖਾਣਾ ਖਾਵੇ? ਦੇਖੋ ਆਪਣੇ ਆਪਣੇ ਹਲਕੇ 'ਚ ਜਿਹੜੀਆਂ ਟੀਮਸ ਹੁੰਦੀਆਂ ਉਹਨਾਂ ਦਾ ਆਪਣਾ ਅਰੇਂਜਮੈਂਟ, ਵੈਸੇ ਉਹ ਕਰ ਲੈਂਦੇ ਆ ਸਾਰੇ ਜਿਸ ਤਰ੍ਹਾਂ ਵੀ ਉਹਨਾਂ ਨੂੰ ਸਹੂਲੀਅਤ ਮਿਲੇ। ਮੈਂ ਜਦ ਜਾਂਦੀ ਹਾਂ ਜਾਂ ਤਾਂ ਮੈਂ ਪੈਕ ਕਰਕੇ ਲੈ ਆਉਂਦੀ ਹਾਂ, ਜਾਂ ਕਿਤੇ ਨਾ ਕਿਤੇ ਅਸੀਂ ਰੁਕ ਕੇ ਕਿਸੇ ਸਪੋਰਟਰ ਦੇ ਘਰ ਦੇ ਵਿੱਚ ਉਹ ਦਾਲ ਸਬਜ਼ੀ ਬਣਾ ਦਿੰਦਾ। ਸਟਾਫ ਦੇ ਲਈ ਮੈਂ ਪਹਿਲੇ ਹੀ ਸਾਰੀ ਪਰੌਂਠੇ ਔਰ ਸਬਜ਼ੀ ਜਾਂ ਕੁਛ ਬਣਾ ਕੇ ਅਸੀਂ ਨਾਲ ਲੈ ਜਾਂਦੇ ਹਾਂ। ਪਾਣੀ ਪੂਣੀ ਤਾਂ ਲੈ ਕੇ ਜਾਣਾ ਪੈਂਦਾ, ਠੰਡਾ ਨਿੰਬੂ ਪਾਣੀ ਹੋ ਗਿਆ। ਤੁਹਾਡੀਆਂ ਪੁਰਾਣੀਆਂ ਫੋਟੋਆਂ ਜਦੋਂ ਵੀ ਆਪਾਂ ਦੇਖਦੇ ਹਾਂ ਤਾਂ ਤੁਸੀਂ ਬਹੁਤ ਸਾਰੀਆਂ ਫੋਟੋਆਂ 'ਚ ਸਾੜੀ ਪਹਿਨਦੇ ਹੋ ਹੈ ਨਾ, ਅਤੇ ਹੁਣ ਮੈਂ ਤੁਹਾਨੂੰ ਪਬਲਿਕਲੀ, ਅਸੀਂ ਤੁਹਾਨੂੰ ਕਦੀ ਵੀ ਨਹੀਂ ਦੇਖਿਆ, ਅਤੇ ਤੁਹਾਨੂੰ ਸਾੜੀ ਲਾਉਣ ਦਾ ਸ਼ੌਂਕ ਹੈ? ਪਹਿਲੇ ਬੜਾ ਸ਼ੌਂਕ ਸੀ, ਹਾਂਜੀ ਬਹੁਤ ਪਾਉਂਦੀ ਸੀ, ਬਲਕਿ ਬੇਟਾ ਮੈਨੂੰ ਹਰ ਰੋ ਕੇ ਕਹਿੰਦਾ ਮਾਮਾ ਸਾੜੀ ਪਾਓ, ਤੁਸੀਂ ਬਹੁਤ ਅੱਛੇ ਲੱਗਦੇ ਹੋ। ਪਰ ਜਦ ਦੀ ਪੋਲੀਟਿਕਸ ਸ਼ੁਰੂ ਹੋਈ ਹੈ ਨਾ, ਸਾੜੀਆਂ ਸਭ ਪਈਆਂ ਨੇ ਮੇਰੇ ਖਿਆਲ 'ਚ, ਹੁਣ ਤਾਂ ਮੈਨੂੰ ਫਿੱਟ ਵੀ ਨਾ ਆਉਣ ਬਲਾਊਜ਼ ਬਲੂਜ਼, ਪਰ ਜੋ ਕੰਫਰਟ ਲੈਵਲ ਔਰ ਕੰਮ ਕਰਨ ਦੇ ਵਿੱਚ ਸੌਖਾ ਤਰੀਕਾ ਹੈ ਉਹ ਸਲਵਾਰ ਕਮੀਜ਼ ਦੇ ਵਿੱਚ ਹੈ। ਹੁਣ ਆਦਤ ਪੈ ਗਈ, ਹੁਣ ਸਲਵਾਰ ਕਮੀਜ਼ ਦੇ ਬਿਨਾਂ ਕੁਛ ਨਹੀਂ ਪੈਂਦਾ। ਬਿਲਕੁਲ, ਓਕੇਜ਼ਨਲੀ ਵੀ ਤੁਸੀਂ ਨਹੀਂ ਪਾਉਂਦੇ? ਹੁਣ ਬਹੁਤ ਦੇਰੀ ਹੋ ਗਈ, ਕਈ ਵਾਰੀ ਸ਼ਾਦੀਆਂ ਸ਼ੁਦੀਆਂ 'ਚ ਮੈਂ ਪਾ ਲੈਂਦੀ ਸੀ, ਹਾਂਜੀ, ਪਰ ਹੁਣ ਜ਼ਿਆਦਾਤਰ ਤੌਰ 'ਤੇ ਸਲਵਾਰ ਕਮੀਜ਼ ਹੀ ਪਾਉਂਦੀ ਹਾਂ ਮੈਂ। ਤੁਹਾਨੂੰ ਸੰਗੀਤ ਦਾ ਵੀ ਸ਼ੌਂਕ ਹੈ? ਸੁਣਨ ਦਾ ਬਹੁਤ ਸ਼ੌਂਕ ਹੈ, ਅਨਫੋਰਚੁਨੇਟਲੀ ਗਾ ਨਹੀਂ ਸਕਦੀ ਮੈਂ। ਪਰ ਤੁਸੀਂ ਸੁਣਦੇ ਕਿੰਨਾ ਨੂੰ ਜ਼ਿਆਦਾ, ਕਿੱਦਾਂ ਦਾ ਮਿਊਜ਼ਿਕ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਜਿਹੜਾ ਤੁਸੀਂ ਸੁਣਦੇ ਹੋ ਜਾਂ ਪ੍ਰੈਫਰ ਕਰਦੇ ਹੋ? ਦੇਖੋ ਇੱਕ ਤਾਂ ਮੈਨੂੰ ਕੀਰਤਨ ਬਹੁਤ ਅੱਛਾ ਲੱਗਦਾ, ਸਵੇਰੇ ਮੈਂ ਉੱਠਦੀ ਉਹਦੇ ਨਾਲ ਹੀ ਹੈ। ਪਰ ਮੈਨੂੰ ਗਜ਼ਲਾਂ, ਫਿਲਮੀ ਸੌਂਗ, ਅੰਗਰੇਜ਼ੀ ਸੌਂਗ ਸਭ ਪਸੰਦ ਹੈ, ਔਰ ਥੋੜ੍ਹਾ ਬਹੁਤਾ ਕਲਾਸੀਕਲ। ਅੱਜ ਕੱਲ੍ਹ ਜਿਵੇਂ ਬਹੁਤ ਸਾਰੇ ਲੋਕ ਨੇ ਹੈ ਨਾ, ਤੁਸੀਂ ਸ਼ਾਇਦ ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਆ ਉਹ ਖੁਦ ਨਹੀਂ ਦੇਖਦੇ ਹੈ ਨਾ, ਪਰ ਉੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਡੇ ਤੱਕ ਨੈਗੇਟਿਵ ਅਪਰੋਚ ਕਰਦੇ ਆ ਹੈ ਨਾ, ਅਤੇ ਉਹ ਚੀਜ਼ਾਂ ਕਦੀ ਜਦੋਂ ਤੱਕ ਤੁਹਾਡੇ ਤੱਕ ਆਉਂਦੀਆਂ ਨੇ ਡਿਸਟਰਬ ਕਰਦੀਆਂ ਨੇ, ਕਿਉਂਕਿ ਹਮੇਸ਼ਾ ਆਪਾਂ ਸੋਚਦੇ ਹੁੰਦੇ ਕਿ ਜਿਹੜੀ ਫੀਮੇਲ ਹੁੰਦੀ ਹੈ ਨਾ ਉਹਦੇ ਲਈ ਆਪਣੀ ਇਮੇਜ
ਉਹ ਬਹੁਤ ਇਮੋਸ਼ਨਲ ਹੁੰਦੀ ਆ ਉਸ ਚੀਜ਼ ਲਈ, ਤਾਂ ਉਹਨਾਂ ਚੀਜ਼ਾਂ ਨੂੰ ਫਿਰ ਕਿਵੇਂ ਟੈਕਲ ਕਰਦੇ ਹੋ, ਕਿਵੇਂ ਮਾਇੰਡ ਨੂੰ ਆਪਾਂ ਉਸ ਚੀਜ਼ 'ਚੋਂ ਬਾਹਰ ਕੱਢਦੇ ਹਾਂ, ਮਤਲਬ ਉਹ ਡੀਟੋਕਸ ਮੈਥਡ ਤੁਹਾਡਾ ਕੀ ਹੈ ਆਪਣੇ ਆਪ ਨੂੰ ਕਰਨ? ਮੇਰੇ ਖਿਆਲ 'ਚ ਕੁਦਰਤੀ ਤੁਹਾਨੂੰ ਡੀਟੋਕਸ ਮੈਥਡ ਬਣਾ ਦਿੰਦਾ, ਹਾਂਜੀ, ਕਿਉਂਕਿ ਪਹਿਲੇ ਹਰ ਇੱਕ ਚੀਜ਼ ਮਨ ਨੂੰ ਲੱਗਦੀ ਹੈ, ਜਿਉਂ ਜਿਉਂ ਉਮਰ ਹੁੰਦੀ ਜਾਂਦੀ ਹੈ, ਤੁਸੀਂ ਗੁਜ਼ਰਦੇ ਜਾਂਦੇ ਹੋ ਕਈ ਸਿਚੁਏਸ਼ਨਸ ਦੇ ਵਿੱਚ ਦੀ, ਉਦੋਂ ਜਦ ਥੋੜ੍ਹੀ ਜਿਹੀ ਪੇਸ਼ੈਂਸ ਆ ਜਾਏ ਔਰ ਐਕਸੈਪਟੈਂਸ ਆ ਜਾਏ, ਉਹ ਤੁਹਾਨੂੰ ਜਦ ਤੁਸੀਂ ਐਕਸੈਪਟ ਕਰ ਲਿਓ ਕਿ ਹਾਂ ਠੀਕ ਹੈ, ਹਰੇਕ ਨੂੰ ਸਾਰੀ ਚੀਜ਼ ਨਹੀਂ ਪਸੰਦ, ਮਜੋਰਿਟੀ ਨੂੰ ਠੀਕ ਹੈ, ਔਰ ਸਭ ਤੋਂ ਵੱਡੀ ਗੱਲ ਹੋਈ ਜੇ ਤੁਸੀਂ ਆਪਣੇ ਕੌਨਸ਼ੀਅਸ ਨੂੰ ਕਲੀਅਰ ਰੱਖਦੇ ਹੋ ਕਿ ਹਾਂ ਮੈਨੇ ਜਾਣ ਬੁੱਝ ਕੇ ਕੋਈ ਗਲਤੀ ਨਹੀਂ ਕੀਤੀ, ਜਾਣ ਬੁੱਝ ਕੇ ਕਿਸੇ ਦਾ ਦਿਲ ਨਹੀਂ ਦਿਖਾਇਆ, ਇੱਜ਼ਤ ਬਰਕਰਾਰ ਰੱਖੀ ਹੈ, ਤਾਂ ਮੇਰੇ ਖਿਆਲ 'ਚ ਇੰਨਾ ਮਾਇਨੇ ਨਹੀਂ ਰੱਖਦਾ। ਹਾਂਜੀ, ਪਿੱਛੇ ਜੇ BBC ਨੇ ਇੱਕ ਸਟੋਰੀ ਕੀਤੀ ਆ, ਉਹ ਕਹਿੰਦੇ ਨੇ ਕਿ ਪੰਜਾਬ ਤੋਂ ਸਿਰਫ 11 ਔਰਤਾਂ ਨੇ ਜਿਹੜੀਆਂ ਕਿ ਪਾਰਲੀਮੈਂਟ ਤੱਕ ਪਹੁੰਚੀਆਂ ਨੇ, ਅਤੇ ਪੰਜਾਬ ਤੋਂ ਬੀਬੀਆਂ ਦੀ ਜਿਹੜੀ ਨੁਮਾਇੰਦਗੀ ਆ ਰਾਜਨੀਤੀ ਦੇ ਵਿੱਚ ਉਹ ਬਹੁਤ ਘੱਟ ਰਹੀ ਆ, ਅਤੇ ਇਹਦੇ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ ਕਿ ਸਾਡੇ ਪੰਜਾਬ ਤੋਂ, ਹਾਲਾਂਕਿ ਹੁਣ ਤਾਂ ਬਹੁਤ ਸਾਰੀਆਂ ਬੀਬੀਆਂ ਨੇ ਜਿਹੜੀਆਂ ਕਿ ਪੋਲੀਟੀਕਲੀ ਸਰਗਰਮ ਨੇ, ਬਟ ਪਾਰਲੀਮੈਂਟ ਤੱਕ ਦਾ ਸਫ਼ਰ ਬਹੁਤ ਘੱਟ ਬੀਬੀਆਂ ਨੇ ਤੈਅ ਕੀਤਾ? ਮੇਰੇ ਖਿਆਲ 'ਚ ਕੁਦਰਤ ਵੱਲੋਂ ਹੀ ਨਾ, ਪੀੜ੍ਹੀ 'ਤੇ ਪੀੜ੍ਹੀ ਆਉਂਦੇ ਆਉਂਦੇ ਬਾਹਰ ਜਾਂ ਕੁਛ ਅੱਗੇ ਇਹੋ ਜਿਹੇ ਕੰਮਾਂ ਦੇ ਵਿੱਚ ਆਦਮੀ ਹੋਈ ਜਾਂਦੇ ਸੀ, ਹੁਣ ਲੇਡੀਜ਼ ਜਿਹੜੀਆਂ ਆਪਣੇ ਹਸਬੈਂਡਸ ਨੂੰ ਸਾਥ ਦਿੰਦੀਆਂ ਉਹਦੇ ਵਿੱਚ ਆ ਜਾਂਦੀਆਂ ਨੇ, ਉਹਨਾਂ ਨੂੰ ਵੀ ਹੁਣ ਵਾਰੀ ਮਿਲ ਰਹੀ ਹੈ, ਔਰ ਹੁਣ 24 ਨੂੰ, ਹੁਣ 24 'ਚ ਨਹੀਂ ਪਰ ਅੱਗੇ ਤੋਂ ਆਈ ਹੋਪ ਕਿ 50% 33% ਜਿਹੜੇ ਰੈਜ਼ਰਵੇਸ਼ਨ ਹੋਈ ਹੈ ਇਹ ਜ਼ਿਆਦਾ ਚਾਂਸ ਦਊਗੀ ਕਿ ਲੇਡੀਜ਼ ਅੱਗੇ ਆਉਣ। ਵੈਸੇ ਛੋਟੇ ਲੈਵਲ ਦੇ ਉੱਤੇ ਪਾਰਲੀਮੈਂਟ ਤਾਂ ਹੋਰ ਗੱਲ ਹੈ, ਛੋਟੇ ਲੈਵਲ ਦੇ ਉੱਤੇ ਬਹੁਤ ਸਾਰੇ ਓਪਰਚੁਨਿਟੀਜ਼ ਮਿਲ ਰਹੀਆਂ ਨੇ ਕਿ ਉੱਥੋਂ ਗਰੋ ਕਰਕੇ ਪੋਲੀਟਿਕਸ ਦੇ ਵਿੱਚ ਲੇਡੀਜ਼ ਆਉਣ। ਇੱਕ ਛੋਟਾ ਐਗਜ਼ਾਮਪਲ ਲੈ ਲਓ, ਜਿਹੜਾ ਕਿਸਾਨ ਅੰਦੋਲਨ ਹੈ ਜਦ ਦਾ ਚੱਲ ਰਿਹਾ, ਤੁਸੀਂ ਦੇਖਿਆ ਹੋਵੇਗਾ ਜ਼ਿਆਦਾਤਰ ਔਰਤਾਂ ਬੈਠੀਆਂ ਹੁੰਦੀਆਂ ਨੇ, ਬਿਲਕੁਲ ਬਰਾਬਰ ਦੀ ਭੂਮਿਕਾ, ਬਰਾਬਰ ਦੀ ਭੂਮੀ, ਬਿਲਕੁਲ। ਤਾਂ ਜਦ ਛੋਟੇ ਸਮਝ ਲਓ ਸਰਪੰਚੀ ਲੈਵਲ, ਮਿਊਂਸਪਲ ਲੈਵਲ, ਪੰਚਾਇਤੀ ਲੈਵਲ ਤੋਂ ਲੇਡੀਜ਼ ਨੂੰ ਪੂਰਾ ਹਿੱਸਾ ਮਿਲੇ, 50% ਜਿਹੜਾ ਹੋਇਆ ਹੋਇਆ, ਬਿਲਕੁਲ, ਉੱਥੋਂ ਉਹ ਆਪਣੀ ਕੌਨਫੀਡੈਂਸ ਗੇਨ ਕਰਕੇ, ਐਕਸਪੀਰੀਅੰਸ ਗੇਨ ਕਰਕੇ ਅੱਗੇ ਆ ਕੇ ਪਾਰਲੀਮੈਂਟ ਦੇ ਤੌਰ ਤੱਕ, ਅੱਜ ਤੱਕ ਜੇ ਕਿਸੇ ਨੂੰ ਮੌਕਾ ਮਿਲਿਆ ਤਾਂ ਲੈਵਲ ਪਲੇਇੰਗ ਫੀਲਡ ਸਾਨੂੰ ਪੁਰਸ਼ਾਂ ਦੇ ਨਾਲ ਕੰਪੀਟੀਸ਼ਨ 'ਚ ਆਉਣਾ ਪੈਂਦਾ, ਉਹਨਾਂ ਦਾ ਸਾਹਮਣਾ ਕਰਨਾ ਪੈਂਦਾ, ਹਾਂਜੀ, ਕੰਮ ਕਰਨਾ ਪੈਂਦਾ, ਅਤੇ ਉਹ ਆਪਣੇ ਬਲ ਦੇ ਉੱਤੇ ਜੋ ਉਹਨਾਂ ਦੀ ਕਾਬਲੀਅਤ ਹੋਏ ਜਾਂ ਉਹਨਾਂ ਦੇ ਪਾਰਟੀ ਦੇ ਪ੍ਰੋਗਰਾਮ ਹੋਏ ਉਸ ਦੇ ਉੱਤੇ ਉਹ ਜਿੱਤਦੇ ਨੇ। ਹਾਂਜੀ, ਪਰ ਮੇਰੇ ਖਿਆਲ 'ਚ ਅੱਗੇ ਤੁਸੀਂ ਹੋਰ ਫਰਕ ਦੇਖੋਗੇ, ਬਿਲਕੁਲ। ਸਾਡੀ ਦੇਸ਼ ਨੇ ਲਿਬਰੇਸ਼ਨ ਔਰਤ ਦੇ ਲਈ ਬਹੁਤ ਕੁਛ ਕੀਤਾ। ਵੈਸੇ ਤਾਂ ਆਪਾਂ ਹਮੇਸ਼ਾ ਸਾਰੇ ਜਾਣਦੇ ਹਾਂ ਕਿ ਕਿਸੇ ਵੀ ਫੀਮੇਲ ਲਈ ਹਰ ਫੀਲਡ ਦੇ ਵਿੱਚ ਹੀ ਉਹਦੀਆਂ ਚੁਣੌਤੀਆਂ ਨੇ ਜਿਹੜੀਆਂ ਉਹ ਬੰਦਿਆਂ ਨਾਲੋਂ ਵੱਖਰੀਆਂ ਹੁੰਦੀਆਂ ਨੇ, ਪਰ ਪੋਲੀਟਿਕਸ 'ਚ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ ਕਿ ਔਰਤਾਂ ਦਾ ਪੋਲੀਟਿਕਸ 'ਚ ਹੋਣਾ ਵੀ ਇੱਕ ਵੱਖਰੇ ਲੈਵਲ ਦੇ, ਉਹਨਾਂ ਲਈ ਵੱਖਰੀਆਂ ਚੁਣੌਤੀਆਂ ਹੁੰਦੀਆਂ ਨੇ ਬੰਦਿਆਂ ਦੇ ਮੁਕਾਬਲੇ? ਹਾਂ, ਥੋੜ੍ਹਾ ਜਿਹਾ ਇਹ ਹੁੰਦਾ ਕਿ ਜਿਹੇ ਜਿਹੇ ਕਈ ਸਿਚੁਏਸ਼ਨਸ ਦੇ ਵਿੱਚ, ਹਾਂਜੀ, ਇੱਕ ਆਦਮੀ ਨੂੰ ਜ਼ਿਆਦਾ ਸੌਖਾ ਹੁੰਦਾ, ਉਹ ਇੱਕ ਔਰਤ ਦੇ ਲਈ ਕਈ ਵਾਰੀ ਥੋੜ੍ਹਾ ਜਿਹਾ ਔਖਾ ਹੁੰਦਾ,
ਪਰ ਮੇਰੇ ਖਿਆਲ 'ਚ ਔਰਤ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਖਰਾਬ ਤੋਂ ਖਰਾਬ ਸਿਚੁਏਸ਼ਨ 'ਚ ਵੀ ਅਸੀਂ ਜਾ ਕੇ ਖੜੀ ਹੋ ਜਾਂਦੇ ਹਾਂ। ਬਿਲਕੁਲ। ਔਰ ਅੱਛੀ ਤਰ੍ਹਾਂ ਡੀਲਿੰਗ, ਥੋੜ੍ਹੀ ਜਿਹੀ ਸਾਡੇ 'ਚ ਸਹਿਣ ਸ਼ਕਤੀ ਜ਼ਿਆਦਾ ਹੈਗੀ ਹੈ, ਔਰ ਜੇ ਆਪਾਂ ਸਹਿਣ ਸ਼ਕਤੀ ਰੱਖੀਏ ਔਰ ਥੋੜ੍ਹਾ ਜਿਹਾ ਧੀਰਜ ਰੱਖੀਏ ਤਾਂ ਕਈ ਚੀਜ਼ਾਂ ਆਪਣੇ ਆਪ ਅੱਛੀ ਤਰੀਕੇ ਦੇ ਨਾਲ ਸੋਰਟ ਆਊਟ ਹੋ ਜਾਂਦੀਆਂ ਨੇ। ਬਿਲਕੁਲ। ਤੁਸੀਂ ਸਾਂਝਾ ਕੀਤਾ ਹੈ ਕਿ ਤੁਹਾਡੇ ਫਾਦਰ ਸਾਹਿਬ ਦਾ ਅਸੀਂ ਦੁਬਾਰਾ ਤੋਂ ਜ਼ਿਕਰ ਕਰ ਰਹੇ ਹਾਂ ਕਿ ਇੱਕ ਲਾਈਫ ਲੈਸਨ ਜੋ ਉਹਨਾਂ ਨੇ ਤੁਹਾਨੂੰ ਦਿੱਤਾ ਉਹ ਤਾਂ ਉਮਰ ਤੁਹਾਡੇ ਨਾਲ ਰਿਹਾ। ਮੈਂ ਚਾਹੂੰਗੀ ਕਿ ਇੰਟਰਵਿਊ ਦੀ ਸਮਾਪਤੀ ਦੇ ਵਿੱਚ ਵੀ ਕੋਈ ਇੱਦਾਂ ਦੀ ਗੱਲ ਜਾਂ ਉਹਨਾਂ ਵੱਲੋਂ ਦਿੱਤਾ ਹੋਇਆ ਕੋਈ ਤੁਹਾਨੂੰ ਲੈਸਨ ਜਾਂ ਕੋਈ ਸਿੱਖਿਆ ਜਿਹੜਾ ਕਿ ਤੁਹਾਨੂੰ ਲੱਗੇ ਕਿ ਪੂਰੀ ਉਮਰ ਦੇ ਵਿੱਚ ਤੁਹਾਡਾ ਮਾਰਗ ਦਰਸ਼ਨ ਕਰਦੀ ਰਹੀ ਤੁਹਾਡੇ ਫਾਦਰ ਜਾਂ ਤੁਹਾਡੇ ਮਦਰ ਵੱਲੋਂ, ਜਿਹੜਾ ਕਿ ਤੁਸੀਂ ਚਾਹੁੰਦੇ ਹੋ ਕਿ ਇਹ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਵੀ ਹੋਵੇ ਅਤੇ ਤੁਹਾਡੀ ਜ਼ਿੰਦਗੀ 'ਚ ਤਾਂ ਰਿਹਾ ਹੀ ਹੈ ਹੁਣ ਤੱਕ? ਦੇਖੋ, ਮੈਂ ਜੋ ਆਪਣੇ ਬਚਪਨ 'ਚ ਸਿੱਖਿਆ ਕਿ ਹਰੇਕ ਵਿਅਕਤੀ ਦੀ ਮਾਣ ਹੋਣਾ ਚਾਹੀਦਾ, ਇੱਜ਼ਤ ਰੱਖਣੀ ਚਾਹੀਦੀ ਹੈ ਚਾਹੇ ਤੁਹਾਡਾ ਦੁਸ਼ਮਣ ਹੋਏ। ਔਰ ਜਿਹੜੀ ਇੱਜ਼ਤ ਹੈ ਨਾ ਉਹ ਸਭ ਦੀ ਪਿਆਰੀ ਹੁੰਦੀ ਹੈ, ਸਾਡਾ ਇੱਕ ਜਮਾਂਦਰੂ ਹੱਕ ਹੈਗਾ ਕਿ ਬੜਾ ਛੋਟਾ ਅਮੀਰ ਗਰੀਬ ਇੱਜ਼ਤ ਇੱਕ ਚੀਜ਼ ਹੋਣੀ ਚਾਹੀਦੀ ਹੈ। ਇਹ ਸਾਨੂੰ ਸਿਖਾਇਆ ਗਿਆ ਸੀ ਕਿ ਕਿਸੇ ਦੀ ਇੱਜ਼ਤ 'ਤੇ ਐਵੇਂ ਫਜ਼ੂਲ ਹੱਥ ਨਹੀਂ ਪਾਉਣਾ। ਹਾਂਜੀ। ਔਰ ਮੇਰੇ ਖਿਆਲ 'ਚ ਇਹ ਬਹੁਤ ਜ਼ਰੂਰੀ ਹੈ, ਇਹਦੇ ਨਾਲ ਤੁਹਾਡੀ ਆਪਣੀ ਹੋਂਦ ਵੀ ਵਧੀਆ ਰਹਿੰਦੀ ਹੈ। ਔਰ ਇਹ ਜ਼ਰੂਰ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਇਸ ਗੱਲ ਨੂੰ ਮੈਂ ਮੁੱਖ ਰੱਖ ਕੇ ਜਦ ਵੀ ਬਾਹਰ ਜਾਂਦੀ ਹਾਂ, ਜਦ ਵੀ ਕੋਈ ਚੁਣਾਵ ਲੜਦੀ ਹੈ ਕਿ ਕਿਸੇ ਦੇ ਉੱਤੇ ਤੁਸੀਂ ਆਪਣੀ ਪੋਲੀਟੀਕਲ ਜਿਹੜਾ ਤੁਹਾਡੀ ਹੋਂਦ ਹੈ ਪੋਲੀਟੀਕਲ ਲੈਵਲ 'ਤੇ ਆਪਣੀਆਂ ਸਪੀਚਸ ਆਪਣੇ ਅਟੈਕ ਰੱਖੋ, ਨਾ ਕਿ ਕਿਸੇ ਦੇ ਪਰਸਨਲ 'ਤੇ ਜਾਓ। ਬਿਲਕੁਲ। ਇੱਕ ਆਖਰੀ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦੀ ਹਾਂ, ਜਿਵੇਂ ਸਾਨੂੰ ਤੁਹਾਡੀ ਟੀਮ 'ਚੋਂ ਉਹਨਾਂ ਨੇ ਦੱਸਿਆ ਸੀਗਾ ਕਿ UN 'ਚ ਜਿਹੜਾ ਵਿਮੈਨ ਫੋਰਮ ਬਣਿਆ ਸੀਗਾ ਉੱਥੇ ਤੁਸੀਂ ਹੈੱਡ ਰਹੇ ਹੋ, ਤੁਸੀਂ ਨੁਮਾਇੰਦਗੀ ਕੀਤੀ ਹੈ, ਅਤੇ ਉਹ ਤੁਹਾਡਾ ਤਜ਼ਰਬਾ ਸੀਗਾ ਜਿਹੜਾ ਉਹ ਕਿਵੇਂ ਦਾ ਰਿਹਾ? ਬਹੁਤ ਵਧੀਆ ਲੱਗਿਆ। ਮੈਂ ਅਫਰੀਕਾ 'ਚ ਸੀਗੀ ਜਦ ਹਰਦੀਪ ਪੁਰੀ ਜੀ ਜੋ ਮਿਨਿਸਟਰ ਨੇ ਹੁਣ ਇਹ ਪਰਮਨੈਂਟ ਰੈਪ੍ਰਜੈਂਟੇਟਿਵ ਟੂ UN ਸੀ ਇੰਡੀਆ ਵੱਲੋਂ। ਹਾਂਜੀ। ਬੜੇ ਐਕਟਿਵ ਸੀਗੇ, ਇਹਨਾਂ ਦੇ ਬਦੌਲਤ ਹੀ ਜਿਹੜਾ ਸ਼ੁਰੂਆਤ ਹੋਇਆ ਸੀ। ਜਿਹੜੇ ਅੰਗ ਹੈ UN ਦੇ, ਚਾਹੇ ਡਰੱਗਸ ਦਾ ਹੈ, ਰੈਫਿਊਜੀਜ਼ ਦਾ ਹੈ, ਜਿਸ ਤਰ੍ਹਾਂ ਵੀ ਹੈ, ਇਹਨਾਂ ਨੇ ਇੱਕ ਅੰਗ ਫਲੋਟ ਕੀਤਾ ਕਿ ਇੱਕ ਅੰਗ ਜਿਹੜਾ ਹੈ UN ਦਾ ਉਹ ਵਿਮੈਨਸ ਹੋਣਾ ਚਾਹੀਦਾ, ਔਰਤਾਂ ਦੇ ਲਈ ਹੋਣਾ ਚਾਹੀਦਾ, ਇੱਕ ਖਾਲੀ ਅੰਗ ਔਰਤਾਂ 'ਤੇ। ਅਤੇ ਉਸ ਦੇ ਲਈ ਜਦ ਉਹਨੂੰ ਪਾਸ ਕਰਨਾ ਸੀ UN 'ਚ, ਮੈਨੂੰ ਬੁਲਾਇਆ ਗਿਆ ਐਜ਼ ਅ ਵੂਮਨ ਕਿ ਇੱਕ ਇਸਤਰੀ ਦੇ ਨਾਤੇ, ਕਿ ਕਿਉਂਕਿ ਇੰਡੀਆ ਨੇ ਬਹੁਤ ਵੱਡਾ ਰੋਲ ਇਹਦੇ ਵਿੱਚ ਪਲੇ ਕੀਤਾ ਸੀ ਇਸ ਅੰਗ ਦੇ ਬਣਨ 'ਚ ਕਿ ਤੁਸੀਂ ਆਓ। ਔਰ ਮੈਂ ਅਫਰੀਕਾ 'ਚ ਸੀ, ਉੱਥੇ ਮੈਨੂੰ ਮੈਸੇਜ ਆਇਆ ਗਵਰਨਮੈਂਟ ਵੱਲੋਂ ਕਿ ਤੁਸੀਂ ਵਾਪਸ ਆਉਣ ਤੋਂ ਪਹਿਲੇ ਤੁਸੀਂ ਨਿਊਯੋਰਕ ਜਾਓ, ਅਗਲੇ ਦਿਨ ਇਹ ਹੋ ਰਿਹਾ। ਅੱਛਾ, ਉਹ ਪ੍ਰੋਗਰਾਮ ਲੰਬਾ ਲੰਬਾ ਹੁੰਦਾ ਗਿਆ, ਪ੍ਰੈਜ਼ੀਡੈਂਟ ਦੀ ਤਾਜਪੋਸ਼ੀ ਦਾ ਸੀ ਤਾਂ ਉੱਥੇ ਉਹਨਾਂ ਨੂੰ ਕੋਈ ਇਹੋ ਜਿਹਾ ਸਿਸਟਮ ਹੈ ਨਹੀਂ, ਟਿਕਟ ਟੁਕਟ ਮੇਰਾ ਹੋ ਗਿਆ ਸਪੇਨ ਤੋਂ ਕਨੈਕਟਿੰਗ ਫਲਾਈਟ, ਪਰ
ਮੇਰੇ ਖਿਆਲ 'ਚ 8 ਘੰਟੇ ਲੇਟ ਸਾਨੂੰ ਛੱਡਿਆ। ਉਹ ਤਾਂ ਉਹਨਾਂ ਦੇ ਸੈਲੀਬ੍ਰੇਸ਼ਨਸ ਤੋਂ ਤਾਂ ਪਲੇਨ 8 ਘੰਟੇ ਲੇਟ ਟੇਕ ਆਫ ਕੀਤਾ। ਇੱਕੋ ਹੀ ਫਲਾਈਟ ਸੀ, ਸਾਰੇ ਉਸ 'ਤੇ ਜਾ ਰਹੇ ਸੀ, ਉੱਥੋਂ ਅੱਗੇ ਸਾਰੇ ਆਪਣੇ। ਤਾਂ ਜਦ ਅਸੀਂ ਗਏ, 20 ਮਿੰਟ ਰਹਿ ਗਏ ਸੀ ਨਿਊਯੋਰਕ ਦੀ ਫਲਾਈਟ ਫੜਨ ਨੂੰ। ਉਹ ਫਲਾਈਟ ਫੜੀ, ਲੈਂਡ ਕੀਤਾ ਅਗਲੇ ਦਿਨ ਸਵੇਰੇ, ਔਰ ਦੇਖਿਆ ਕਿ ਸਮਾਨ ਆਇਆ ਹੈ ਨਹੀਂ ਨਾਲ, ਨਾ ਕੋਈ ਕੱਪੜੇ ਨਾ ਕੁਛ, ਪੂਰੇ ਦਿਨ ਦੇ ਪੂਰੇ ਉਹੀ ਕੱਪੜਿਆਂ ਦੇ ਵਿੱਚ। ਅਤੇ ਕੋਈ ਉੱਥੇ ਫਿਰ ਜਾਣਾ UN 'ਚ ਸੀ, ਇੰਡੀਆ ਨੂੰ ਰਿਪ੍ਰਜੈਂਟ ਕਰਨਾ ਸੀ। ਬਿਲਕੁਲ। ਫਿਰ ਚਲੋ, ਮੈਂ ਕਿਹਾ ਹੁਣ ਪੈਂਟ ਤਾਂ ਮੈਂ ਖਰੀਦ ਕੇ ਪਾ ਨਹੀਂ ਜਾ ਸਕਦੀ। ਫਿਰ ਜੋ ਮੇਰੀ ਸਲਵਾਰ ਕਮੀਜ਼ ਸੀ ਉਹ ਫਟਾਫਟ ਡਰਾਈ ਕਲੀਨ ਹੋਈ, ਘੰਟਿਆਂ ਦੇ ਅੰਦਰ ਗਈ। ਪਰ ਬਹੁਤ ਮੈਨੂੰ ਅੱਛਾ ਮਹਿਸੂਸ ਹੋਇਆ ਕਿ ਕਾਫੀ ਹਾਈਟ ਦੇ ਉੱਤੇ ਉਹਨਾਂ ਦੀ ਪੋਡੀਅਮ ਹੈਗੀ ਹੈ, ਔਰ ਉੱਥੇ ਜਿੱਥੇ ਉਹਨਾਂ ਦਾ ਪ੍ਰਧਾਨ ਪ੍ਰੈਜ਼ੀਡੈਂਟ ਬੈਠਦਾ UN ਦਾ, ਉੱਥੇ ਬੈਠ ਕੇ ਨੀਚੇ ਇਹ ਬਿੱਲ ਦੇ ਤੌਰ 'ਤੇ ਜਿਸ ਤਰ੍ਹਾਂ ਪਾਸ ਹੁੰਦਾ ਪਾਰਲੀਮੈਂਟ 'ਚ ਵੀ, ਕਿ ਇਹ ਨਵਾਂ ਅੰਗ ਸਾਰੇ ਵੋਟ ਕਰਦੇ ਹੋ ਕਿ ਨਹੀਂ, ਜਦ ਹਾਂ ਹੋਈ ਤਾਂ ਫਿਰ ਜਿਹੜੀ ਹਥੌੜੀ ਆ ਉਹ ਮੈਨੇ ਮਾਰੀ। ਅੱਛਾ ਜੀ। ਔਰ ਬਹੁਤ ਅੱਛਾ ਲੱਗਿਆ ਮੈਨੂੰ ਕਿ ਇੱਕ ਇਸਤਰੀਆਂ ਦੇ ਲਈ ਵਰਲਡ ਬੋਡੀ ਦੇ ਵਿੱਚ ਔਰ ਸਾਡੇ ਦੇਸ਼ ਦੇ ਉਪਰਾਲੇ ਦੇ ਨਾਲ ਇਹ ਗੱਲ ਹੋਈ। ਬਿਲਕੁਲ। ਅਤੇ ਮੈਂ ਚਾਹੂੰਗੀ ਕਿ ਸਮਾਪਤੀ 'ਤੇ ਤੁਸੀਂ ਦੁਨੀਆ ਭਰ 'ਚ ਵਸਦੀਆਂ ਤਮਾਮ ਬੀਬੀਆਂ ਦੇ ਲਈ ਇੱਕ ਜ਼ਰੂਰ ਸੰਦੇਸ਼ ਛੱਡੋ, ਕਿਉਂਕਿ ਤਕਰੀਬਨ ਜ਼ਿੰਦਗੀ ਦੇ 8 ਦਹਾਕੇ ਤੁਸੀਂ ਹੰਢਾ ਚੁੱਕੇ ਹੋ ਅਤੇ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਇੱਕ ਧੀ ਤੋਂ ਲੈ ਕੇ ਪੜਦਾਦੀ ਅਤੇ ਪੜਨਾਨੀ ਤੱਕ ਦਾ ਰੋਲ ਤੁਸੀਂ ਨਿਭਾ ਚੁੱਕੇ ਹੋ, ਕਿ ਦੁਨੀਆ ਭਰ 'ਚ ਵਸਦੀਆਂ ਤਮਾਮ ਬੀਬੀਆਂ ਔਰਤਾਂ ਦੇ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਜਿਸ ਸਥਿਤੀ 'ਚ ਵੀ ਕੋਈ ਔਰਤ ਹੋਏ, ਇੱਕ ਗੱਲ ਆਪਣੇ ਆਪ ਦੇ ਵਿੱਚ ਪੂਰਾ ਵਿਸ਼ਵਾਸ ਰੱਖੇ ਕਿ ਹਾਂ ਮੈਂ ਵਧੀਆ ਵਿਅਕਤੀ ਹਾਂ, ਮੈਨੂੰ ਰੱਬ ਨੇ ਬਣਾਇਆ, ਮੇਰੇ ਕੋਲ ਘੱਟ ਹੈ ਜ਼ਿਆਦਾ ਹੈ, ਜੋ ਮੈਨੂੰ ਸ਼ਕਲ ਸੂਰਤ ਦਿੱਤੀ ਹੈ। ਆਪਣੇ ਆਪ ਦੇ ਉੱਤੇ ਮਾਣ ਰੱਖੇ, ਕਿਉਂਕਿ ਜੋ ਇੱਕ ਔਰਤ ਆਪਣੇ ਬੱਚਿਆਂ ਨੂੰ, ਆਪਣੇ ਘਰ ਨੂੰ, ਪਰਿਵਾਰ ਨੂੰ ਸਾਂਭ ਸਕਦੀ ਹੈ, ਉਹ ਸਭ ਕੁਛ ਕਰ ਸਕਦੀ ਹੈ। ਸੋ ਬਹੁਤ ਸ਼ੁਕਰੀਆ ਸਾਨੂੰ ਇੰਨਾ ਖੁੱਲ੍ਹਾ ਸਮਾਂ ਦੇਣ ਦੇ ਲਈ, ਇੰਨੀ ਤਫਸੀਲ 'ਚ ਤੁਸੀਂ ਸਾਡੇ ਨਾਲ ਆਪਣੇ ਪਰਿਵਾਰ ਬਾਰੇ ਗੱਲਬਾਤ ਕੀਤੀ, ਅਤੇ ਬਹੁਤ ਸੋਹਣੀ ਹੈ, ਬਹੁਤ ਸੋਹਣਾ ਸੰਦੇਸ਼ ਤੁਸੀਂ ਇੰਟਰਵਿਊ ਦੇ ਆਖਿਰ ਦੇ ਵਿੱਚ ਸਾਡੇ ਸਾਰਿਆਂ ਦੇ ਲਈ ਦਿੱਤਾ। ਬਹੁਤ ਸ਼ੁਕਰੀਆ ਤੁਹਾਡਾ, ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਊਗਾ ਗੱਲ ਕਰਕੇ। ਧੰਨਵਾਦ। ਧੰਨਵਾਦ ਤੁਹਾਡਾ। ਇਹ ਸਨ ਸਾਡੇ ਨਾਲ ਸਤਿਕਾਰਯੋਗ ਪਰਨੀਤ ਕੌਰ ਜੀ, ਉਮੀਦ ਹੈ ਉਹਨਾਂ ਦੇ ਨਾਲ ਹੋਈ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਬੀ ਸੋਸ਼ਲ ਨੂੰ ਵੇਖਦੇ ਰਹੋ, ਅਸੀਂ ਤੁਹਾਨੂੰ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।